ਲੋਜੀ ਇਕ ਵਾਰ ਫਿਰ ਤੋਂ ਸਵਾਗਤ ਤੁਹਾਡਾ ਸਾਰਿਆਂ ਦਾ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੇ ਪ੍ਰੋਗਰਾਮ ਹੈ ਜੀ ਇਹ ਪ੍ਰਾਈਮ ਫੋਕਸ ਇਹਦੇ ਚ ਹਰ ਰੋਜ਼ ਜੋ ਕੁਝ ਵੀ ਘਟਿਆ ਵਾ ਪਰਿਆ ਹੁੰਦਾ ਉਹਦੇ ਬਾਰੇ ਗੱਲਾਂ ਬਾਤਾਂ ਕਰਦੇ ਅਸੀਂ ਦੋਵੇਂ ਭਰਾ ਮੈਂ ਤੇ ਮੇਰੇ ਨਾਲ ਮੇਰੇ ਵੀਰ ਪਰਵੀਰ ਬਾਠੋਰੀ ਕੀ ਹਾਲ ਵਾਟਸਾ ਚੜ੍ਹਦੀ ਕਲਾ ਸੰਧਾਲੀਆ ਸਾਹਿਬ ਸਤਿ ਸ੍ਰੀ ਅਕਾਲ ਸਾਸਤਰੀ ਕਾਲ ਮਹਾਰਾਜ ਗੱਲ ਇਹ ਆ ਕਿ ਵੀ ਉਹ ਕਹਿੰਦੇ ਹੁੰਦੇ ਨਾ ਵੀ ਚਿੱਠੀਆਂ ਪਾਈਆਂ ਫਿਰ ਚਿੱਠੀਆਂ ਦਾ ਕੋਈ ਨਾ ਕੋਈ ਜਵਾਬ ਆਇਆ ਮੈਨੂੰ ਪਤਾ ਨਹੀਂ ਆਇਆ ਲੱਗਦਾ ਵੀ ਜਿੱਦਾਂ ਚਿੱਠੀਆਂ ਵਾਵਾ ਚਰ ਪੈਂਦੀਆਂ ਰਹੀਆਂ ਪੈਂਦੀਆਂ ਰਹੀਆਂ ਖਰੀ ਕਿਤੇ ਡਾਕ ਜਾਂ ਛੁੱਟੀ ਗਿਆ ਸੀ ਉਹਨੇ ਹੁਣ ਸਾਰੀਆਂ ਇਕੱਠੀਆਂ ਕਰਕੇ ਬਾਬੇ ਨੂੰ ਦੇਤੀਆਂ ਹੂੰ ਹੂੰ ਤੇ ਬਾਬੇ ਨੇ ਜਦੋਂ ਆਪਣੇ ਗਾਂਹ ਡਿਪਾਰਟਮੈਂਟ ਚ ਦਿੱਤੀਆਂ ਹੋਣਗੀਆਂ ਵੀ ਇਹ ਕਾਹਦੀਆਂ ਚਿੱਠੀਆਂ ਤੇ ਹੋ ਸਕਦਾ ਹੋਣਾ ਕਿ ਇਹਦੇ ਸਾਰੀਆਂ ਇੰਦਰ ਦੇਵਤਾ ਨੂੰ ਜਾਣ ਵਾਲੀਆਂ ਜੀ ਮੀਂਹ ਚਾਹੀਦਾ ਤੇ ਐਤ ਕੀ ਨਾਂ ਕਹਿੰਦੇ ਕਿਸੇ ਨੇ ਸੌਂਡੀ ਕਿਆ ਨਾ ਕੋਈ ਮੌਨਸੂਨ ਡੀ ਕੀ ਤੇ ਜਿੱਦਾਂ ਜਲਥਲ ਹੋਈ ਪਈ ਏ ਤੇ ਅਜੇ ਵੀ ਕੋਈ yellow alert ਮੌਸਮ ਵਿਭਾਗ ਵਾਲੇ ਕਰੀ ਫਿਰਦੇ ਆ orange alert ਹੋ ਗਿਆ ਹੁਣ ਦੇ ਕਹਿੰਦੇ ਗਾਂਹ ਸ਼ਾਇਦ red ਵੀ ਕਰ ਦੇਣਾ ਇਹ ਸਮਝੋ ਬਾਹਰਲੀ ਕਹਾਣੀ ਨਹੀਂ ਸੰਧਾਲੀਆ ਸਭ ਐਦਕੀ ਤਾਂ ਕੁੜੀਆਂ ਨੂੰ ਪਿੰਗਾ ਵੀ ਨਹੀਂ ਪਾਉਣ ਦਿਤੀਆਂ ਆ ਮੀਂਹ ਤਾਂ ਇਦਾਂ ਹੀ ਹੁੰਦਾ ਨੇ ਕਿ ਕੁੜੀਆਂ ਪਿੰਗਾ ਝੂਟਦੀਆਂ ਗਿੱਧਾ ਪਾਉਂਦੀਆਂ ਮੀਂਹ ਸ਼ਰਾਟਾ ਆ ਗਿਆ ਤਾਂ ਭੱਜ ਗਈਆਂ ਘਰਾਂ ਨੂੰ ਫਿਰ ਮੁੜ ਆਈਆਂ ਜਦੋਂ ਸੁੱਕ ਪਕਾ ਜਾ ਹੋ ਗਿਆ ਇਹ ਗੱਲ ਥੋੜੀ ਠੀਕ ਐ ਕਿ ਮੌਸਮ ਬੇਤਰਤੀਬਾ ਵੈਸੇ ਇੱਕ ਗੱਲੋਂ ਤਾਂ ਠੀਕ ਐ ਕਿ ਮੀਂਹ ਸਾਨੂੰ ਵੱਧ ਚਾਹੀਦਾ ਹੈ ਰਚਮਾਂ ਜਾ ਚਾਹੀਦਾ ਪਰ ਜਣੀ ਰਚਮਾਂ ਰਚਮਾਂ ਜਾ ਪਈ ਜਾਵੇ ਜਦੋਂ ਲੋੜ ਐ ਦੂਜੇ ਤੀਜੇ ਦਿਨ ਸ਼ਰਾਟਾ ਚੰਗਾ ਪੈ ਜਾਵੇ ਪਰ ਆ ਜਿਹੜੇ ਹਾਲਾਤ ਆ ਦੇਖੋ ਮੀਂਹ ਨੇ ਇੱਕ ਗਲਤ ਹੈਗੀ ਐ ਸਾਡੇ ਮੂੰਹ ਦੇ ਉੱਤੇ ਚਪੇੜ ਤਾਂ ਮਾਰੀ ਆ ਕਿ ਭਾਈ ਤੁਸੀਂ ਮੀਂਹ ਕਰਦੇ ਨਹੀਂ ਨੇ ਔੜ ਲੱਗ ਗਈ ਜੀ ਐਤਕੀ ਮੌਨਸੂਨ ਕੁਝ ਦੇਰ ਸੇ ਆਏਗੀ ਇਸ ਵਾਰ ਮੌਨਸੂਨ ਕਮ ਆਈ ਹੈ ਭਾਰਤ ਕੇ 66 ਫੀਸਤੀ ਇਲਾਕੇ ਮੇਂ ਇਸ ਵਾਰ ਮੌਨਸੂਨ ਕਮ ਆਈ ਹੈ ਪਤਾ ਨਹੀਂ ਕੀ ਕਿਉਂ ਹੁੰਦਾ ਰਹਿੰਦਾ ਨਾ ਤੁਸੀਂ ਇਹ ਦੇਖੋ ਕਿ ਭਾਵੇਂ ਦਿੱਲੀ ਐ ਹਰਿਆਣਾ ਐ ਤਾਂ ਭਾਵੇਂ ਪੰਜਾਬ ਦਾ ਕੋਈ ਸ਼ਹਿਰ ਐ ਜਾਂ ਪਿੰਡ ਐ ਪੰਜਾਬ ਚ ਖਾਸ ਤੌਰ ਦੇ ਉਤੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੋਂ ਪਾਣੀ ਦਾ ਕੁਦਰਤੀ ਨਿਕਾਸ ਹੁੰਦਾ ਸੀ ਜੇ ਸੜਕ ਵੀ ਬਣੀ ਐ ਤਾਂ ਉਹਦੇ ਥੱਲੇ ਪੁੜੀਆਂ ਪਾਈਆਂ ਉਹਨਾਂ ਨੇ ਉਹ ਜਦੋਂ ਪਾਈਪ ਪਾਈ ਤੇ ਮੂਰੇ ਫਿਰ ਨਜਾਇਜ਼ ਕਲੋਨੀ ਕੱਟੀ ਨਜਾਇਜ਼ ਕਲੋਨੀ ਕੱਟੀ ਪਲਾਟ ਵੇਚ ਦਿੱਤੇ ਲੋਕਾਂ ਨੇ ਕੁਠੀਆਂ ਪਾ ਲਈਆਂ ਕੁਦਰਤੀ ਪਾਣੀ ਦਾ ਰਸਤੇ ਦਾ ਨਿਕਾਸ ਖਤਮ ਹੋ ਗਿਆ ਜਦੋਂ ਖਤਮ ਹੋ ਗਿਆ ਉਹ ਨਜਾਇਜ਼ ਕਲੋਨੀ ਫੀਸ ਤੇ ਜੁਰਮਾਨਾ ਲੈ ਕੇ ਜਾਇਜ਼ ਕਲੋਨੀ ਹੁਣ ਨਜਾਇਜ਼ ਜਦੋਂ ਜਾਇਜ਼ ਬਣਦੀ ਹੈ ਪਾਣੀ ਨੂੰ ਰਾਹਤਰਿਆ ਹੀ ਨਾ ਹੁਣ ਐਦ ਕੀ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਉਹਨਾਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਵੀ ਮੀਂਹ ਦੇ ਪਾਣੀ ਦਾ ਬਹੁਤ ਨੁਕਸਾਨ ਹੋਇਆ ਜਿਹੜੇ ਕਿਸੇ ਘਰ ਦੇ ਵਿੱਚ ਤੇ ਜਿਹੜਾ ਆ ਗਿਆ ਕਿਤੇ ਘਰ ਕੁ ਡਿੱਗ ਪਿਆ ਜਾਂ ਕੋਈ ਸ਼ੋਰ ਹੋ ਗਿਆ ਜਾਂ ਪਾਣੀ ਨੇ ਕੁਝ ਖਰਾਬੀ ਕੀਤੀ ਹੈ ਕਿਉਂਕਿ ਆਖਰਕਾਰ ਤਰਲ ਪਦਾਰਥ ਹੈ ਪਾਣੀ ਉਹ ਇੱਧਰ ਆਇਆ ਤੇ ਉਹਨੇ ਨਿਕਲਣਾ ਤੇ ਕਿਸੇ ਪਾਸੇ ਨੂੰ ਸੀ ਤੇ ਉਹਨੂੰ ਮਨੁੱਖ ਆ ਬੰਨੇ ਲਾਉਣ ਲੱਪਿਆ ਤਾਂ ਫਿਰ ਨੁਕਸਾਨ ਤਾਂ ਸੰਧਾਲੀਆ ਸਭ ਹੋਣਾ ਹੀ ਸੀ ਤੁਸੀਂ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਕਿ ਵੀ ਆਪਣੇ ਕੋਲੇ ਅਜੇ ਵੀ ਇਹ ਕਹਿੰਦੇ ਪੰਜਾਬ ਦੀ ਗੱਲ ਨਹੀਂ ਕਰਦਾ ਆਪਾਂ ਉੱਤਰ ਭਾਰਤ ਦੀ ਗੱਲ ਹੀ ਕਰ ਲੈਣ ਜਿੱਦੋਂ ਪਹਾੜਾਂ ਚੋਂ ਇਹ ਦਰਿਆ ਨਿਕਲਦੇ ਨੇ ਨਦੀਆਂ ਨਿਕਲਦੀਆਂ ਬਾਕੀ ਦੇ ਠਾਂ ਨੂੰ ਚਲੋ ਪਾਣੀ ਜਾਂਦਾ ਹੀ ਹੈ ਪਾਣੀ ਸਾਂਭਣ ਦਾ ਮੈਨੂੰ ਲੱਗਦਾ ਵੀ ਪ੍ਰਬੰਧ ਜਿੱਦਾਂ ਦਾ ਇੰਨੇ ਸਾਲਾਂ ਬਾਅਦ ਆਜ਼ਾਦੀ ਤੋਂ ਬਾਅਦ ਹੋਣਾ ਚਾਹੀਦਾ ਜੋ ਹੈਗਾ ਨਹੀਂ ਮੈਨੂੰ ਯਾਦਦਾ ਹੁੰਦਾ ਵੀ ਜੇ ਕਿਤੇ ਉਦੋਂ ਵਾਲੇ ਖੂਹ ਹੀ ਸਾਂਭੇ ਹੁੰਦੇ ਪੁਰਾਣੇ ਉਹ ਵੀ ਆਪਾਂ ਹੌਲੀ-ਹੌਲੀ ਪੂਰ ਲਏ ਉਦੋਂ ਬਾਅਦ ਕਾਣੀ ਖਤਮ ਹੋ ਗਈ ਅੱਜ ਦੀ ਡੇਢ ਚ ਕਿਤੇ ਸਾਂਝੇ ਖੂਹ ਭਾਵੇਂ ਕਿਤੇ ਪੁਰਾਣੇ ਪਏ ਹੋਣ ਉਹ ਵੀ ਬਹੁਤ ਹੱਦ ਤੱਕ ਪੂਰੇ ਗਏ ਲਗਭਗ ਉਹਨਾਂ ਦਾ ਵੀ ਹੁਣ ਜ਼ਮੀਨ ਨਾਲ ਕਨੈਕਸ਼ਨ ਹੈ ਨਹੀਂ ਮੈਂ ਸੋਚਦਾ ਸੀ ਜੇ ਕਿਤੇ ਉਹੋ ਹੀ ਸਾਂਭੇ ਸੋੰਬੇ ਗਏ ਹੁੰਦੇ ਜਾਂ ਜੇ ਕਿਤੇ ਆਪਣੀਆਂ ਉਦਵਾਲੀਆਂ ਮੋਟਰਾਂ ਵਾਲੀਆਂ ਖੂਹੀਆਂ ਕਿਤੇ ਸਾਂਭੀਆਂ ਗਈਆਂ ਹੁੰਦੀਆਂ ਉਹਨਾਂ ਦੇ ਥਰੂ ਹੋ ਜਾਣੇ ਜ਼ਮੀਨ ਚ ਰੀਚਾਰਜ ਤੇ ਹੋ ਜਾਂਦਾ ਜੀ ਆਪਾਂ ਜਿਹੜਾ ਰੀਚਾਰਜ ਵਾਲਾ ਕੰਮ ਉਹ ਬਿਲਕੁਲ ਖਤਮ ਕਰ ਲਿਆ ਡੈਮ ਜਿਹੜੇ ਬਣਾਏ ਗਏ ਆ ਉਹ ਸਿਰ ਤੇ ਸਿਰਫ ਬਿਜਲੀ ਬਣਾਉਣ ਦੇ ਲਈ ਉਹਨਾਂ ਵਿੱਚ ਪਾਣੀ ਰੋਕਣ ਲਈ ਆ ਉਹ ਇਸ ਚੀਜ਼ ਲਈ ਬਿਲਕੁਲ ਨਹੀਂ ਹੈਗੇ ਵੀ ਇੱਕਦਾਂ ਡੈਮ ਬਣਾ ਲਓ ਜੇ ਪੂਰਾ ਵੱਧ ਪਾਣੀ ਆ ਗਿਆ ਤਾਂ ਵੀ ਰੋਕ ਲਓ ਵੀ ਹੌਲੀ ਹੌਲੀ ਵਰਤਨਾਗੇ ਨਾ ਉਹ ਜਿਹੜੀਆਂ ਆਪਾਂ ਅਗਲੇ ਪਾਸੇ ਦੇਖਦੇ ਹੁੰਦੇ ਸੀ ਵੀ ਕਿਤੇ ਦੂਰ ਦਰਾਸ ਦੇ ਏਰੀਏ ਦੇ ਵਿੱਚ ਕਿਤੇ ਕੋਈ ਵੱਡਾ ਤਲਾਬ ਬਣ ਗਿਆ ਕਿਤੇ ਕੋਈ ਟੋਬਾ ਬਣ ਗਿਆ ਵੀ ਇੱਥੇ ਪਾਣੀ ਸੰਭਲੋ ਜੀ ਮੀਂਹ ਵਾਲਾ ਇਹਨੂੰ ਆਪਾਂ ਬਾਅਦ ਚ ਵਰਤਾਂਗੇ ਹਾਂ ਭਾਰਤ ਦੇ ਜਿਹੜੇ ਬਾਕੀ ਉਹ ਸੂਬੇ ਨੇ ਜਿਨ੍ਹਾਂ ਜਨ ਆਮ ਤੌਰ ਤੇ ਪਾਣੀ ਦੀ ਤੰਗੀ ਹੁੰਦੀ ਜਨ ਨੂੰ ਅਸਲ ਚ ਪਾਣੀ ਦਾ ਮੁੱਲ ਪਤਾ ਉੱਥੇ ਉਹ ਚੀਜ਼ਾਂ ਹੈਗੀਆਂ ਨੇ ਪਰ ਤੁਸੀਂ ਇਹ ਦੇਖੋ ਵੀ ਅੱਜ ਦੀ ਡੇਟ ਦੇ ਵਿੱਚ ਬਿਆਸ ਦਰਿਆ ਆ ਹਿਮਾਚਲ ਦੇ ਵਿੱਚ ਉਹ ਰੈਡ ਅਲਰਟ ਹੋਇਆ ਫਿਰਦਾ ਫੋਟੋਆਂ ਤਸਵੀਰਾਂ ਜਰੂਰ ਆਉਂਦੀਆਂ ਵੀਡੀਓਾਂ ਦੇਖੋ ਜੀ ਬਿਆਸ ਦਰਿਆ ਆਪਣੇ ਪਤਾ ਨਹੀਂ ਰੈਡ ਅਲਰਟ ਤੋਂ ਵੀ ਉੱਪਰ ਵਗਦਾ ਹੋਇਆ ਉੱਥੇ ਉਹ ਚੰਦ ਘੰਟੇ ਦੋ ਚਾਰ ਦਿਨ ਵਗੂਗਾ ਉਦੋਂ ਬਾਅਦ ਰੁੜ ਕੇ ਸਾਰਾ ਪੰਜਾਬ ਆ ਜਾਊਗਾ ਫਿਰ ਪੰਜਾਬ ਦੇ ਵਿੱਚ ਦੀ ਲਾਂਘ ਕੇ ਗਾਂ ਚਲੇ ਜਾਊਗਾ ਉਦੋਂ ਤੱਕ ਜਾਂਦੇ ਜਾਂਦੇ ਕਿਤੇ ਉਹ ਨੁਕਸਾਨ ਕਰ ਜਾਊਗਾ ਫਿਰ ਅਖੀਰ ਮੀ ਨੇਕ ਦਾ ਸਭ ਕੁਝ ਇਕੋ ਜਿਹਾ ਹੋ ਜੂਗਾ ਪਰ ਆਪਾਂ ਇਹ ਸੋਚੀਏ ਕਿ ਇਹ ਪਾਣੀ ਜੇ ਕਿਤੇ ਰੋਕਣ ਦਾ ਧਰਤੀ 'ਚ ਜੀਰਨ ਦਾ ਜਾਂ ਬਾਅਦ 'ਚ ਵਰਤਣ ਦਾ ਪ੍ਰਬੰਧ ਪਹਿਲਿਆਂ ਨੇ ਹੋਣ ਵਾਲਿਆਂ ਨੇ ਜਾਂ ਕਿਸੇ ਨੇ ਵੀ ਕੀਤਾ ਹੋਵੇ ਜਾਂ ਕਰ ਲੈਣ ਤੇ ਕਿੱਡੀ ਵੱਡੀ ਨਿਆਮਤ ਆ ਸੰਤਾਲ ਜੀ ਸਭ ਦੋ ਟਾਰਗੇਟ ਹਨ ਉਹਨਾਂ ਕੋਲ ਇੱਕ ਤਾਂ ਹੈਗਾ ਕਿ ਪਾਣੀ ਆ ਰਿਹਾ ਪਾਣੀ ਸਾਂਭਣਾ ਪਾਣੀ ਨਾ ਅੱਗੇ ਚਲੇ ਜਾਏ ਦੂਜਾ ਆ ਵੋਟ ਆ ਰਹੀ ਵੋਟ ਸਾਂਭਣੀ ਵੋਟ ਨਾ ਕਿਤੇ ਚਲ ਜਵੇ ਉਹਨਾਂ ਨੇ ਪਾਣੀ ਛੱਡ ਤਾਂ ਵੋਟ ਸਾਂਭ ਲਈ ਉਹ ਵੀ ਨਹੀਂ ਸਮਝਿਆ ਨਾ ਰੌਲਾ ਤੇ ਆ ਦੇਖੋ ਆਪਾਂ ਹੀ ਬੇਨਤੀ ਕਰਦੇ ਆ ਕਿ ਪਾਣੀ ਹੋਣ ਵਾਲੀ ਸਰਕਾਰ ਠੀਕ ਉਹ ਕਹਿੰਦੇ ਜੀ ਅਸੀਂ ਨਹਿਰਾਂ ਚ ਪਾਣੀ ਛੱਡਾਂਗੇ ਪਾਣੀ ਆਪਾਂ ਜ਼ਮੀਨ ਚੋਂ ਨਿਕੜਨਾ ਹੈ ਨਾ ਚਲੋ ਨਾ ਕੱਢੀਏ ਪਰ ਜਿਹੜਾ ਪਾਣੀ ਜ਼ਮੀਨ ਦੇ ਵਿੱਚ ਰਿਚਣਾ ਚਾਹੀਦਾ ਉਹ ਜੀਰਨਾ ਚਾਹੀਦਾ ਉਹਦਾ ਪ੍ਰਬੰਧ ਜ਼ਰੂਰ ਕੀਤਾ ਜਾਵੇ ਖਾਸ ਕਰਕੇ ਆ ਤੁਸੀਂ ਦੇਖੋ ਨੀਵੀਆਂ ਪੈੜੀਆਂ ਨੀਵੀਆਂ ਜ਼ਮੀਨਾਂ ਦੇ ਵਿੱਚ ਜਿਹੜੀ ਫਸਲ ਸੀ ਉਹ ਲਗਭਗ ਵੋਗ ਗਈ। ਉਹਦੇ ਪਿੱਛੇ ਕਾਰਨ ਕੋਈ ਕਹਿੰਦਾ ਜੀ ਉਹ ਫਲਾਣੇ ਨੇ ਵੱਟ ਭੰਤੀ ਜੀ ਫਲਾਣੇ ਨੇ ਤੋੜਦੀ। ਮੈਂ ਕਈ ਵਾਰਾਂ ਕਹਿੰਦਾ ਨਾ ਵੀ ਚਲੋ ਜੀ ਅਗਲੇ ਨੇ ਤੋੜ ਵੀ ਦਿੱਤੀ ਕੋਈ ਇੱਕ ਦੋ ਘਟਨਾ ਹੋ ਗਈ। ਪਰ ਇਸ ਗੱਲ ਨੂੰ ਆਪਾਂ ਜ਼ਰੂਰ ਸਮਝੀਏ ਵੀ ਜੇ ਫਲਾਣੇ ਨਾਲੋਂ ਆਪਣੀ ਜ਼ਮੀਨ 4 ਇੰਚ ਥੱਲੇ ਆ ਉਹ ਕੁਛ ਮਰਜ਼ੀ ਕਰ ਲਿਓ ਪਾਣੀ ਇੱਧਰ ਨੂੰ ਆਉਣਾ ਹੀ ਆ। ਜੇ ਫਟ ਕਿਸੇ ਦੀ ਹੋਰ ਨੀਵੀਆਂ ਤੇ ਉਧਰੋਂ ਆਣਾ ਹੀ ਆਣਾ। ਸੋ ਜਿਹੜਾ ਕੁਦਰਤੀ ਧਰਤੀ ਨੂੰ ਜਦੋਂ ਕਾਪਾ ਉੱਥੋਂ ਦੇਖੀਓ ਕਿਤੇ ਉੱਚੀ ਆ ਕਿਤੇ ਉਹ ਨੀਵੀਆਂ ਉਹ ਉੱਚੇ-ਨੀਚੇ ਦੇ ਪਰ ਉਹਨਾਂ ਥਾਵਾਂ ਦੀ ਪਛਾਣ ਕਰਕੇ ਜੇ ਅਸਲ ਦੇ ਵਿੱਚ ਉੱਥੇ ਜੀਰਨ ਦੇ ਲਈ ਕੋਈ ਪੁਰਾਣੇ ਹਿਸਾਬ ਨਾਲ ਜਾਂ ਕੋਈ ਨਵੇਂ ਢੰਗ ਨਾਲ ਕੋਈ ਨਾ ਕੋਈ ਸਿਸਟਮ ਲਾ ਲਤੇ ਜਾਂ ਤੇ ਉਹਦਾ ਫਾਇਦਾ ਤੇ ਪੰਜਾਬ ਨੂੰ ਹੀ ਹੋਣਾ ਇਹ ਫਾਇਦਾ ਪੰਜਾਬ ਨੂੰ ਹੀ ਹੋਣਾ ਚਲੋ ਐਤਕੀ ਮੈਨੂੰ ਲੱਗਦਾ ਕਿ ਇਸ ਬਰਸਾਤ ਨੇ ਪੈ ਰਹੇ ਮੀਂਹ ਨੇ ਪੰਜਾਬ ਨੂੰ ਹਰਿਆਣੇ ਨੂੰ ਰਾਜਸਥਾਨ ਨੂੰ ਦਿੱਲੀ ਨੂੰ ਸਾਰਿਆਂ ਨੂੰ ਆਪਣੀ ਅਸਲੀਅਤ ਦਿਖਾਈ ਹੈ ਕੰਮ ਕਰਨ ਦੀ ਲੋੜ ਕਿੱਥੇ ਹੈ ਕਮਜ਼ੋਰੀ ਕਿੱਥੇ ਹੈ ਕਲਾ ਰੈਲੀਆਂ ਦੇ ਆਲੇ ਦੁਆਲੇ ਹੋਲਡਿੰਗ ਲਵਾ ਲਵਾ ਕੇ ਨਾ ਆਪਣੇ ਆਪ ਨੂੰ ਵੱਡੇ ਸਮਝੀ ਜਾਓ ਇੱਥੇ ਜ਼ਮੀਨੀ ਪੱਧਰ ਦੇ ਉੱਤੇ ਬਹੁਤ ਕੁਝ ਅਜੇ ਕਰਨ ਵਾਲਾ ਹਾਂ ਹਾਂ ਆਰਤੀਕ ਤੌਰ ਤੇ ਕਮਜ਼ੋਰ ਲੋਕ ਬਹਾ ਤੰਗ ਹੋਏ ਆ ਕਿਸੇ ਦਾ ਕੱਚਾ ਘਰ ਆ ਕਿਸੇ ਦਾ ਕੋਸ਼ ਹੈ ਕਿਸੇ ਦੇ ਘਰੇ ਪਾਣੀ ਭਰ ਗਿਆ ਸਮਾਨ ਖਰਾਬ ਹੋ ਗਿਆ ਤੁਸੀਂ ਹੜੇ ਦੋਲੇ ਆਪਣੇ ਧਿਆਨ ਰੱਖੋ ਪਿੰਡ ਦੇ ਵਿੱਚ ਇੱਕ ਦੋ ਚਾਰ ਘਰੀ ਇਦਾਂ ਦੇ ਹੁੰਦੇ ਆ ਮੁਹੱਲੇ ਦੇ ਵਿੱਚ ਵੀ ਇੰਨੇ ਕੀ ਹੁੰਦੇ ਆ ਜੇ ਕਿਸੇ ਨੂੰ ਵੜੀ ਮੋਟੀ ਕੋ ਲੋੜ ਹੈ ਉਹਦੀ ਬਾਹ ਫੜੋ ਸਾਰੇ ਜਣੇ ਇਕੱਠੇ ਹੋ ਕੇ ਉਹ ਬੰਦਾ ਇਹ ਨਾ ਹੋਵੇ ਕਿ ਆ ਪਿੱਛੇ ਹੋਇਆ ਸੀ ਨਾ ਕਿ ਛੱਤ ਡਿੱਗ ਪਈ ਟਬਰ ਥੱਲੇ ਆ ਗਿਆ ਮਸੰਧਾ ਵਾਲਿਆਂ ਸਭ ਲੈਂਟਰਾਂਾਂ ਦੀ ਛੱਤ ਤਾਂ ਨਹੀਂ ਡਿੱਗਦੀ ਕੋਠੀ ਬੰਗਲੇ ਵਾਲਿਆਂ ਦੀ ਛੱਤ ਤਾਂ ਨਹੀਂ ਡਿੱਗਦੀ ਜਿਹਨਾਂ ਦੇ ਫਾਰਮ ਹਾਊਸ ਆ ਛੱਤ ਉਹਨਾਂ ਦੀ ਨਿਸ਼ਾਤ ਉਹਦੀ ਡਿੱਗਦੀ ਆ ਜਿਹਦੇ ਕੋਲ ਕਮਰੇ ਵੀ ਇੱਕ ਦੋਈ ਆ ਜਿਹਦਾ ਘਰ ਵੀ ਪੁਰਾਣਾ ਤੇ ਜਿਹਦੀ ਛੱਤ ਵੀ ਕੱਚੀ ਆ ਜਿਹੜਾ ਜਿਬਾਲਿਆਂ ਬੁੱਲਿਆਂ ਤੇ ਤੁਰਿਆ ਫਿਰਦਾ ਤੇ ਉਸ ਬੰਦੇ ਦੇ ਕੋਲੇ ਜੇ ਪੈਸੇ ਹੁੰਦੇ ਤਾਂ ਛੱਤੀ ਪੱਕੀ ਕਰਾ ਲੈਂਦਾ ਕਿਹੜਾ ਬੰਦਾ ਜਿਹੜਾ ਇੰਨੇ ਖਤਰੇ ਦੇ ਵਿੱਚ ਇੰਨੀ ਖਤਰਨਾਕ ਛੱਤ ਦੇ ਹੇਠ ਆਪਣੇ ਨਿੱਕੇ ਨਿਆਣਿਆਂ ਨੂੰ ਪਾਉਂਦਾ ਸੋ ਭਾਈ ਜੇ ਤੁਹਾਡੇ ਪਿੰਡਾਂ ਦੇ ਆਲੇ ਦੁਆਲੇ ਤੁਹਾਡੇ ਮੁਹੱਲੇ ਤੇ ਸ਼ਹਿਰ ਦੇ ਵਿੱਚ ਕੋਈ ਇਦਾਂ ਦੀ ਘਟਨਾ ਵਾਪਰੀ ਹੈ ਤੁਹਾਨੂੰ ਪਤਾ ਹੈ ਕਿ ਭਾਈ ਬੰਦਾ ਇੰਨੇ ਨੁਕਸਾਨ ਦੇ ਵਿੱਚ ਆ ਤੋ ਦੀ ਬਾਫੜਾ ਬਿਲਕੁਲ ਸਹੀ ਗੱਲ ਮੈਨ ਲੁਧਿਆਣੇ ਵਾਲੀ ਘਟਨਾ ਨਹੀਂ ਗਰੀ ਸੀ ਅਚਾਨਕ ਦੇਖੋ ਕਿਦਾਂ ਸੰਸਨੀ ਫੈਲਦੀ ਆ ਵੀ ਤਿੰਨ ਪਰਿਵਾਰ ਦੇ ਜੀ ਤੇ ਉਹਨਾਂ ਦੀ ਬੜੀ ਬੇਰਹਿਮੀ ਦੇ ਨਾਲ ਹੱਤਿਆ ਹੁੰਦੀ ਆ ਬਾਅਦ ਚ ਇਹ ਵੀ ਰੌਲਾ ਪੈਂਦਾ ਵੀ ਸ਼ਾਇਦ ਉੱਲਾ ਸ਼ਾਂ ਸਾੜਨ ਦਾ ਵੀ ਕੁਝ ਸੀਗਾ ਜੀ ਕੋਈ ਆਂਦਾ ਜੀ ਲੁਟੇਰੇ ਆ ਗਏ ਕੋਈ ਕਹਿੰਦਾ ਸੀ ਜੀ ਕੋਈ ਬਹੁਤ ਵੱਡੀ ਰੰਜਿਸ਼ ਸੀ ਕੋਈ ਕਹਿੰਦਾ ਜੀ ਕੋਈ ਪ੍ਰਾਪਰਟੀ ਦਾ ਰੌਲਾ ਹੋ ਸਕਦਾ ਪਰ ਜਿੱਦਾਂ ਚੰਦ ਕ ਘੰਟਿਆਂ ਚ ਪੁਲਿਸ ਡਿਪਾਰਟਮੈਂਟ ਨੇ ਉਹ ਸਾਰਾ ਕੁਝ ਲੱਭਿਆ ਉਹਨਾਂ ਨੂੰ ਕੋਈ ਕੁਛ ਆਖੇ ਜੀ ਉਹ ਗਵਾਂਡੀ ਨੇ ਰੰਜਿਸ਼ ਚ ਐ ਕਰਤਾ ਉਹ ਫੇ ਗਵਾਂਡੀ ਦਾ ਗੁੱਸਾ ਸੀ ਗਵਾਂਡੀਆਂ ਦੀ ਲੜਾਈ ਸੀ ਮੈਂ ਇਹਨੂੰ ਹੋਰ ਗੱਲ ਵੀ ਦੇਖਦਾ ਹੁਣ ਦੇਖੋ ਜਿੰਨੀ ਇੱਕ ਗੱਲ ਹੁਣ ਤੱਕ ਪੁਲਿਸ ਡਿਪਾਰਟਮੈਂਟ ਨੇ ਸਾਹਮਣੇ ਲਿਆਂਦੀ ਐ ਰੌਲਾ ਤੇ ਸਿਰਫ ਜ਼ੁਬਾਨ ਦਾ ਹੀ ਆ ਨਾ ਜ਼ੁਬਾਨ ਦਾ ਹੀ ਆ ਜੇ ਅਸੀਂ ਬੋਲਦੇ ਸੰਧਾਲੀਆਂ ਸਭ ਕੀ ਆ ਕਿਉਂਕਿ ਕਦੇ-ਕਦੇ ਨਾ ਮੈਨੂੰ ਇਹ ਲੱਗਦਾ ਹੁੰਦਾ ਕਿ ਦੂਸਰੇ ਨੂੰ ਨੀਮਾ ਦਿਖਾ ਕੇ ਸਾਨੂੰ ਸਵਾਦ ਆਉਂਦਾ ਹੈ ਦੂਸਰੇ ਦੀ ਦੁੱਖ ਦੀ ਰਗ ਦੇ ਉੱਤੇ ਮਲਮ ਲਾਉਣ ਦੀ ਜਗ੍ਹਾ ਦੇ ਉੱਤੇ ਹੱਥ ਰੱਖਣ ਦੇ ਵਿੱਚ ਸਾਨੂੰ ਬਹੁਤ ਹੀ ਸਵਾਦ ਆਉਂਦਾ ਅਸੀਂ ਕਲਕਾਰੀਆਂ ਲੈਣੀਆਂ ਐ ਯਾਰ ਜੇ ਅਗਲੇ ਬੰਦੇ ਦੇ ਕੋਲ ਵੱਸ ਚ ਹੋਵੇ ਹੂੰ ਉਹ ਆਪਣੀ ਕਮੀ ਦੂਰ ਕਰ ਲਵੇ ਹੂੰ ਨਹੀਂ ਹੋਊਗਾ ਵੱਸ ਦੇ ਵਿੱਚ ਨਾਲੇ ਤੁਸੀਂ ਰੱਬਾਂ ਯਾਰ ਤੁਸੀਂ ਕਿਸੇ ਨੂੰ ਕਹਿਣ ਨਾਲੇ ਤੁਸੀਂ ਜੇ ਅਗਲੇ ਬੰਦੇ ਦਾ ਮਦਦ ਨਹੀਂ ਕਰ ਸਕਦੇ ਭਲਾ ਨਹੀਂ ਕਰ ਸਕਦੇ ਉਹਦੀ ਕਮੀ ਨਹੀਂ ਦੂਰ ਕਰ ਸਕਦੇ ਤਾਂ ਫਿਰ ਤੁਹਾਨੂੰ ਕਹਿਣ ਦਾ ਵੀ ਕੋਈ ਹੱਕ ਨਹੀਂ ਆਮ ਹੀ ਹੁੰਦਾ ਆਪਾਂ ਪਿੰਡਾਂ ਦੇ ਵਿੱਚ ਦੇਖਦੇ ਆ ਸੰਧਾਲੀਆ ਸਭ ਕੀ ਹੈ ਕਿਸੇ ਦਾ ਮੁੰਡਾ ਵਿਗੜ ਜੂ ਹੂੰ ਕਿਸੇ ਦੀ ਕੁੜੀ ਲੀਹੋਂ ਲੈ ਜੂ ਉਹ ਬੰਦਾ ਘਰੋਂ ਬਾਹਰ ਕਿਉਂ ਨਹੀਂ ਨਿਕਲਦਾ ਇਸ ਕਰਕੇ ਕਿ ਮੈਨੂੰ ਹਰ ਤੁਰੇ ਫਿਰਦੇ ਜਾਂਦੇ ਬੰਦੇ ਨੇ ਮੇਰੀ ਸਾਰ ਨਹੀਂ ਲੈਣੀ ਹੂੰ ਮੇਰਾ ਦੁੱਖ ਨਹੀਂ ਵੰਡਾਉਣਾ ਮੇਰੇ ਵਿੱਚ ਦੀ ਗੱਲਾਂ ਕੱਢਣੀਆਂ ਹੂੰ ਤੇ ਇੱਕ ਪਾਸੇ ਅਸੀਂ ਕਹਿੰਨੇ ਸਾਡਾ ਭਾਈਚਾਰਾ ਬਹੁਤ ਆ ਜੀ ਰੱਬ ਵਸਦਾ ਜੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਮੁਹੱਲਿਆਂ ਦੇ ਵਿੱਚ ਤੇ ਦੂਜੇ ਪਾਸੇ ਸਾਨੂੰ ਜੇ ਇੱਕ ਦੂਜੇ ਤੋਂ ਇੰਨਾ ਡਰ ਲੱਗਦਾ ਤਾਂ ਫਿਰ ਇਹ ਬੰਦੇ ਕਾਦੇ ਨਹੀਂ ਨਹੀਂ ਬਿਲਕੁਲ ਹੁਣ ਤੁਸੀਂ ਦੇਖੋ ਵੀ ਇਹ ਜਿੰਨੀ ਕੀ ਗੱਲ ਉਸ ਕਤਲ ਕੇਸ 'ਚ ਪੁਲਿਸ ਨੇ ਇੱਕ ਦੱਸੀ ਵੀ ਗਵਾਂਢੀ ਮੁੰਡਾ ਸੀ 5 ਸਾਲ ਉਹਦੇ ਵਿਆਹ ਨੂੰ ਹੋ ਗਏ ਤੇ ਉਹਨਾਂ ਦੇ ਵਿੱਚੋਂ ਜਿਹੜਾ ਪਰਿਵਾਰ ਜਿਹੜਾ ਜਿਹਦਾ ਕਿ ਕਤਲ ਹੋਇਆ ਉਹਦੇ ਜੋ ਇੱਕ ਬੀਬੀ ਉਹਨੂੰ ਜਦਾਂ ਆਮ ਆਪਣੇ ਪਿੰਡਾਂ 'ਚ ਵੀ ਬੀਬੀਆਂ ਦੀ ਆਦਤ ਹੁੰਦੀ ਵੀ ਪੁੱਛ ਲੈਣਾ ਹੋਰ ਤੀ ਇਹ ਹੋਰ ਪੁੱਤ ਕਿਦਾਂ ਕੋਈ ਗਾਂ ਕੋਈ ਨਿੱਕਾ ਨਿਆਣਾ ਉਹ ਸ਼ਾਇਦ ਹੋ ਸਕਦਾ ਪਹਿਲਾਂ ਸ਼ੁਰੂ-ਸ਼ੁਰੂ ਦੇ ਵਿੱਚ ਇਸੇ ਗੱਲ ਤੋਂ ਫਿਕਰਮੰਦੀ ਤੋਂ ਗੱਲ ਸ਼ੁਰੂ ਹੋਈ ਹੋਵੇ ਪਰ ਜਦੋਂ ਉਹਨਾਂ ਨੇ ਦੱਸਿਆ ਕਿ ਵੀ ਉਹ ਹੌਲੀ-ਹੌਲੀ ਟੌਂਟ ਬਾਜੀ 'ਚ ਆ ਗਿਆ ਸੀ ਕੰਮ ਵੀ ਤੇਰੇ ਤੇ ਅੱਛਾ ਨਿਆਣਾ ਹੀ ਨਹੀਂ ਹੁੰਦਾ ਹੁਣ 5 ਸਾਲ ਹੋ ਗਏ ਅੱਛਾ ਵੀ ਤੇਰੇ ਹੁਣ ਨਿਆਣਾ ਹੁੰਦਾ ਨਹੀਂ ਹਾਂ ਤੇ ਹੁਣ ਉਹ ਇੱਥੇ ਖੇលਦੇ ਹੋਣੇ ਚਾਹੀਦੇ ਇਕੱਲਾ ਹੀ ਬੈਠਾ ਹੀ ਹਾਂ ਜਦੋਂ ਹੁਣ ਉਹ ਮੁੰਡੇ ਨੇ ਕਿਹਾ ਵੀ ਜਾਂ ਜਦੋਂ ਪੁਲਿਸ ਕਹਿੰਦੀ ਹੈ ਵੀ ਉਹਨੇ ਇਸ ਹੱਦ ਤੱਕ ਵੀ ਉਹਨੂੰ ਕਹਿਦਾ ਵੀ ਤੇ ਤੇਰੇ ਕੋਲ ਨਹੀਂ ਹੁੰਦਾ ਤੇ ਫਿਰ ਤੂੰ ਹੈਨਾ ਹੁਣ ਜਦੋਂ ਇਸ ਹੱਦ ਤੱਕ ਆਪਾਂ ਕਿਸੇ ਨੂੰ ਵਾਰ-ਵਾਰ ਵਾਰ-ਵਾਰ ਕੋਈ ਗੱਲ ਕਹੀ ਜਾਵਾਂਗੇ ਤੇ ਉਹਨੇ ਉਹਦਾ ਰਿਐਕਟ ਕਰਨਾ ਹਾਲਾਂਕਿ ਜਿਸ ਹੱਦ ਤੱਕ ਉਹਨੇ ਕੀਤਾ ਉਹ ਚਾਹੀਦਾ ਨਹੀਂ ਸੀ ਜਾਇਜ਼ ਨਹੀਂ ਸੀ ਉਹ ਜਾਇਜ਼ ਬਿਲਕੁਲ ਨਹੀਂ ਅਸੀਂ ਨਹੀਂ ਆਂਦੇ ਵੀ ਜੇ ਕੋਈ ਕਿਸੇ ਨੂੰ ਇਦਾਂ ਕਰਦਾ ਤੇ ਉਹਨੇ ਉਹ ਤਿੰਨ ਕਤਲ ਕਰ ਦਿੱਤੇ ਤੇ ਉਹ ਮੁੰਡੇ ਨੇ ਜਾਇਜ਼ ਕੰਮ ਕੀਤਾ ਉਹਨੇ ਬਿਲਕੁਲ ਜਾਇਜ਼ ਨਹੀਂ ਕੀਤਾ ਪਰ ਆਪਾਂ ਸਿਰਫ ਉਹ ਗੱਲ ਕਰ ਰਹੇ ਹਾਂ ਵੀ ਜਿਹੜੀ ਉਹਦਾ ਕਾਰਨ ਬਣੀ ਚੀਜ਼ ਜੀ ਉਹ ਸੈਂਗਲ ਤੇ ਉਹ ਉਹ ਬੀਬੀ ਨੂੰ ਕੋ ਸਮਝਾਉਣ ਵਾਲਾ ਹੁੰਦਾ ਵੀ ਤੂੰ ਬੀਬੀ ਕੀ ਲੈਣ ਦੇਣਾ ਅਗਲੀ ਦੀ ਜ਼ਿੰਦਗੀ ਆ ਵੀ ਅਗਲੇ ਦੇ ਘਰ ਦਾ ਉਹ ਵਿਚਾਰਾ ਕੀ ਪਤਾ ਅੱਗੇ ਦੁਖੀ ਹੋਊਗਾ ਪਰੇਸ਼ਾਨ ਹੋ ਕਿਸੇ ਗੱਲੋਂ ਹੋ ਕਿ ਆਪਾਂ ਵਾਰ-ਵਾਰ ਉਹਦਾ ਉਹ ਜਿਹੜਾ ਦੁੱਖਿਆਂ ਨੂੰ ਕੁਰੇਦ ਦੇ ਕਿਉਂ ਆ ਵੀ ਜੇ ਕੋ ਭਲਾ ਨਹੀਂ ਕਰਨ ਜੋਗੇ ਤੇ ਪੁੱਛੀਏ ਵੀ ਨਾ ਤੂੰ ਜ਼ਿਆਦਾ ਵਧੀਆ ਨਹੀਂ ਹੈਗਾ ਹੁਣ ਇੱਕ ਗੱਲ ਤੇ ਹੈਗੀ ਵੀ ਇਥੋਂ ਇੱਕ ਗੱਲ ਕਲੀਅਰ ਆ ਵੀ ਉਹ ਜਿਹੜੀ ਗੱਲ ਕਹਿੰਦੇ ਨੇ ਵੀ ਗੱਲ ਕਹਿੰਦੇ ਵੀ ਤੂੰ ਮੈਨੂੰ ਇੱਕ ਰਾਂ ਗੱਲ ਜ਼ੁਬਾਨੋਂ ਕੱਢ ਮੂੰਹੋਂ ਕੱਢ ਤੇ ਮੈਂ ਤੈਨੂੰ ਪਿੰਨੋ ਘਣਾਉਣੀ ਪਿੰਨੋ ਛੱਡ ਕੇ ਜਾਣੋਂ ਕੱਢ ਤੇ ਬੰਦੇ ਆ ਬਸ ਬਿਲਕੁਲ ਤੁਸੀਂ ਉਨੇ ਵੀ ਕਹ ਸੀ ਕਿ ਮੇਰੀ ਘਰ ਵਾਲੀ ਸਾਹਮਣੇ ਮੈਨੂੰ ਕਈ ਵਾਰੀ ਇੰਨੇ ਇਹ ਟੇਢੀ ਗੱਲ ਕੀਤੀ ਤੇ ਮੇਰੀ ਘਰ ਵਾਲੀ ਵੀ ਮੇਰੇ ਨਾਲ ਲੜਨ ਲੱਗ ਪਈ ਸੀ ਤਾਂ ਮੈਨੂੰ ਗੁੱਸਾ ਆ ਗਿਆ ਮੈਂ ਉਸੇ ਬਿਲ ਨੂੰ ਦੇ ਘਰ ਗਿਆ ਪਹਿਲਾਂ ਉਸ ਜਨਾਨੀ ਦੇ ਸਿਰ 'ਚ ਥੋੜਾ ਮਾਰਿਆ ਉਹ ਮਰ ਗਈ ਇੰਨੀ دیر ਨੂੰ ਮੈਨੂੰ ਲੱਗਾ ਕਿ ਉਹਦੇ ਘਰ ਵਾਲਿਆਂ ਨੇ ਮੈਨੂੰ ਦੇਖ ਲਿਆ ਮੈਂ ਮਾਰਨੀ ਤਾਂ ਉਹ ਕੱਲੀ ਸੀ ਮੈਂ ਉਹਨੂੰ ਵੀ ਮਾਰ ਦਿੱਤਾ ਇੰਨੀ دیر ਨੂੰ ਉਹਦੀ ਉਹ ਜਨਾਨੀ ਦੀ ਸੱਸ ਆ ਗਈ ਮੈਂ ਉਹਨੂੰ ਵੀ ਮਾਰਤਾ ਬਾਅਦ ਚਲੋ ਗਿਆ ਇਸ ਛੱਡਤੀ ਅਰਗਬਤੀ ਲਾਤੀ ਕਿ ਬਲਾਸਟ ਉਹ ਨਹੀਂ ਹੋਇਆ ਬੰਦਾ ਫੜਿਆ ਗਿਆ ਤੁਸੀਂ ਇਹ ਦੇਖੋ ਉਹ ਕਹਿੰਦਾ ਮੇਰੀ ਘਰ ਵਾਲੀ ਤੇ ਵੀ ਕਿਸ ਤਰਜ਼ ਕਰਕੇ ਉਹਨੂੰ ਅੰਦਰ ਲੈ ਆਓ ਉਹਨੂੰ ਵੀ ਜੇਲ੍ਹ ਚ ਪਾ ਦਿਓ ਇੱਥੇ ਰੋਟੀ ਤੱਕਾਂ ਦੀ ਰੋ ਬਾਹਰ ਸਮਾਜ ਨਹੀਂ ਛੱਡਣੀ ਹੂੰ ਤਾਂ ਨੇ ਮਿਹਨੇ ਮਾਰਨੇ ਆ ਯਾਨੀ ਇਹਦੇ ਵਿੱਚ ਕਸੂਰ ਕਾਦਾ ਸਾਡਾ ਸਾਡੀ ਸੋਚ ਦਾ ਸਾਡੀ ਮਾੜੀ ਜ਼ੁਬਾਨ ਦਾ ਕਿ ਅਸੀਂ ਕਿਸੇ ਨੂੰ ਕੀ ਕਹਿਣਾ ਸਾਡੇ ਦਿਮਾਗ ਦੇ ਅੰਦਰ ਜਿਹੜਾ ਇੱਕ ਨਫਰਤ ਦਾ ਝੋਲਾ ਭਰ ਕੇ ਤਾਂ ਅਸੀਂ ਗੋਲ ਗੰਢ ਦੇ ਕੇ ਰੱਖਿਆ ਕਿ ਪਾਈਏ ਨੂੰ ਬਾਹਰ ਹੀ ਨਹੀਂ ਕੱਢਣਾ ਇਹ ਤਿੰਨ ਜੀ بچ ਸਕਦੇ ਸੀ ਦੋ ਟੱਬਰ ਤਬਾਹ ਹੋ ਗਏ ਨੇ ਦੂਜਾ ਉਹ ਬੰਦਾ ਅੰਦਰ ਚੋਂ ਬਚ ਸਕਦਾ ਸੀ ਪਰ ਅਸੀਂ ਤੇ ਇਹ ਵੀ ਕਹਿੰਨੇ ਕਿ ਜੇ ਕੋ ਤੁਹਾਨੂੰ ਮਾੜਾ ਚੰਗਾ ਕਹਿੰਦਾ ਤੁਸੀਂ ਆਪਣਾ ਟੈਂਪਰ ਲੂਜ਼ ਨਾ ਕਰੋ ਤੁਸੀਂ ਆਪੇ ਤੋਂ ਬਾਹਰ ਨਾ ਹੋਵੋ ਤੁਸੀਂ ਗੁੱਸੇ ਦੇ ਵਿੱਚ ਨਾ ਹੋ ਤਾਂ ਚੰ ਲੋਕੋ ਸਹੀ ਕਹਿੰਦੇ ਚਲੋ ਇਹ ਅਸੀਂ ਗੱਲਾਂ ਇਹ ਤੁਹਾਡੇ ਨਾਲ ਤਾਂ ਇਹ ਸਾਂਝੀਆਂ ਕਰਦੇ ਹਾਂ ਨੇ ਹੋ ਸਕਦਾ ਵੀ ਇਹ ਬੜੀ ਨਗੂਣੀ ਗੱਲ ਹੋਵੇ ਤੁਹਾਨੂੰ ਲੱਗੇ ਵੀ ਯਾਰ ਇੱਕ ਲੁਧਿਆਣੇ ਜੇ ਕਿਸੇ ਮਹੱਲੇ ਚ ਘਟਨਾ ਵਾਪਰੀ ਵੀ ਗਵਾਂਡੀ ਨੇ ਕੋਈ ਕਤਲ ਕਰਤਾ ਤੁਸੀਂ ਕੈਨੇਡਾ ਬੈਠੇ ਦੁਨੀਆ ਭਰ ਚ ਤੁਹਾਨੂੰ ਦੇਖਦੇ ਸੁਣਦੇ ਤੁਸੀਂ ਕੋਈ ਹੋਰ ਗੱਲ ਕਰੋ ਜੀ ਮੈਨੂੰ ਲੱਗਦਾ ਹੁੰਦਾ ਵੀ ਹੋ ਸਕਦਾ ਵੀ ਅਮਰੀਕਾ ਦੇ ਰਾਸ਼ਟਰਪਤੀ ਦੀ ਗੱਲ ਅਸੀਂ ਕਰੀਏ ਤੇ ਉਹ ਸੱਟਲੀ ਰੈਲੇਵੈਂਟ ਨਾ ਹੋਵੇ ਪਰ ਇਹ ਸਭ ਤੋਂ ਵੱਧ ਰੈਲੇਵੈਂਟ ਹੈ ਵੀ ਜੇ ਸਾਡਾ ਭਾਈਚਾਰਾ ਸਾਡਾ ਸਮਾਜ ਅਸੀਂ ਦੁਨੀਆ ਚ ਕਿਤੇ ਵੀ ਰਹਿੰਦੇ ਹੋ ਸਕਦੇ ਹਾਂ ਤੇ ਆਪਾਂ ਉਹ ਇਹਨਾਂ ਦੇਖੀ ਵੀ ਉਹ ਇੱਕ ਸ਼ਹਿਰ ਦੇ ਵਿੱਚ ਦੋ ਗਵਾਂਢੀ ਸੀ ਉਹ ਗਵਾਂਢੀ ਦੁਨੀਆਂ 'ਚ ਕਿਤੇ ਵੀ ਹੋ ਸਕਦੇ ਜੀ ਤੇ ਉੱਥੇ ਜਿਹੜਾ ਤੁਹਾਡਾ ਸਹਿਚਾਰ ਹੈ ਜਾਂ ਕਿਸੇ ਨਾਲ ਮਿਲਣੀ ਹੈ ਜੇ ਉਹ ਚੰਗੀ ਆ ਤੇ ਤੁਹਾਨੂੰ ਉਹਦਾ ਫਾਇਦਾ ਹੋਊਗਾ ਤੇ ਜੇ ਆਪਾਂ ਉਹਦੇ ਵਿੱਚ ਕਿਤੇ ਨਾ ਕਿਤੇ ਕੁੜਤਣ ਪਾਲ ਲਈ ਨੇ ਜਾਂ ਇਹੋ ਜਿਹਾ ਕੁਛ ਆ ਜਾਂਦਾ ਤੇ ਉਹਦਾ ਨੁਕਸਾਨ ਐਸਾ ਤੱਕ ਹੋ ਜਾ ਸਕਦਾ ਜਾ ਸਕਦਾ ਬਾਕੀ ਸੰਧਾਲੀਆ ਸਭ ਤੁਸੀਂ ਇਹ ਦੇਖੋ ਆਪਾਂ ਦੇਖਿਆ ਕਿ ਪੰਜਾਬ ਦੀਆਂ ਸਮੱਸਿਆਵਾਂ ਹੂਰ ਨੇ ਭਾਰਤ ਦੀਆਂ ਸਮੱਸਿਆਵਾਂ ਆਮ ਲੋਕਾਂ ਦੀਆਂ ਕੁਝ ਹੂਰ ਨੇ ਆਮੰਦਾ ਮਹਿੰਗਾਈ ਤੋਂ ਤੰਗ ਹੈ ਆਮ ਬੰਦਾ ਆ ਗੈਂਗਸਟਰਾਂ ਤੋਂ ਤੰਗ ਹੈ ਆਮ ਬੰਦਾ ਨਸ਼ੇ ਤੋਂ ਤੰਗ ਹੈ ਆਮੰਦਾ ਕਹਿੰਦਾ ਮੈਨੂੰ ਕੰਮ ਮਿਲੇ ਮੈਨੂੰ ਦਿਹਾੜੀ ਮਿਲੇ ਮੈਂ ਕੰਮ ਕਰਾਂ ਰੋਟੀ ਖਾਵਾਂ ਮੇਰਾ ਟੱਬਰ ਦੇ ਵਿੱਚੋਂ ਮੇਰੇ ਨਿਆਣੇ ਜਿਹੜੇ ਆ ਆਰਾਮ ਦੇ ਨਾਲ ਪੜ ਸਕਣ ਉਹਨਾਂ ਨੂੰ ਪਲੇਟਫਾਰਮ ਮਿਲੇ ਪੜਨ ਦਾ ਉਹ ਪੜ ਜਾਣ ਤਾਂ ਉਹਨਾਂ ਨੂੰ ਨੌਕਰੀ ਮਿਲੇ ਪਰ ਸਾਡੇ ਲੀਡਰ ਕੁਝ ਹੋរី ਕਰੀ ਜਾਂਦੇ ਆ ਚੰਨੀ ਸਾਹਿਬ ਨੇ ਹਾਕੀ ਖੇਡੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਫੁੱਟਬਾਲ ਖੇਡਿਆ ਭਗਵੰਤ ਮਾਨ ਸਾਹਿਬ ਦਾ ਕਲਾਕਾਰ ਨੇ ਕਈ ਕੁਝ ਖੇਡ ਜਾਂਦੇ ਸੀ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਐ ਲੱਗਦਾ ਸੀ ਕਿ ਭਾਈ ਰਾਹੁਲ ਗਾਂਧੀ ਸਾਹਿਬ ਪਿੱਛੇ ਰਹਿ ਗਿਆ ਪਰ ਉਹਨਾਂ ਨੇ ਬੜੀ ਰਫਤਾਰ ਫੜੀ ਇੱਕਦਮ ਹੀ ਕਿਸੇ ਨੇ ਕਹਿਤਾ ਕਿ ਭਾਈ ਐਂ ਕਰੀਦਾ ਹੁੰਦਾ ਗੇਅਰ ਪਾ ਕੇ ਮੁੜ ਕੇ ਕਲੱਚ ਛੱਡੀਦਾ ਇਹ ਨਹੀਂ ਦੱਸਿਆ ਕਿ ਹੌਲੀ ਹੌਲੀ ਛੱਡੀਦਾ ਕਿਉਂਕਿ ਕੁਦਮ ਕਲੱਚ ਛੱਡੀ ਤਾਂ ਸਕੂਟਰਾਂ ਝਟਕਾ ਜਾਂ ਮਾਰਦਾ ਤਾਂ ਉੱਪਰਦਾ ਤੇ ਬੰਦ ਹੋ ਜਾਂਦਾ ਕਿ ਡਿੱਗ ਵੀ ਪੈਂਦਾ ਹੁਣ ਰਾਹੁਲ ਗਾਂਧੀ ਸਾਹਿਬ ਦਾ ਆਪਾਂ ਪਿਛਲੇ ਕੁਝ ਮਹੀਨਿਆਂ ਦਾ ਘਟਨਾਕਰਮ ਦੇਖਿਆ ਕਿ ਉਹ ਮੋਟਰਸਾਈਕਲ ਠੀਕ ਕਰਨ ਵਾਲੀ ਦੀ ਦੁਕਾਨ ਤੇ ਜਾਂਦੇ ਆ ਹੱਥ ਗਰੀਸ ਨਾਲ ਕਾਲੇ ਹੋਏ ਆ ਪਾਨਾ ਚਾਬੇ ਹੱਥ 'ਚ ਫੜੇ ਆ ਫੋਟੋ ਵਿਸ਼ੇਸ਼ ਐਂਗਲ ਤੋਂ ਫਿਰ ਉਹ ਟਰੱਕਾਂ ਵਾਲਿਆਂ ਦੇ ਨਾਲ ਬੈਂਦੇ ਆ ਗੱਲਾਂ ਬਾਤਾਂ ਕਰਦੇ ਆ ਭਾਰਤ ਵਿੱਚ ਟਰੱਕਾਂ ਵਾਲਿਆਂ ਦੀ ਹਾਲਤ ਕੀ ਆ ਚਰਚਾ ਟਾਬੇ ਤੇ ਰੋਟੀ ਉਹਦੇ ਤੋਂ ਬਾਅਦ ਹੋਰ ਕਈ ਕੁਝ ਸੀ ਪਰ ਲੋਕ ਬੜੇ ਹੈਰਾਨ ਹੋਏ ਜਦੋਂ ਦਿੱਲੀੋਂ ਸ਼ਿਮਲੇ ਨੂੰ ਜਾਂਦੇ ਆ ਸਾਰਾ ਹਰਿਆਣਾ ਪਾਰ ਕਰਨਾ ਸੀ ਚੰਡੀਗੜ੍ਹ ਵੱਲ ਨੂੰ ਜਾਣਾ ਸੀ ਤੇ ਰਾਹ ਦੇ ਵਿੱਚ ਕਹਿੰਦੇ ਜੀ ਉਹਨਾਂ ਨੇ ਆਪਣੇ ਮੇਨ ਜਿੱਧਰ ਤੀ ਜਾਣਾ ਸੀ ਉਹਦੀ ਜਗ੍ਹਾ ਦੇ ਉੱਤੇ ਗੱਡੀ ਹਰਿਆਣੇ ਦੇ ਪਿੰਡਾਂ ਨੂੰ ਪਵਾ ਲਈ 50 ਕਿਲੋਮੀਟਰ ਵੇਥ ਦੇ ਉੱਤੇ ਜਾ ਕੇ ਇੱਕ ਜਗ੍ਹਾ ਦੇ ਉੱਤੇ ਕੁਝ ਕਿਸਾਨ ਤੇ ਖੇਤ ਮਜ਼ਦੂਰ ਝੋਨਾ ਲਾਉਂਦੇ ਸੀ ਆਮ ਬੰਦੇ ਨੂੰ ਲੱਗੂਗਾ ਕਿ ਝੋਨਾ ਲਾਉਂਦੇ ਸੀ ਤਾਂ ਕਿ ਰਾਹੁਲ ਗਾਂਧੀ ਉਹਨਾਂ ਨੇ ਉਹ ਛੱਡੇ ਹੁਣੇ ਮੋਟਰ ਤੇ ਮੋਟਰ ਤੇ ਸੱਦ ਕੇ ਗੱਲਾਂ ਬਾਤਾਂ ਕੀਤੀਆਂ ਹੋਣੀਆਂ ਤੁਹਾਡੀ ਦਿਹਾੜੀ ਕਿੰਨੀ ਕੀ ਐ ਰੋਟੀ ਉਹਨਾਂ ਦੇ ਨਾਲ ਖਾਧੀ ਹੋਣੀ ਆ ਗਿਆ ਹੁਣੇ ਨਾ ਰਾਹੁਲ ਗਾਂਧੀ ਨੇ ਬੂਟ ਲਾਏ ਜਰਾਬਾਂ ਲਾ ਕੇ ਝਾੜ ਕੇ ਬੂਟਾਂ 'ਚ ਰੱਖੀਆਂ ਪੈਂਟ ਗੋਡਿਆਂ ਤੋਂ 2-2 ਇੰਚ ਤਾਂ ਟੰਗੀ ਸੱਦੇ ਕਹਿੰਦੇ ਜੀ ਉੱਥੇ ਚਲੇ ਗਏ ਕੱਦੂ 'ਚ ਵੜ ਗਏ ਜਾ ਕੇ ਤੇ ਮਜ਼ਦੂਰਾਂ ਨਾਲ ਝੋਨਾ ਲਾਉਣ ਲੱਗ ਪਏ ਆ ਫੜ ਗੁੱਛੀ ਗੁੱਛੀ 'ਚੋਂ ਕੱਢਿਆ ਇੱਕ ਟੀਲਾ ਐਂ ਗੱਡ ਦਿੱਤਾ ਹੁਣ ਮੈਨੂੰ ਨਹੀਂ ਪਤਾ ਜਿਨ੍ਹਾਂ ਬੰਦਿਆਂ ਨੇ ਤਾਂ ਛੋਨਾ ਲਾਇਆ ਹੁਣ ਮੈਂ ਦੋ ਪੀ ਉਹ ਗੂਠੇ ਨਾਲ ਤਾਂਬ ਦਾਬ ਦਿੰਦੇ ਸੀ ਉਹ ਉਂਗਲੀ ਨਾਲ ਦਾਬ ਦਿੰਦੇ ਸੀ ਜਾਂ ਉਹ ਸਾਰੇ ਪੰਜੇ ਨਾਲ ਇਹਨਾਂ ਦਾਬ ਦਿੰਦੇ ਸੀ ਇਹ ਹੁਣ ਰਾਹੁਲ ਗਾਂਧੀ ਹੋਰ ਨੂੰ ਪਤਾ ਕਿਉਂਕਿ ਹੱਥ ਪਾਣੀ ਚੁੰਦਾ ਸਾਨੂੰ ਨਹੀਂ ਪਤਾ ਹੂੰ ਰਾਹੁਲ ਗਾਂਧੀ ਸਾਹਿਬ ਦੀਆਂ ਤਸਵੀਰਾਂ ਕਿਉਂ ਮਜ਼ਦੂਰਾਂ ਦੇ ਨਾਲ ਛੋਨਾ ਲਾ ਰਹੇ ਐ ਖੁਸ਼ ਫੇਰ ਅਗਲੀ ਤਸਵੀਰ ਰਾਹੁਲ ਗਾਂਧੀ ਸਾਹਿਬ ਦੀ ਕੱਦੂ ਕਰ ਰਹੇ ਨੇ ਟਰੈਕਟਰ ਦੇ ਨਾਲ ਖੇਤ ਦੇ ਵਿੱਚ ਟਰੈਕਟਰ ਵੀ ਚਿੱਕੜ ਨਾਲ ਲਿਪੜਿਆ ਰਾਹੁਲ ਗਾਂਧੀ ਸਾਹਿਬ ਵੀ ਗੋਡੇ-ਗੋਡੇ ਚਿੱਕੜ ਨਾਲ ਲਿਪੜੇ ਹੋ ਆ ਖੁਸ਼ ਚਲੋ ਵਧੀਆ ਇਹ ਨਹੀਂ ਮੈਨੂੰ ਪਤਾ ਕਿ ਉਹਨਾਂ ਨੇ ਪਿਛੇੜੇ ਟੱਲਰ ਪਾਏ ਆ ਕਿੰਨੇ ਕੁ ਲਾਏ ਸੀ ਕਿੰਨੇ ਕੁ ਨਹੀਂ ਲਾਏ ਸੀ ਫਿਰ ਉਹਦੇ ਤੋਂ ਬਾਅਦ ਜਿੰਨੇ ਵੀ ਉਹ ਮਜ਼ਦੂਰ ਸੀ ਉਹਨਾਂ ਸਾਰਿਆਂ ਦੇ ਨਾਲ ਕਿਸਾਨਾਂ ਦੇ ਨਾਲ ਸਾਂਝੀ ਫੋਟੋ ਖਿਚਾਈ ਫਿਰ ਉਹਨਾਂ ਨਾਲ ਰੋਟੀ ਖਾਧੀ ਲੱਸੀ ਪੀਤੀ ਸੰਧਾਲੀਆ ਸਭ ਆਪਾਂ ਕਿੰਨੇ ਕੁ ਦਿਨ ਹੋ ਗਏ ਜਿੱਦ ਗੱਲ ਕਰਦੇ ਨੇ ਯਾਰ ਖੇਤ ਚ ਹੋਈਏ ਕਿਤੇ ਪ੍ਰਸ਼ਾਦਾ ਉੱਥੇ ਆਵੇ ਉਹ ਤੋਂ ਬਾਅਦ ਗੋੜ ਹੋਵੇ ਲੱਸੀ ਹੋਵੇ ਜਿਹੜਾ ਸਵਾਦ ਆਪਾਂ ਉਸ ਦਿਨ ਕਈਆਂ ਨੇ ਕਿਹਾ ਜੀ ਸਾਡੇ ਮੂੰਹ 'ਚ ਪਾਣੀ ਆ ਗਿਆ ਤੇ ਰਾਹੁਲ ਗਾਂਧੀ ਸਭ ਲੱਸੀ ਪੀਏ ਉੱਥੇ ਜਾ ਕੇ ਸਵਾਦ ਆ ਗਿਆ ਕਿ ਨਹੀਂ ਆ ਗਿਆ ਅਰੇ ਨਹੀਂ ਪੂਰਾ ਸਵਾਦ ਆਇਆ ਤੁਸੀਂ ਦੇਖੋ ਵੀ ਆ ਜਿੰਨਾ ਕੋ ਉਥੇ ਯਾਦ ਕਰ ਇਹ ਸਾਰਾ ਕੁਝ ਛੱਡੇ ਮੈਨੂੰ ਅਜੇ ਬਹੁਤਾ ਚਿਰ ਨਹੀਂ ਹੋਇਆ ਜੀ ਤੇ ਮੈਂ ਪੂਰਾ ਮਹਿਸੂਸ ਕਰ ਸਕਦਾ ਕਿ ਉਹ ਆਨੰਦ ਕਿਹੋ ਜਿਹਾ ਆਹੋ ਉਹ ਗੱਲ ਵੱਖਰੀ ਆ ਕਿ ਵੀ ਜਦੋਂ ਬੰਦਾ ਇਦਾਂ ਕਿਸੇ ਅਮੀਰਤਰੀਨ ਬੰਦੇ ਨੂੰ ਦੇਖਦਾ ਤੇ ਫਿਰ ਆਪਾਂ ਨੂੰ ਲੱਗਦਾ ਵੀ ਯਾਰ ਇਹ ਤੇ ਐਵੇਂ ਪਖੰਡ ਕਰਦਾ ਫਿਰਦਾ ਠੀਕ ਆ ਉਹ ਗੱਲ ਵੱਖਰੀ ਹੈ ਰਾਜਨੀਤੀ ਦਾ ਕੈਂਗਲੂ ਹਦਾ ਵੀ ਪਰ ਜੇ ਰਾਹੁਲ ગાંધી ਸਾਹਿਬ ਨੂੰ ਕੋਈ ਵੇਹੇ ਪੁੱਛੇ ਵੀ ਕਿਦਾਂ ਉਹ ਯਾਰ ਵਾਕਿਆ ਹੀ ਸਵਾਦ ਆ ਵੱਖਰੀ ਜੀ ਗੱਲ ਸੀ ਹੈ ਨਾ ਪਰ ਇੱਕ ਗੱਲ ਤੇ ਹੈਗੀ ਹੈ ਇਹ ਗੱਲ ਤੁਸੀਂ ਬਿਲਕੁਲ ਠੀਕ ਕਹੀ ਵੀ ਸਲਾਹਕਾਰ ਬੰਦੇ ਜਿਹੜੇ ਵੀ ਨੇ ਪੀ ਉਹਨਾਂ ਨੇ ਕਿਹਾ ਵੀ ਆਮ ਲੋਕਾਂ ਚ ਜਾਓ ਆਮ ਲੋਕਾਂ ਦੇ ਜੀਵਨ ਨੂੰ ਨੇੜਿਓਂ ਦੇਖੋ ਉਹਨਾਂ ਦੇ ਨਾਲ ਨੇੜਤਾ ਬਣਾਓ ਉਹਨਾਂ 'ਚ ਪ੍ਰਭਾਵ ਬਣੇ ਪੀਆ ਰਾਹੁਲ ਗਾਂਧੀ ਵੀ ਆਪਣੇ ਵਰਗੇ ਬੰਦਾ ਯਾਰ ਉਹਨਾਂ ਨੂੰ ਵੀ ਜੋ ਅਸਲ ਮੁਸ਼ਕਲਾਂ ਨੇ ਉਹਨਾਂ ਦੇ ਮੂੰਹੋਂ ਸੁਣੋ ਉਹਨਾਂ ਦੇ ਵਿੱਚ ਰਹਿ ਕੇ ਦੇਖੋ ਦੇਖੋ ਜੇ ਤੇ ਉਸ ਐਂਗਲ ਤੋਂ ਆ ਤਾਂ ਮੈਨੂੰ ਲੱਗਦਾ ਹੁੰਦਾ ਵੀ ਇੱਕ ਗੱਲ ਚੰਗੀ ਵੀ ਆ ਕਿਉਂਕਿ ਜਿੰਨੇ ਥਾਵਾਂ ਦੇ ਉੱਪਰ ਬੰਦਾ ਜਾ ਕੇ ਖੁਦ ਦੇਖ ਲੂਗਾ ਕੱਲ ਨੂੰ ਉਹ ਫਿਕਰ ਜਾਪੂਗਾ ਵੀ ਜੇ ਮੰਨ ਲਓ ਕਿਸੇ ਦਾ ਹੋਇਆ ਵੀ ਯਾਰ ਉਹਨਾਂ ਜੀ ਫਲਾਣੇ ਥਾਂ ਦੇ ਉੱਪਰ ਆ ਮਾਰ ਪੈ ਗਈ ਤਾਂ ਦੀ ਫਸਲ ਖਰਾਬ ਹੋਗੀ ਹੋ ਸਕਦਾ ਉਹਨੇ ਦਿਮਾਗ ਚਾਵੇ ਵੀ ਯਾਰ ਉਹ ਬੰਦੇ ਇਦਾਂ ਜਿਹੇ ਦੇ ਸੀਗੇ ਵਿਚਾਰਿਆਂ ਦਾ ਬਹੁਤਾ ਊਖਾ ਸੀ ਹੈਨਾ ਤੇ ਉਹਨਾਂ ਦੀ ਜੇ ਉਹ ਇੰਨੀ ਮਿਹਨਤ ਨਾਲ ਸਾਰਾ ਕੁਝ ਕੀਤਾ ਹੋਊਗਾ ਇੰਨਾ ਚਿਰ ਉਹਨਾਂ ਨੇ ਬਾਅਦ ਦੇ ਵਿੱਚ ਫਸਲ ਦੇ ਲਈ ਇੰਤਜ਼ਾਰ ਕੀਤਾ ਹੋਊਗਾ ਅਖੀਰ ਉਹ ਖਰਾਬ ਹੋ ਗਈ ਜੇ ਕੱਲ ਨੂੰ ਕਿਤੇ ਰਾਹੁਲ ਗਾਂਧੀ ਸਾਹਿਬ ਸੱਤਾ 'ਚ ਹੁੰਦੇ ਨੇ ਮੈਂ ਤਾਂ ਗੱਲ ਕਰਦਾ ਪੀ ਯਾਰ ਉਹਨਾਂ ਦਾ ਕੋਈ ਸੋਚੀਏ ਜੀ ਜੇ ਤੇ ਤਾਰਾ ਉਸ ਹਾਵ ਨਾਲ ਉਸ ਲੈਵਲ ਤੇ ਜਾ ਕੇ ਜੁੜ ਗਏ ਤਾਂ ਹੋ ਸਕਦਾ ਵੀ ਇਹਨਾਂ ਸਾਰੀਆਂ ਚੀਜ਼ਾਂ ਦਾ ਇਨ ਫਿਊਚਰ ਦੇਸ਼ ਨੂੰ ਪੰਜਾਬ ਨੂੰ ਲੋਕਾਂ ਨੂੰ ਬੈਨੀਫਿਟ ਹੋ ਜੇ ਹਮਮ ਪਰ ਜੇ ਸਾਰਾ ਕੁਝ ਆਪਾਂ ਇਹਨੂੰ ਇਦਾਂ ਦੇਖ ਲਈਏ ਕਿ ਵੀ ਹਾਂ ਉਹ ਸਿਰਫ ਤੇ ਸਿਰਫ ਇੱਕ ਇਮੇਜ ਬਿਲਡ ਅਪ ਕਰਨ ਦੇ ਲਈ ਆ ਵੀ ਕੋ ਨਾਲ ਬੰਦੇ ਰੱਖੇ ਨੇ ਉਹਨਾਂ ਆਖਿਆ ਵੀ ਨਹੀਂ ਜੀ ਹੁਣ ਤੁਸੀਂ ਐਸ ਹਸਾਬ ਨਾਲ ਕੁਝ ਕਰਕੇ ਦੇਖੋ ਕੋ ਐਸ ਹਸਾਬ ਨਾਲ ਕਰਕੇ ਦੇਖੋ ਲੋਕਾਂ ਚ ਚਰਚਾ ਹੋਵੇ ਲੋਕਾਂ ਆਕਣ ਅੱਛਾ ਯਾਰ ਕੀ ਬਾਤ ਆ ਕਮਾਲ ਹੋ ਗਈ ਜੇ ਤੇ ਸਿਰਫ ਉਸ ਹਸਾਬ ਦਾ ਸਿਰਫ ਕਾਗਜ਼ ਕਾਲੇ ਕਰਨ ਵਾਲੀਆਂ ਕਵਾਇਦਾਂ ਨੇ ਜਾਂ ਜਿੱਦਾਂ ਇਹ ਕਾਮ ਤੌਰ ਤੇ ਪੀਆਰ ਏਜੰਸੀਜ਼ ਰੱਖੀਆਂ ਹੁੰਦੀਆਂ ਨੇ ਵੀ ਅੰਜੀ ਹੁਣ ਆਪਾਂ ਕਿਵੇਂ ਕਿਵੇਂ ਅੱਗੇ ਕਰਨਾ ਸਾਰਾ ਕੁਝ ਫਿਰ ਮੈਨੂੰ ਲੱਗਦਾ ਵੀ ਇੰਨਾਂ ਚੀਜ਼ਾਂ ਦਾ ਕੋਈ ਬਹੁਤਾ ਫਾਇਦਾ ਹੈ ਨਹੀਂ ਉਹਦੇ ਨਾਲ ਚੰਗਾ ਵੀ ਚਲੋ ਚੰਗੀ ਗੱ ਕਦੂ ਦੇ ਭਾਵੇਂ ਨਾਮ ਹੀ ਵੜਦੇ ਟਰੈਕਟਰ ਤੇ ਭਾਵੇਂ ਨਾਮ ਹੀ ਚੜਦੇ ਬੂਟੇ ਚਾਰ ਝੋਨੇ ਦੇ ਨਾਮ ਹੀ ਲਾਉਂਦੇ ਉੱਥੇ ਬਹਿ ਕੇ ਉਹਨਾਂ ਦੀ ਗੱਲ ਹੀ ਸੁਣ ਲੈਂਦੇ ਤੇ ਉਦੋਂ ਬਾਅਦ ਆਂਦੇ ਵੀ ਅੱਛਾ ਯਾਰ ਜੇ ਕੱਲ ਨੂੰ ਕਿਤੇ ਮੌਕਾ ਮਿਲਿਆ ਮੈਨੂੰ ਹਾਲਾਂਕਿ ਉਹਨਾਂ ਦੀ ਤੇ ਚਲੋ ਮੈਮਰੀ ਖਾਰਜ ਹੋ ਗਈ ਜਾਂ ਜਿਹੜੇ ਮੇਰੇ ਪਾਰਟੀ ਦੇ ਬੰਦੇ ਨੇ ਉਹ ਤੁਹਾਡੀ ਫਲਾਨੀ ਫਲਾਨੀ ਮੰਗ ਉੱਥੇ ਜਾ ਕੇ ਰੱਖਣਗੇ ਜ਼ਰੂਰ ਪੁੱਛਣਗੇ ਜ਼ਰੂਰ ਤਾਂ ਜੋ ਜਿਹੜੇ ਤੁਹਾਡੇ ਨੇਚਰ ਤੋਂ ਆ ਲਟਕਦੇ ਮਸਲੇ ਆਪਾਂ ਇਹਨਾਂ ਦਾ ਕੋਈ ਹੱਲ ਕਰ ਸਕੀ ਜੇ ਤੇ ਉਸ ਐਂਗਲ ਤੋਂ ਕੋਈ ਗੱਲ ਕੀਤੀ ਆ ਅਪਨੋ ਜੇ ਤੱਕ ਪਤਾ ਨਹੀਂ ਜਾਂ ਉਹ ਕਰ ਦੇਣ ਤੇ ਆਪਾਂ ਉਹਨੂੰ ਆ ਸ਼ਾਬਾਸ਼ ਤੇ ਜੇ ਆਪਾਂ ਹੁਣ ਕੱਲ ਨੂੰ ਖਬਰ ਹੋਰ ਕਰਨ ਲੱਗ ਪਏ ਬਈ ਉਹ ਨਾ ਜੀ ਰਾਹੁਲ ਗਾਂਧੀ ਸਾਹਿਬ ਗਏ ਫਿਰ ਉਹਨਾਂ ਢਾਬੇ ਦੇ ਤੰਦੂਰੀਏ ਨੂੰ ਮਿਲਤੇ ਉਹ ਕਹਿੰਦਾ ਪਰੇ ਹੋ ਜਣ ਫਿਰ ਮੈਂ ਵੀ ਦੇਖ ਕੇ ਫੋਟੋ ਆਉਣਾ ਜੇ ਤੇ ਉਸ ਸਾਹਿਬ ਦਾ ਕੰਮ ਆ ਤਾਂ ਵੀ ਖਬਰਾਂ ਹੀ ਨਹੀਂ ਹੋਰ ਵਿੱਚ ਕੀ ਆ ਆਪਾਂ ਛੇ ਜਲੇਬੀਆਂ ਕੱਢੀਆਂ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਪੰਜਾਬ ਦੇ ਵਿੱਚ ਉਹਦੇ ਇਲੈਕਸ਼ਨ ਸੀ ਆਹ ਜਲੇਬੀਆਂ ਕੱਢੀਆਂ ਇੱਕ ਤਾਂ ਚਾਹ ਪੀਤੀ ਤਾਸ਼ ਖੇਡੀ ਤਾਸ਼ ਖੇਡੀ ਸੰਧਾਲੀਆ ਸਾਹਿਬ ਮੈਨੂੰ ਇੱਕ ਗੱਲ ਫਰਕ ਲੱਗੀ ਥੋੜੀ ਜੀ ਬਾਕੀ ਉਹਨਾਂ ਨੇ ਸਾਰਾ ਕੁਝ ਠੀਕ ਕੀਤਾ ਉੱਥੇ ਰੋਟੀ ਖਾਧੀ ਉੱਥੇ ਝੋਨਾ ਲਾਇਆ ਉੱਥੇ ਕੱਦੂ ਉਹਨੂੰ ਪਤਾ ਹੁੰਦਾ ਕਿ ਮੈਂ ਹੁਣ 2-3 ਘੰਟੇ ਕੰਮ ਕਰਨਾ ਉਹਨੇ ਪਜਾਮਾ ਲਾ ਕੇ ਢੰਗਣਾ ਹੁੰਦਾ ਜਾਂ ਪੈਂਟ ਲਾ ਕੇ ਢੰਗਣੀ ਹੁੰਦੀ ਹੈ ਕੰਮ ਕਰਕੇ ਉੱਥੇ ਫਿਰ ਮੋਟਰ ਤੋਂ ਗਿੱਟੇ-ਗਿੱਟੇ ਧੋ ਕੇ ਚੰਗੇ ਤਰੀਕੇ ਸਕਾ ਕੇ ਉੱਥੇ ਕੱਪੜੇ ਪਾ ਕੇ ਸਕੂਟਰ ਪਹਿਲੇ ਗੇਅਰ ਚਾਹੀਦਾ ਪਹਿਲਾਂ ਥੋੜਾ ਟੇਡਾ ਕਰਨਾ ਹੂੰ ਦੂਜੀ ਪਾਸੇ ਆ ਕੇ ਇੱਕ ਮਾਰ ਕੇ ਤੁਰ ਲੈਣਾ ਰਾਹੁਲ ગાંધી ਸਾਹਿਬ ਨੇ ਇਦਾਂ ਨਹੀਂ ਕੀਤੀ ਉਹ ਕਹਿੰਦੇ ਆ ਜੀ ਉੱਥੋਂ ਫਿਰ ਆਏ ਫਿਰ ਕੁਝ ਕਿਲੋਮੀਟਰ ਦੂਰ ਜਾ ਕੇ ਜਿਹੜਾ ਕੈਫੇਟੇਰੀਆ ਸੀ ਉੱਥੇ ਜਾ ਕੇ ਕੱਪੜੇ-ਕੋਪੜੇ ਚੇਂਜ ਕੀਤੇ ਫੇਰ ਗਏ ਨਹੀਂ ਨਹੀਂ ਵੈਸੇ ਗੱਲ ਆਦਾ ਆਦਾ ਮੈਂ ਤਾਂ ਹੀ ਕਿਹਾ ਸੀ ਨਾ ਕਿ ਇਹ ਦੋ ਗੱਲਾਂ ਨੇ ਜੇ ਤਾਂ ਉਹ ਮਹਿਸੂਸ ਕੀਤੀ ਚੀਜ਼ ਫਿਰ ਤੇ ਹੋ ਸਕਦਾ ਪੀ ਅਸਲ ਚ ਭਲੇ ਵਾਲੇ ਪਾਸੇ ਵੀ ਚਲ ਜੇ ਤੇ ਜੇ ਉਹ ਸਿਰਫ ਫੋਟੋ ਸੈਸ਼ਨ ਤੱਕ ਸੀਗਾ ਪੀ ਉਹ ਇੱਕ ਕਵਾਇਦ ਦਾ ਲਿਖਿਆ ਹੋਇਆ ਐਸਾ ਸੀ ਤੇ ਫਿਰ ਉਹਨਾਂ ਨੂੰ ਹੋ ਸਕਦਾ ਪੀ ਇਨ ਫਿਊਚਰ ਉਹ ਕੋਈ ਫਾਇਦਾ ਭਾਲਦੇ ਹੋਣ ਪਰ ਜਿੰਨਾਂ ਲੋਕਾਂ ਦੇ ਨਾਲ ਉਹ ਟਾਈਮ ਗੁਜ਼ਾਰਿਆ ਉਹ ਆਸ ਘੱਟ ਰੱਖਾਂ ਮੈਨੂੰ ਨਾਲ ਲੱਗਦਾ ਹਰਿਆਣੇ ਤੇ ਸੂਪਾ ਰਾਜਸਥਾਨ ਹੈ ਮੈਨੂੰ ਯਾਦ ਆ ਗਿਆ ਸੰਧਾਲੀਆ ਸਾਹਿਬ ਪਿਛਲੇ ਦਿਨੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਇਸੇ ਪ੍ਰੋਗਰਾਮ ਚ ਪ੍ਰਾਈਮ ਫੋਕਸ ਚ ਕਿ ਸਚਨ ਪਾਇਲਟ ਕਾਂਗਰਸ ਦੇ ਲੀਡਰ ਨੇ ਰਾਜਸਥਾਨ ਤੋਂ ਕਿ ਮੈਂ ਉਹਨਾਂ ਦੀ ਇੱਕ ਫੋਟੋ ਦੇਖੀ ਇੱਕ ਕੁੱਪ ਦੇ ਲਾਗੇ ਖੇਤਾਂ ਦੇ ਵਿੱਚੋਂ ਬੈਠੇ ਹੱਥ ਦੇ ਵਿੱਚ ਪਲਾਸਟਿਕ ਦਾ ਸ਼ੀਸ਼ਾ ਫੜਿਆ ਤੇ ਛੇਵ ਕਰਦੇ ਆ ਇਹ ਉਹ ਦਿਨਾਂ ਦੀ ਫੋਟੋ ਸੀ ਉਹ ਸਮਾਂ ਸੀ ਜਦੋਂ ਉਹ ਕਹਿੰਦੇ ਸੀ ਕਿ ਅਸ਼ੋਕ ਗਹਿਲੋਤ ਭਾਵੇਂ ਸਾਡੀ ਪਾਰਟੀ ਵੱਲੋਂ ਹੀ ਮੁੱਖ ਮੰਤਰੀ ਨੇ ਪਰ ਪਿਛਲੀ ਭਾਜਪਾ ਸਰਕਾਰ ਦੇ ਪ੍ਰਸ਼ਟ ਲੋਕਾਂ ਦੇ ਖਿਲਾਫ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਨੌਜਵਾਨਾਂ ਦੇ ਨਾਲੇ ਧੋਖਾ ਮੈਂ ਬਰਦਾਸ਼ਤ ਨਹੀਂ ਕਰੂੰਗਾ ਮੈਂ ਅਨਸ਼ੰਨ ਤੇ ਬੈਠਣਾ ਮੈਂ ਰੈਲੀ ਕਰਨੀ ਹੈ ਮੈਂ ਪੈਦਲ ਯਾਤਰਾ ਕਰਨੀ ਹੈ ਮੈਂ ਅਲਟੀਮੇਟਮ ਦਿੰਦਾ ਉਹ ਸਚਿਨ ਪਾਇਲਟ ਜਿਹੜੇ ਤੂੜੀ ਦੇ ਕੁੱਪ ਲਾਗੇ ਬੈਠ ਕੇ ਹੱਥ ਦੇ ਵਿੱਚ ਉਹ ਪਲਾਸਟਿਕ ਦਾ ਸ਼ੀਸ਼ਾ ਨੀਲੇ ਰੰਗ ਦਾ ਫੜ ਕੇ ਤੇ ਆਪ ਹੀ ਉਸ ਤਰੀਏ ਨਸ਼ੇਵ ਕਰਦੇ ਸੀ ਸਚਿਨ ਪਾਇਲਟ ਸਾਹਿਬ ਦਾ ਇੱਕ ਹੋਰ ਬਿਆਨ ਆਇਆ ਉਹ ਤੋਂ ਬੜੇ ਅਗਰੈਸਿਵ ਸੀ ਉਹ ਉਹ ਕਹਿੰਦੇ ਜੀ ਖੜਗੇ ਸਾਹਿਬ ਨਾਲ ਗੱਲ ਹੋਈ ਕਾਂਗਰਸ ਦੇ ਕੌਮੀ ਪ੍ਰਧਾਨ ਨਾਲ ਤੇ ਖੜਗੇ ਸਾਹਿਬ ਨੇ ਮੈਨੂੰ ਇਹ ਵੀ ਕਿਹਾ ਕਿ ਸੁਝਾਵੀਆ ਤੇ ਮੇਰਾ ਹੁਕਮ ਵੀ ਹੈ ਸਚਿਨ ਤੇਰੇ ਲਈ ਹਮ ਹਮ ਤੇ ਮੈਨੂੰ ਕਹਿੰਦੇ ਜੀ ਉਹਨਾਂ ਨੇ ਭਰੋਸਾ ਦਿੱਤਾ ਤੇ ਬਹੁਤ ਅਨੁਭਵੀ ਨੇ ਬੜਾ ਤਜਰਬਾ ਹੈ ਸ਼ੋਹ ਗਹਿਲੂਤੋਂ ਰੰਦਾ ਹੁਣ ਤਜਰਬਾ ਹੋ ਗਿਆ ਗਹਿਲੂਤ ਸਾਹਿਬ ਦਾ ਤੇ ਮੇਰੇ ਨਾਲ ਉਮਰ ਦੇ ਵਿੱਚ ਵੀ ਸਿਆਣੇ ਆ ਅਸੀਂ ਰਲ ਕੇ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੇ ਗੁੱਸੇ ਗਲੇ ਹੁੰਦੇ ਆ ਹੁੰਦੇ ਰਹਿਣੇ ਆ ਪਰ ਅਸੀਂ ਰਲ ਕੇ ਚੋਣਾਂ ਲੜਨੀਆਂ ਜੇ ਚੋਣਾਂ ਰਲ ਕੇ ਨਾਲ ਲੜੀਆਂ ਤਾਂ ਫਿਰ ਜਿੱਤਾਂਗੇ ਕਿੱਦਾਂ ਤੇ ਨਾਲ ਲੱਗਦੀ ਇੱਕ ਗੱਲ ਨੂੰ ਹੋਰ ਕਹਤੀ ਖੜਗੇ ਸਾਹਿਬ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਕੌਣ ਹੋਊਗਾ ਚੋਣਾਂ ਜਿੱਤਣ ਤੋਂ ਬਾਅਦ ਦੇਖਾਂਗੇ ਮੈਂ ਵੀ ਇਸ ਗੱਲ ਤੇ ਆਉਣ ਲੱਗਾ ਸੀ ਵੀ ਖੜਗੇ ਸਾਹਿਬ ਨੇ ਮੈਨੂੰ ਸਮਝਾਇਆ ਹੋਣਾ ਵੀ ਦੇਖੋ ਪਾਇਲਟ ਸਾਹਿਬ ਗੱਲ ਇਹ ਆ ਵੀ ਜੇ ਮੰਨ ਲਓ ਸਰਕਾਰ ਰਹੁ ਜਾਂ ਸਰਕਾਰ ਦੁਬਾਰਾ ਆਉ ਫੇਰ ਹੀ ਕੁਰਸੀ ਤੇ ਬਾਹੋਂਗੇ ਨਾ ਤੇ ਜੇ ਹੁਣ ਤੁਸੀਂ ਆਖੀਓ ਵੀ ਆਪਾਂ ਮਿਲ ਕੇ ਚੱਲਣਾ ਨੇ ਗਹਿਲੂਤ ਸਾਹਿਬ ਦਾ ਰਾਹ ਵੱਖਰਾ ਮੇਰਾ ਰਾਹ ਵੱਖਰਾ ਰਾਜਸਥਾਨ ਵਾਲੇ ਲੋਕ ਮੇਰੇ ਨਾਲ ਨੇ ਕਹੇ ਗਹਿਲੂਤ ਸਾਹਿਬ ਨਾਲ ਨੇ ਆਪਾਂ ਕਲੀਅਰ ਕਰ ਦਿਆਂਗੇ ਤੇ ਜੇ ਤੁਸੀਂ ਇਹ ਕਲੀਅਰ ਕਰਦੇ ਰਹੇ ਤੇ ਉਹਨੇ ਜਿਹਨੂੰ ਕੋਈ ਤੀਸਰਾ ਬੰਦਾ ਜਾਂ ਤੀਸਰੀ ਧਿਰ ਜਾਂ ਕੋਲੋ ਬੀਜੇਪੀ ਉਹ ਮਾਰ ਕਾ ਮਾਰ ਗਈ ਤੇ ਫਿਰ ਤੇ ਮੁੱਖ ਮੰਤਰੀ ਉਹਨਾਂ ਦਾ ਬਣਨਾ ਤੁਹਾਡੇ ਦੇ ਪੱਲੇ ਪੈਣਾ ਹੀ ਕੁਛ ਨਹੀਂ ਵੀਰ ਮੇਰਾ ਹੋ ਸਕਦਾ ਤਾਂ ਉਹਨਾਂ ਨੂੰ ਲੱਗਿਆ ਵੀ ਯਾਰ ਯਾਰ ਬਾਤ ਚੰਗਾ ਉਹਨਾਂ ਦਾ ਤੇ ਕਿਉਂ ਨਾ ਫਿਰ ਆਪਾਂ ਇੱਕ ਨਾ ਮਿਲ ਕੇ ਪਹਿਲਾਂ ਸਰਕਾਰ ਬਣਾ ਲਈਏ ਕੁਰਸੀ ਨਵਾਤ ਪੈਂਦਾ ਕਰ ਲਈਏ ਕਿਰਾਂ ਜਦੋਂ ਕੁਰਸੀ ਮਿਲ ਜੂਗੀ ਫਿਰ ਡਿਸਾਈਡ ਕਰ ਲਾਂਗੇ ਵੀ ਕਿੰਨੇ ਬਹਿਣਾ ਕਿੰਨੇ ਨਹੀਂ ਬਹਿਣਾ ਪਰ ਇੱਕ ਚੀਜ਼ ਆਪਾਂ ਇਹਦੇ ਚ ਐਡ ਕਰੀਏ ਜੇ ਮੈਂ ਗਲਤ ਨਹੀਂ ਤੇ ਪੌਣੇ ਇੱਕ ਪੰਜ ਸਾਲ ਪਹਿਲਾਂ ਜੈਪੁਨ ਤੋਂ ਪੰਜ ਸਾਲ ਹੀ ਲਾ ਲੋ ਕੋ ਕੋਨੇ ਇੱਕ ਮਹੀਨੇ ਪਹਿਲਾਂ ਵੀ ਬਣ ਜਾਂਦੀ ਉਦੋਂ ਵੀ ਸਚਨ ਪਾਇਲਟ ਨੇ ਬਥੇਰਾ ਕੰਮ ਕੀਤਾ ਸੀ ਉਦੋਂ ਗਹਿਲੋਤ ਸਾਹਿਬ ਨੂੰ ਛੱਡ ਕੇ ਗਹਿਲੋਤ ਪਾਇਲਟ ਨੂੰ ਛੱਡ ਕੇ ਗਹਿਲੋਤ ਸਾਹਿਬ ਨੂੰ ਕੁਰਸੀ ਤੇ ਕਾਂਗਰਸ ਪਾਰਟੀ ਵਾਲਾਂ ਬਿਠਾ ਲਿਆ ਸੀ ਜੇ ਹੁਣ ਫੇਰ ਇਦਾਂ ਹੀ ਕਰ ਲਿਆ ਤੇ ਫੇਰ ਪਾਇਲਟ ਸਾਹਿਬ ਕੀ ਕਰਨਗੇ ਫੇ ਪਾਇਲਟ ਸਾਹਿਬ ਨੇ ਜੋ ਜਿੱਤ ਦਿੱਤੀ ਸਿੰਧਿਆ ਨੇ ਕੀਤਾ ਜੋ ਕੁਲਦੀਪ ਬਿਸ਼ਨੋਈ ਨੇ ਕੀਤਾ ਜੋ ਇਕਨਾਥ ਸ਼ਿੰਦੇ ਨੇ ਕੀਤਾ ਜੋ ਜੀਤ ਪਵਾਰ ਨੇ ਕੀਤਾ ਜੋ ਜੀਤਨਾਰਾ ਮੰਦੀ ਜੀ ਨੇ ਕੀਤਾ ਜੋ ਉਹਪਿੰਦਰ ਕੁਸ਼ਵਾਹਾ ਨੇ ਕੀਤਾ ਮਤਲਬ ਦੂਜੀ ਬੱਸ ਰੈਡੀ ਹੈ ਹਾਂ ਸੀਟ ਉਹ ਚ ਹੈਗੀ ਹੈ ਇਹਨਾਂ ਸਵਾਰੀ ਰੱਖਣੀ ਰਾਕਾ ਜੋ ਸੁਨੀਲ ਜਾਖੜ ਸਾਹਿਬ ਨੇ ਮੈਂ ਤਾਂ ਹੀ ਆ ਗਿਆ ਇਹਨਾਂ ਸੀਟ ਰੱਖਣੀ ਤੇ ਰੱਖ ਲੈਣੇ ਤੇ ਫੇ ਅਗਲੇ ਕੋਲੇ ਤੇ ਮੌਕਾ ਹੈਗਾ ਨਹੀਂ ਅਗਲੇ ਕਹਿੰਦੇ ਡਰਾਈਵਰ ਸਾਹਿਬ ਦੇ ਕੋਲ ਬਿਠਾਵਾਂਗੇ ਹਾਂ ਦੇ ਨਾਲ ਉਹਨਾਂ ਨੇ ਲਿਖ ਦਿੰਨਾ ਵੀ ਇੱਥੇ ਠੰਡਾ ਪਾਣੀ ਇੱਥੋਂ ਪੀਓ ਜੀ ਹੂੰ ਗਲਾਸ ਸਟੀਲ ਦਾ ਗਲਾਸ ਸਟੀਲ ਦਾ ਚਲੋ ਸੰਧਾਲੀਆ ਸਭ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਸਰਗਰਮ ਹੈ ਜਦੋਂ ਦਾ ਗੁਰਬਾਣੀ ਪ੍ਰਸਾਰਨ ਵਾਲਾ ਮਸਲਾ ਹੋਇਆ ਉਸ ਤੋਂ ਬਾਅਦ ਲਗਾਤਾਰ ਖਬਰਾਂ ਚ ਪਹਿਲਾਂ ਗੁਰਬਾਣੀ ਪ੍ਰਸਾਰਨ ਵਾਲੇ ਮਸਲੇ ਦੇ ਕਰਕੇ ਫਿਰ ਰਾਜਪਾਲ ਸਾਹਿਬ ਨਾਲ ਮੁਲਾਕਾਤ ਦੇ ਕਰਕੇ ਉਹਦੇ ਤੋਂ ਬਾਅਦ ਜਿਹੜਾ ਇੱਕ ਕਰੋੜ ਰੁਪਏ ਦਾ ਕਪੜਾ ਐਸ்சிਪੀਸੀ ਨੇ ਆਪ ਲੱਬਿਆ ਸੀ ਉਹ ਸੁੱਕੇ ਪ੍ਰਸ਼ਾਦਿਆਂ ਦੇ ਮਸਲੇ ਦੇ ਉੱਤੇ ਦਾਲਾਂ ਦੇ ਮਸਲੇ ਤੇ ਝੂਠ ਦੇ ਮਸਲੇ ਤੇ ਉਹਦੇ ਤੋਂ ਬਾਅਦ ਉਹਤੇ ਹੋਈ ਕਾਰਵਾਈ ਦੇ ਕਰਕੇ ਤੇ ਹੁਣ ਕਾਰਜਕਾਰੀ ਦੀ ਮੀਟਿੰਗ ਹੋਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸਾਹਿਬ ਦੀ ਅਗਵਾਈ ਚ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂਨੀਫਾਰਮ ਸਿਵਲ ਕੋਡ ਦਾ ਠੋਕੇ ਵਿਰੋਧ ਕੀਤਾ ਉਹ ਕਹਿੰਦੇ ਜੀ ਮੁੱਡੋ ਰੱਦ ਇੱਕ ਤਾਂ ਹੁੰਦਾ ਨਾ ਕਿ ਇਹਦੇ ਤੇ ਚਰਚਾ ਕਰਨੀ ਚਾਹੀਦੀ ਹੈ ਇਹਦੇ ਤੇ ਸਾਰਿਆਂ ਦੇ ਵਿਊ ਲੈਣੇ ਚਾਹੀਦੇ ਨੇ ਇਹਦੇ ਤੇ ਵਿਚਾਰ ਹੋਣਾ ਚਾਹੀਦਾ ਹੈ ਸਾਰੇ ਸਮਾਜ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਉਹ ਕਹਿੰਦੇ ਜੀ ਰੱਦ ਉਹ ਕਹਿੰਦੇ ਜੀ ਭਾਵੇਂ ਇਹ ਜੇ ਸੁਝਾਅ ਮੰਗੇ ਗਏ ਆ ਪਰ ਘੱਟ ਗਿਣਤੀਆਂ ਅਸਹਿਜ ਨੇ ਯੂਨੀਫਾਰਮ ਸਿਵਲ ਕੋਡ ਦੀ ਲੋੜ ਕੋਈ ਨਹੀਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਜਿੱਦਾਂ ਸਿੱਖ ਭਾਈਚਾਰਾ ਉਹਦੇ ਆਪਣੇ ਰੀਤੀ ਰਿਵਾਜ ਨੇ ਆਪਣੀਆਂ ਰਵਾਇਤਾਂ ਨੇ ਅਸੀਂ ਆਪਣੇ ਢੰਗ ਦੇ ਨਾਲ ਬਹੁਤ ਕੁਝ ਕਰਦੇ ਆ ਤੇ ਯੂਨੀਫਾਰਮ ਸਿਵਲ ਕੋਡ ਇਹਦੇ ਉਲਟ ਹੈ ਇਦਾਂ ਹੀ ਬਹੁਤ ਸਾਰੇ ਹੋਰ ਭਾਈਚਾਰੇ ਨੇ ਉਹ ਕਹਿੰਦੇ ਜੀ ਅਸੀਂ ਠੋਕ ਕੇ ਵਿਰੋਧਤਾ ਕਰਦੇ ਆ ਇਹ ਗੱਲ ਅਸੀਂ ਅੱਜ ਹੀ ਕਹਿ ਦਿੰਨੇ ਆ ਕੱਲ ਨੂੰ ਵੀ ਕਹਾਂਗੇ ਤੇ ਨਾਲ ਮਨਜਿੰਦਰ ਸਿੰਘ ਸਿਰਸਾ ਕਦੇ ਅਕਾਲੀ ਦਲ ਦੇ ਹੁੰਦੇ ਸੀ ਕਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਸੀ ਉਹ ਕਹਿੰਦੇ ਜੀ ਆਪਣੇ ਆਕਾ ਨੂੰ ਖੁਸ਼ ਕਰਨ ਦੇ ਲਈ ਐਸਜੀਪੀਸੀ ਨੇ ਆ ਫੈਸਲਾ ਕੀਤਾ ਨਹੀਂ ਤਾਂ ਗੱਲ ਕੋਈ ਨਹੀਂ ਸੀ ਸਿਰਸਾ ਸਾਹਿਬ ਪੁਰਾਣੇ ਜਾਣਦੇ ਹੀ ਨੇ ਨਾ ਤਾਂ ਕਰਕੇ ਹੋ ਸਕਦਾ ਨੇ ਸਟੇਟਮੈਂਟ ਦੇਤੀ ਹੋਵੇ ਪਰ ਦੇਖੋ ਸਿਰਸਾ ਸਾਹਿਬ ਨੇ ਵੈਸੇ ਜਿਹੜਾ ਉਹਦੀ ਗੱਲ 'ਚ ਲੌਜਿਕ ਦਿੱਤਾ ਉਹ ਕਹਿੰਦੇ ਵੀ ਯਾਰ ਜੂਸੀਸੀ ਜਾਂ ਜਿਹੜਾ ਵੀ ਇਹ ਮਤਲਬ ਯੂਨੀਫਾਰਮ ਸਿਵਲ ਕੋਡ ਦੀ ਗੱਲ ਚੱਲਦੀ ਉਹ ਕਹਿੰਦੇ ਵੀ ਇਹਦਾ ਤੇ ਇਹਦਾ ਆਧਾਰ ਹੀ ਕੋਈ ਨਹੀਂ ਹੈਗਾ ਕੋਈ ਖਰੜਾ ਕਿਤੇ ਕੋਈ ਅਜੇ ਖਾਸ ਨਸ਼ਰ ਕੀਤਾ ਨਹੀਂ ਆਪਾਂ ਨੂੰ ਜਾਣਿਆ ਨਹੀਂ ਪੜਿਆ ਨਹੀਂ ਕਿ ਅਸਲ 'ਚ ਉਹ ਹੈ ਕੀ ਆ ਬਿਲਕੀਆ ਹੋਊਗਾ ਕਿਦਾਂ ਤੇ ਜਦੋਂ ਆਪਾਂ ਕਿਸੇ ਚੀਜ਼ ਨੂੰ ਜਾਣਦੇ 부ਝਦੇ ਨਹੀਂ ਅਜੇ ਤੱਕ ਤੇ ਉਸ ਤੋਂ ਪਹਿਲਾਂ ਹੀ ਆਪਾਂ ਉਹਦਾ ਵਿਰੋਧ ਕਰਨ ਲੱਗ ਪਏ ਨੇ ਫਿਰ ਉਹਨਾਂ ਨੂੰ ਜਾਪਿਆ ਵੀ ਇਹ ਚੀਜ਼ ਤੇ ਸਿਰਫ ਸਿਰਫ ਐਵੇਂ ਆਪਣੇ ਆਕਾਮਾਂ ਨੂੰ ਖੁਸ਼ ਕਰਨ ਦੇ ਲਈ ਇੱਕ ਸਟੈਂਡ ਲੈਣ ਦੀ ਗੱਲ ਹੈ ਵੀ ਅਸੀਂ ਵੱਖਰੇ ਤੌਰ ਤੇ ਆ ਤੇ ਮੈਨੂੰ ਸੋਚਦਾ ਸੀ ਵੀ ਜੇ ਇਦਾਂ ਨਹੀਂ ਆ ਤੇ ਮੇਰਾ ਖਿਆਲ ਹੈ ਜੇ ਆਪਾਂ ਕੱਲ ਕੱਲ ਹੀ ਪੜਦੇ ਸੀ ਨਾ ਵੀ ਜਿਹੜੀ ਡੀਐਸਜੀ ਐਮਸੀ ਵਾਲੇ ਕਾਲਕਾ ਸਾਹਿਬ ਨੇ ਉਹਨਾਂ ਨੇ ਲਗਭਗ ਕਿਹਾ ਵੀ ਨਹੀਂ ਜੀ ਠੀਕ ਆ ਆਪਾਂ ਇਹਨਾਂ ਦੇ ਨਾਲ ਫਿਰ ਪੜਿਆ ਤੇ ਉਹਨਾਂ ਨੇ ਵੀ ਨਹੀਂ ਇਹ ਮੰਨ ਲੋਦਾ ਆ ਰਿਣੀਗਾ ਕਿ ਇਹ ਸਹੀ ਦਾ ਤੇ ਆਪਾਂ ਉਹਦੀ ਹਮਾਇਤ ਜਾਂ ਉਹਦੀ ਵਿਰੋਧਤਾ ਕਿਦਾਂ ਕਰ ਸਕਦੇ ਹਾਂ ਫਿਰ ਇਹ ਦਾ ਮਤਲਬ ਇਹ ਸਵਾਲ ਕਾਲਕਾ ਸਾਹਿਬ ਵਾਲੇ ਪਾਸੇ ਵੀ ਚੱਲੇ ਜਾਣਾ ਪਰ ਮੈਂ ਇਹ ਬੇਨਤੀ ਕਰਾਂ ਦੇਖੋ ਇਹ ਗੱਲ ਸਹੀ ਹੈ ਵੀ ਉਹ ਬਹੁਤਾ ਜੇ ਨਸ਼ਰ ਨਹੀਂ ਹੋਇਆ ਉਹਦੇ ਵਿੱਚ ਕੀ ਹੋਊਗਾ ਕੀ ਨਹੀਂ ਹੋਊਗਾ ਖਰੜਾ ਜਦੋਂ ਸਾਹਮਣੇ ਆਊਗਾ ਪੂਤੇ ਵਿਚਾਰ ਕਰ ਲਾਂਗੇ ਪਰ ਜੇ ਤੇ ਉਹ ਸਾਰੇ ਕੁਛ ਦੀ ਮੰਨ ਲੋ ਕਿ ਵੀ ਜਿਹੜੀ ਜਿਹੜੀ ਮੂਲ ਚੀਜ਼ ਆ ਉਹਦੀ ਅੰਦਰਲੀ ਉਹ ਇਹ ਆ ਕਿ ਵੀ ਯਾਰ ਪੂਰੇ ਦੇਸ਼ ਨੂੰ ਜੋੜ ਕੇ ਰੱਖਣਾ ਜੀ ਇੱਕ ਮੁੱਠ ਕਰਨਾ ਤੇ ਉਹਦੇ ਨਾਲ ਇਹ ਆ ਵੀ ਜਿਹੜੇ ਬੰਦੇ ਦਾ ਜੋ ਨੇਰਾ ਪਾਉਣੇ ਆ ਵੱਖਰਾ ਪਾਉਣੇ ਉਹ ਵੀ ਨਾਲ ਦੀ ਨਾਲ ਬਰਕਰਾਰ ਰਵੇ ਉਹਨੂੰ ਇਹ ਨਾ ਲੱਗੇ ਮੈਨੂੰ ਰਲਗੱਡ ਕਰ ਲਿਆ ਕਿਤੇ ਹਾਂ ਉਦੇਸ਼ਤਾਵਾਦੀ ਠੀਕ ਹੈ ਵੀ ਅਸੀਂ ਭਾਰਤੀ ਵੱਖਰੀ ਗੱਲ ਹੈ ਪਰ ਉਹ ਇੱਕ ਭਾਰਤੀ ਨਾਗਰਿਕ ਹੋਣ ਦੇ ਨਾਲ ਉਹਦੇ ਕੋਈ ਧਾਰਮਿਕ ਰੀਤੀ ਰਿਵਾਜ ਹੋ ਸਕਦੇ ਆ ਕੁਮਾਨਤਾਵਾਂ ਹੋ ਸਕਦੀਆਂ ਜਾਂ ਕੋਈ ਵੱਖਰਾ ਪਨ ਨਿਆਰਾ ਪਨ ਹੋ ਸਕਦਾ ਜੇ ਤੇ ਉਹ ਸਾਰੀਆਂ ਚੀਜ਼ਾਂ ਦਾ ਸਤਕਾਰ ਹੋਊਗਾ ਤੇ ਫਿਰ ਕਿਸੇ ਨੂੰ ਹਰਜ ਵੀ ਕੀ ਹੈ ਮੰਨ ਲਓ ਆਪਾਂ ਦੇਸ਼ ਦੀ ਗੱਲ ਕਰਦੇ ਆ ਕਿੰਨੇ ਸੂਬੇ ਨੇ ਕਿੰਨੀਆਂ ਬੋਲੀਆਂ ਨੇ ਕਿੰਨੇ ਧਰਮ ਨੇ ਕਿੰਨੀ ਤਰ੍ਹਾਂ ਦੇ ਲੋਕ ਨੇ ਸਾਰੇ ਕਹਿੰਦੇ ਨੇ ਵੀ ਅਸੀਂ ਇੰਡੀਅਨ ਆ ਪਰ ਜੇ ਉਹ ਮੰਨ ਲੋ ਵੀ ਅਗਲੇ ਨੂੰ ਕਿ ਵੀ ਹਾਂ ਵੀਰ ਮੇਰਾ ਬਾਕੀ ਸਾਰਾ ਕੁਝ ਵੀ ਆਪਾਂ ਨਾਲ ਹੌਲੀ-ਹੌਲੀ ਰਲਾ ਲੈਣਾ ਫਿਰ ਹੋ ਸਕਦਾ ਪੀਤਾ ਜੀ ਇੱਕ ਪਾਸੇੋਂ ਵਿਰੋਧ ਦੀ ਗੱਲ ਚੱਲਦੀ ਮੁੜ ਕੇ ਹੌਲੀ-ਹੌਲੀ ਕਈ ਪਾਸੇੋਂ ਤੁਰੇ ਨਹੀਂ ਬਹੁਤ ਪਾਸੇੋਂ ਤੁਰੂਗੀ ਸੰਧਾਲੀਆ ਸਾਹਿਬ ਇਹਦੇ ਵਿੱਚ ਕੋਈ ਦੂਰ ਆਈ ਨਹੀਂ ਕੁਝ ਲੋਕਾਂ ਨੇ ਹੱਕ 'ਚ ਵੀ ਆਉਣਾ ਕੁਝ ਲੋਕਾਂ ਨੇ ਵਿਰੋਧ 'ਚ ਵੀ ਆਉਣਾ ਕੁਝ ਐਸੇ ਵੀ ਹੋਣੇ ਆ ਜਿਹੜੇ ਪਹਿਲਾਂ ਵਿਰੋਧ 'ਚ ਹੁੰਨੇ ਆ ਫਿਰ ਹੱਕ 'ਚ ਹੋ ਜਾਂਦੇ ਹੁੰਦੇ ਆ ਯਾਨੀ ਰੋਲੇ ਰੱਪੇ ਕਈ ਨੇ ਨਾ ਹੁਣ ਇਹਦੇ ਤੋਂ ਇਲਾਵਾ ਜਦੋਂ ਧਾਮੀ ਸਾਹਿਬ ਨੂੰ ਪੁੱਛਿਆ ਗਿਆ ਕਿ ਕਿਵੇਂ ਜੀ ਕੁਰਬਾਨੀ ਪ੍ਰਸਾਰਨ ਵਾਲੇ ਮੁਸੱਲੇ ਦੇ ਉੱਤੇ ਲੱਗਦਾ ਸੀ ਕੁਝ ਕਹਿਣਗੇ ਪਰ ਉਹਨਾਂ ਨੇ ਆਖਿਆ ਨਹੀਂ ਅੱਜ ਚਲੋ ਦਿਨ ਹੈਗੇ ਆ 10 12 13 14 ਦਿਨ ਹੈਗੇ ਆ ਜੀ ਜੋ ਤੱਕ ਕੰਟਰੈਕਟ ਹੈਗਾ ਪਿਛਲੀ ਕੰਪਨੀ ਦੇ ਨਾਲ ਉਸ ਤੋਂ ਬਾਅਦ ਕੀ ਹੁੰਦਾ ਹੈ ਉਹ ਦੇਖੀ ਜਾਊ ਉਹ ਕਹਿੰਦੇ ਜਿਹੜੇ 51 ਬੰਦੇ ਸੀ ਸਸਪੈਂਡ ਕੀਤੇ ਉਹਨਾਂ ਨੂੰ ਬਰਖਾਸਤ ਵੀ ਕਰ ਸਕਦੇ ਆ ਅਜੇ ਕੰਮ ਚੱਲ ਰਿਹਾ ਉਹਨਾਂ ਦੇ ਨਾਲ ਕਿੱਦਾਂ ਅਸੀਂ ਜਿਹੜਾ ਉਹ ਟੈਕਲ ਕਰਨਾ ਉਹਨਾਂ ਨੂੰ ਕਿੱਥੇ ਤੱਕ ਕਾਰਵਾਈ ਹੋਣੀ ਹੈ ਉਹ ਕਹਿੰਦੇ ਅੱਜ ਤਾਂ ਸਿਰਫ ਸਸਪੈਂਡ ਕੀਤੇ ਆ ਨਾ ਅਸੀਂ ਬਹੁਤ ਅੱਗੇ ਤੱਕ ਵੀ ਜਾ ਸਕਦੇ ਆ ਅਸੀਂ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਨਾ ਉਜ ਇੱਕ ਕਹਿੰਦੇ ਉਹਨਾਂ ਦੇ ਵਿੱਚੋਂ 51 ਦੇ ਵਿੱਚੋਂ ਕਿ ਭਾਈ ਸਾਡੇ ਉੱਤੇ ਗਲਤ ਹੋ ਗਿਆ ਜੀ ਕੰਮ ਤਾਂ ਕਿਸੇ ਹੋਰ ਨੇ ਕੀਤਾ ਸੀ ਸਾਡਾ ਤਾਂ ਵਿੱਚ ਐਵੇਂ ਨਾ ਹੀ ਬੋਲਦਾ ਹੁਣ ਦੇਖਦੇ ਆ ਕਹਾਣੀ ਕਿੱਧਰ ਜਾਂਦੀ ਹੈ ਪਰ ਸੰਧਾਲੀਆ ਸਭ ਇੱਕ ਫਿਰੋਜ਼ਪੁਰ ਤੋਂ ਰਿਪੋਰਟ ਆਈ ਹੈ ਉਹ ਵਾਰਡ ਖੇਤ ਨੂੰ ਖਾਨ ਵਾਲੀ ਰਿਪੋਰਟ ਹੈ ਇੱਕ ਉਹ ਹੈਡ ਕਾਸਟੇਬਲ ਆ ਜਾਂ ਐਸਆਈ ਆ ਪੁਲਿਸ ਦਾ ਕਰਮਚਾਰੀ ਹੈ ਵਰਦੀ ਪਾਈ ਆ ਇੱਕ ਉਹ ਸਿਲਵਰ ਪੇਪਰ ਜਿਹਾ ਉਹਦੇ ਹੱਥ 'ਚ ਹੈ ਇੱਕ ਮੋਮਬਤੀ ਯਾ ਤੀਲਾਂ ਦੀ ਡੱਬੀ ਪਤਾ ਨਹੀਂ ਕੀ ਹੈ ਉਹ ਜਗਾ ਕੇ ਤੋਂ ਉਹਦੇ ਥੱਲੇ ਫੇਰੀ ਜਾਂਦਾ ਹੈ ਉੱਪਰ ਕੋਈ ਪਦਾਰਥ ਪਿਆ ਤੇ ਇਧਰੋਂ ਸੂਟੇ ਖਿੱਚੀ ਜਾਂਦਾ ਹੈ ਤੇ ਕਹਿੰਦੇ ਜੀ ਚਿਟਾ ਪੀਂਦਾ ਸੀ ਉਹ ਪਰਦੀ ਪਾਈ ਆ ਵੀਡੀਓ ਬਣਾ ਲਈ ਵੀਡੀਓ ਲੇਟੈਸਟ ਹੈ ਜਾਂ ਪੁਰਾਣੀ ਹੈ ਇਹ ਵੀ ਨਹੀਂ ਪਤਾ ਤੇ ਜਦੋਂ ਉਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਫੈਲ ਗਈ ਤੇ ਛਣ ਵੀ ਹੋਜੀ ਕਿ ਨਾ ਬੰਦੇ ਦਾ ਸਤਪਾਲ ਹੈ ਪੁਲਿਸ ਦਾ ਕਰਮਚਾਰੀ ਹੈ ਉਸੇ ਵੇਲੇ ਉਹਨੂੰ ਕਹਿੰਦੇ ਜੀ ਲਾਈਨ ਹਾਜ਼ਰ ਕਰ ਦਿੱਤਾ ਨਾਲ ਹੀ ਕਹਿੰਦੇ ਜੀ ਉਹਨੂੰ ਪ੍ਰਸ਼ਾਸਨ ਨੇ ਜਾਂਚ ਵਿਭਾਗੀ ਜਾਂਚ ਖੋਲ ਦਿੱਤੀ ਨਾਲ ਹੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜਾ ਉਹਨੂੰ ਭਰਤੀ ਕਰਾਤਾ ਨਾਲ ਹੀ ਟੈਸਟ ਕਰਾਉਣ ਨੂੰ ਕਹਤਾ ਕਿ ਪਤਾ ਲੱਗੇ ਕੀ ਕਰਦਾ ਹੈ ਜਦੋਂ ਉਹਨੂੰ ਪੁੱਛਿਆ ਹੁਣ ਵੈਸੇ ਉਹ ਸਸਪੈਂਡ ਕਰਤਾ ਹੂੰ ਜਦੋਂ ਉਹਨੂੰ ਪੁੱਛਿਆ ਉਹ ਕਹਿੰਦੇ ਜੀ ਦੇਖੋ ਮੈਂ ਤਾਂ ਪੀਂਦਾ ਹੀ ਨਸ਼ਾ ਮੈਂ ਆਫੇ ਭਰਤੀ ਹੋ ਗਿਆ ਸੀ ਮੈਂ ਭਰਤੀ ਹੋਣਾ ਪੁਲਿਸ ਵਿੱਚ ਭਰਤੀ ਹੋਣ ਨੂੰ ਕਹਿੰਦੇ ਮੈਂ ਆਫੇ ਭਰਤੀ ਹੋ ਗਿਆ ਸੀ ਕੱਲ੍ਹ ਚ ਨਸ਼ਾ ਛਡਾਊ ਕੇਂਦਰ ਛੁਣ ਤਾਂ ਮੈਂ ਛੜਤਾ ਕਹਿੰਦੇ ਉਹ ਪੁਰਾਣੀ ਵੀਡੀਓ ਹੈ ਇਹ ਪੁਲਿਸ ਦੀ ਡਿਪਾਰਟਮੈਂਟਲ ਇਨਕੁਆਰੀ ਦੇ ਵਿੱਚੋਂ ਪਤਾ ਲੱਗੂ ਉੱਤੇ ਕਾਰਵਾਈ ਕੀ ਹੋਣੀ ਹੈ ਉਹ ਨੌਕਰੀ ਤੇ ਰਹਿਣਾ ਕਿ ਨਹੀਂ ਰਹਿਣਾ ਟੈਸਟ ਕੀਤੇ ਗਏ ਪਤਾ ਲੱਗ ਜੂ ਕਿ ਹੁਣ ਨਸ਼ਾ ਕਰਦਾ ਕਿ ਨਹੀਂ ਕਰਦਾ ਜਾਂ ਕਦੋਂ ਕਦਾ ਕਰਦਾ ਜਾਂ ਉਹਦੀ ਹਾਲਤ ਕਿਦਾਂ ਦੀ ਹੈ ਪਰ ਸੰਧਾਲੀਆ ਸਭ ਮੈਂ ਸੋਚਦਾ ਸੀ ਕਿ ਇਦਾਂ ਦਾ ਬੰਦਾ ਕਿਸੇ ਤਸਕਰ ਨੂੰ ਫੜ ਲਵੇ ਉਹਨੂੰ ਜੇਲ੍ਹ 'ਚ ਥੋੜੀ ਪਾਉਂਦਾ ਹੁਣ ਇੱਕ ਤਾਂ ਉਹ ਤੋਂ ਨਸ਼ਾ ਖੋਲ੍ਹ ਹੀਦਾ ਹੁਣ ਕਿ ਭਾਈ ਮੈਂ ਕਰਨਾ ਦੂਜਿਆਂ ਨੂੰ ਕਹਿੰਦਾ ਹੁਣ ਕਿ ਭਾਈ ਵੇਚੀ ਇੱਥੇ ਮਰਜੀ ਪਰ ਮੈਨੂੰ ਮੇਰਾ ਹਿੱਸਾ ਪਹੁੰਚਣਾ ਚਾਹੀਦਾ ਕੁਝ ਰੁਪਈਏ ਵੀ ਤੇ ਨਸ਼ਾ ਵੀ ਹੁਣ ਉਹਦੇ ਤੋਂ ਤਾਂ ਬਹੁਤ ਕੁਝ ਪਤਾ ਕੀਤਾ ਜਾ ਸਕਦਾ ਹੈ ਜੇ ਉਹਨੇ ਇੱਕ ਵਾਰੀ ਚਿੱਟਾ ਲਾਇਆ ਜਾਂ ਅਨੇਕ ਵਾਰੀ ਚਿੱਟਾ ਲਾਇਆ ਉਹ ਦੱਸੂਗਾ ਕਿ ਮੈਂ ਕਿਹਦੇ ਤੋਂ ਲਿਆਉਂਦਾ ਸੀ ਹੂੰ ਉਹ ਦੱਸੂਗਾ ਕਿ ਜਿਹਦੇ ਤੋਂ ਮੈਂ ਲਿਆਉਂਦਾ ਸੀ ਉਹ ਕਿੱਥੋਂ ਵੇਚਦਾ ਕਿੱਥੋਂ ਲਿਆ ਕੇ ਵੇਚਦਾ ਸੀ ਫਿਰ ਉਹ ਦੱਸੂਗਾ ਕਿ ਤਨਖਾਹ ਤਾਂ ਮੇਰੀ ਇੰਨੀ ਕੁ ਸੀ ਮਰੋ ਜ ਐਨੇ ਦਾ ਪੀ ਜਾਂਦਾ ਸੀ ਤਾਂ ਫਿਰ ਬਾਕੀ ਪੈਸੇ ਮੈਂ ਲਿਆਉਂਦਾ ਕਿੱਥੋਂ ਸੀ ਜਾਨੀ ਇੱਕ ਪੂਰੇ ਦਾ ਪੂਰਾ ਨੈਕਸਸ ਜਿਹੜਾ ਹੈ ਉਹਦਾ ਪਰਦਾ ਪਰਦਾ ਫਸ਼ ਕੀਤਾ ਜਾ ਸਕਦਾ ਪਤਾ ਇਹ ਵੀ ਲੱਗਿਆ ਕਿ ਹੋਰ ਵੀ ਕਈ ਐ ਜਿਨ੍ਹਾਂ ਦੇ ਗਲਤ ਆ ਵਰਦੀ ਪਈ ਹੈ ਪਰ ਮੂੰਹ ਜਾਂ ਨੱਕ ਤੇ ਨਹੀਂ ਧੂਆਂ ਕਿਸੇ ਹੋਰ ਚੀਜ਼ ਦਾ ਜਾਂਦਾ ਇਹ ਦੇਖੋ ਇਹ ਗੱਲ ਆਪਾਂ ਪਹਿਲਾਂ ਵੀ ਸੁਣਦੇ ਰਹੇ ਇਸ ਤੋਂ ਪਹਿਲਾਂ ਵੀ ਕਈ ਬਰਾਮ ਡਿਪਾਰਟਮੈਂਟ ਵਾਲੇ ਪਾਸੋਂ ਵੀ ਚਰਚਾਵਾਂ ਚੱਲਦੀਆਂ ਸੀ ਨਾ ਵੀ ਹਾਂ ਯਾਰ ਮਹਿਕਮੇ 'ਚ ਵੀ ਕੁਝ ਬੰਦੇ ਹੈਗੇ ਨਹੀਂ ਹੁਣ ਉਹ ਪਹਿਲਾਂ ਗੱਲਤਰਾਤੇ ਸੀਗੇ ਬਾਅਦ 'ਚ ਪੈ ਗਏ ਪਤਾ ਨਹੀਂ ਹੋ ਸਕਦਾ ਕਿਸੇ ਵੇਲੇ ਬੰਦਾ ਵੀ ਜ਼ਿਕਰ ਕਰਦਾ ਹੁੰਦਾ ਵੀ ਯਾਰ ਇਹਨਾਂ ਨੂੰ ਬਾਹਰ ਕੱਢੋ ਇਹੋ ਜਿਹੇ ਬੰਦੇ ਰੱਖਣੇ ਨਹੀਂ ਚਾਹੀਦੇ ਮਹਿਕਮਾ ਦੇ ਵਿੱਚ ਇਦਾਂ ਕਦਾਂ ਸਵੇਰੇ ਕਰਾਂ ਛਾੜਨਾ ਲਾ ਦਿਓ ਮੈਂ ਸੋਚਦਾ ਚਲੋ ਲਾ ਦਿਓ ਛਾੜਨਾ ਜੀ ਹੁਣ ਜੇ ਛਾੜਨਾ ਲਾ ਗਏ ਉਹਨੂੰ ਵੱਡੀ ਦੇ ਘਰੇ ਬਾ ਦੇਉਗਾ ਨਾ ਵੀ ਹਾਂ ਵੀ ਤੂੰ ਵੀ ਨਸ਼ਾ ਕਰਦਾ ਹੈ ਉਹ ਨੂੰ ਦੀਸਾ ਜਾ ਤੇ ਕੋਈ ਨਹੀਂ ਬੰਦਾ ਜਾ ਉਹ ਕਰਦਾ ਹੈ ਕਰਦਾ ਹੈ ਉਹ ਕਹਿੰਦਾ ਵੀ ਮੈਂ ਨਸ਼ਾ ਕਰਦਾ ਹੈ ਮੈਂ ਅਨਫਿਟ ਕਹਿ ਕੇ ਮੈਨੂੰ ਨੌਕਰੀੋਂ ਕੱਢ ਤਾ ਉਹ ਘਰੇ ਬੈਜੂ ਹੁਣ ਜਿਹੜਾ ਉਹਦਾ ਨਸ਼ੇ ਦੀ ਲਤ ਉਹ ਤੇ ਛੁੱਟੀ ਨਹੀਂ ਇਹਦੇ ਨਾਲ ਜਿਹਦਾ ਮਤਲਬ ਜੇ ਆਪਾਂ ਪੰਜਾਬ ਦੇ ਹਿਸਾਬ ਨਾਲ ਗੱਲ ਕਰੀਏ ਵੀ ਉਹ ਨਸ਼ੇੜੀ ਦੇਖ ਰਹੀ ਗਿਆ ਨਾ ਗੱਲ ਤੇ ਆ ਵੀ ਇਹ ਜਿਹੜੀਆਂ ਚੀਜ਼ਾਂ ਨੇ ਇਹ ਅਲਾਮਤਾਂ ਕਿੱਦਾਂ ਖਤਮ ਹੋਣਗੀਆਂ ਉਸ ਵਾਲੇ ਪਾਸੇ ਕੰਮ ਕੀਤਾ ਹੈ ਹੁਣ ਇਹਦਾ ਹੀ ਇੱਕ ਦੂਸਰਾ ਪੱਖ ਆ ਜਾਂਦਾ ਵੀ ਫਲਾਣਾ ਮੁੰਡਾ ਜੀ ਪੜਿਆ ਲਿਖਿਆ ਸੀ ਬੇਰੁਜ਼ਗਾਰ ਸੀ ਉਹਨੂੰ ਕੰਮ ਨਹੀਂ ਸੀ ਮਿਲਦਾ ਉਹ ਤਾਂ ਨਸ਼ੇ ਤੇ ਲੱਗ ਗਿਆ ਇੱਥੇ ਕਹਿਣਗੇ ਜੀ ਉਹਦਾ ਕੰਮ ਸੀਗਾ ਇਹਦਾ ਮਤਲਬ ਇਹ ਹੋ ਗਿਆ ਵੀ ਇਹ ਇੰਡੀਵਿਜੂਅਲ ਚੋਇਸ ਹੈ ਹਰੇਕ ਬੰਦੇ ਦੀ ਵੀ ਉਹਨੇ ਉਸ ਪਾਸੇ ਜਾਣਾ ਕਿ ਨਹੀਂ ਜਾਣਾ ਇਹ ਜਾਣਾ ਨਹੀਂ ਜਾਣਾ ਦੀ ਆਪਸ਼ਨ ਤਾਂ ਆਉਂਦੀ ਹੈ ਜਦੋਂ ਉਹ ਚੀਜ਼ अवेलेबल ਹੈ ਮੈਨੂੰ ਲੱਗਦਾ ਹੁੰਦਾ ਸਭ ਤੋਂ ਵੱਡਾ ਸਵਾਲ ਤੇ ਇਹੀ ਬਣਦਾ ਵੀ ਉਹ ਚੀਜ਼ ਹੈਗੀ ਆ ਤਾਂ ਲੋਕ ਉਹਦੇ ਚ ਜਾਂਦੇ ਨੇ ਚਾਹੇ ਕੋਈ ਬੇਰੁਜ਼ਗਾਰ ਹੋਵੇ ਚਾਹੇ ਕੋਈ ਨੌਕਰੀ ਪੇਸ਼ ਵਾਲਾ ਉਹਦਾ ਹੱਲ ਹੀ ਹੋਣਾ ਚਾਹੀਦਾ ਵੀ ਪਹਿਲਾਂ ਉਹ ਸਾਰੇ ਕੁਝ ਨੂੰ ਆਪਾਂ ਰੋਕ ਲਈਏ ਫਿਰ ਇਹ ਜਿਹੜਾ ਛਾਣਨਾ ਉਹ ਲਾ ਲਿਆ ਜਾਵੇ ਅਗਲੇ ਨੂੰ ਪੁੱਛ ਲੋ ਬੰਦੇ ਦਾ ਪੁੱਤ ਬਣਾ ਕੇ ਵੀ ਹਾਂ ਵੀਰ ਮੇਰਾ ਜੇ ਤੇ ਤੂੰ ਕਰਨੀ ਨੌਕਰੀ ਜੀ ਸਦਕੇ ਕਰੀ ਜਾ ਪਰ ਤੇਰਾ ਜੇ ਅੱਗੇ ਤੋਂ ਸ਼ਿਕਾਇਤ ਆ ਗਈ ਤੇ ਮੁੜ ਤੇ ਜੇ ਜਾਬਦਾ ਵੀ ਨਹੀਂ ਉਹ ਇਸ ਪਾਸੇ ਜਾ ਸਕਦਾ ਕਹਾਣੀ ਜਾਰੀ ਖਤਮਾ ਡਾਕਟਰ ਕਹਿੰਦਾ ਫਿਰ ਉਹਨੂੰ ਮਾਨਨਾ ਘਰੇ ਬਿਠਾ ਦੇ ਉਹਦੀ ਥਾਂ ਤੇ ਕੋਈ ਚੰਗੇ ਬੰਦੇ ਜਿਹੜੇ ਉਹਨੂੰ ਭਰਤੀ ਕਰਦੇ ਹੋ ਜਾਣੇ ਕੋਈ ਗਾਂਹ ਹੋਰ ਕੋ ਮਾਪਿਆਂ ਦਾ ਪੁੱਤ ਜਿਹੜਾ ਜਿਹੜਾ ਕੋਈ ਬੇਰੋਜ਼ਗਾਰੀ ਕਰਕੇ ਪਰੇਸ਼ਾਨ ਹੋ ਉਹਨੂੰ ਨੌਕਰੀ ਮਿਲ ਜੂਗੀ ਕੀ ਪਤਾ ਚੰਗਾ ਕੰਮ ਹੀ ਕਰ ਦੇ ਜਿਹਨਾਂ ਕੋਲ ਲੈ ਕੇ ਖਾਂਦਾ ਸੀ ਉਹਨਾਂ ਨੂੰ ਫਾੜੀ ਲਵੇ ਸ਼ਾਇਦ ਜੀ ਬਿਲਕੁਲ ਸੰਭਵ ਹੈ ਸੰਧਾਲੀਆ ਸਾਹਿਬ ਤੇ ਨਾਲ ਲੱਗਦਾ ਇੱਕ ਹੋਰ ਮਸਲਾ ਜਿਹੜਾ ਜੇ ਆਪਾਂ ਵਿਚਾਰ ਲਈਏ ਤਾਂ ਮੈਨੂੰ ਲੱਗਦਾ ਕਿ ਪੂਰਾ ਕਿ ਚੰਗੇ ਰਹਾਂਗੇ ਗੁਰਦਾਸਪੁਰ ਦੇ ਵਿੱਚ ਵੀ ਇਸੇ ਮਹਿਕਮੇ ਨਾਲ ਸੰਬੰਧਿਤ ਕੇਸ ਸੀ ਅਪਾ ਬੀਤੇ ਕੱਲ ਪ੍ਰਾਈਮੇਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਿਆ ਸੀ ਕਿ ਇੱਕ ਕੁੜੀ ਸੀ ਜੱਜ ਦੇ ਘਰ ਕੰਮ ਕਰਦੀ ਸੀ ਜੱਜ ਦੇ ਘਰ ਚੋਰੀ ਹੁੰਦੀ ਹੈ ਕੁੜੀ ਨੂੰ ਫੜ ਲਿਆ ਜਾਂਦਾ ਗ੍ਰਿਫਤਾਰੀ ਤਾਂ ਪਾਈ ਨਹੀਂ ਗਈ ਡੇਢ ਪੌਣੇ 2 ਦਿਨ ਉਹਨੂੰ ਸਰਕਾਰੀ ਕੁਆਟਰ ਦੇ ਵਿੱਚ ਰੱਖਿਆ ਜਾਂਦਾ ਮਰਦ ਕਰਮਚਾਰੀ ਜਿਹੜੇ ਪੁਲਿਸ ਤੇ ਉਹਦੇ ਨੰਗੇ ਸਰੀਰ ਦੇ ਉੱਤੇ ਲਾਉਂਦੇ ਆ ਕਰੰਟ 3 ਡਿਗਰੀ ਟਾਰਚਰ ਕਰਦੇ ਆ ਕੁੜੀ ਨੂੰ ਕਿਸਾਨ ਜੱਥੇਬੰਦੀਆਂ ਵਾਲੇ ਬਾਅਦ ਵਿੱਚ ਹਸਪਤਲ ਦਾਖਲ ਕਰਾਉਂਦੇ ਆ ਕਿਉਂਕਿ ਲੱਭਾ ਤੋਂ ਉਹਦੇ ਕੋਲ ਕੁਝ ਨਹੀਂ ਫਿਰ ਹਸਪਤਲ ਦੇ ਵਿੱਚੋਂ ਇੱਕ ਤਾਂ ਇਹ ਦੱਸਿਆ ਜਾਂਦਾ ਕਿ ਸੱਤ ਸੱਟਾਂ ਦੇ ਨਿਸ਼ਾਨ ਹੈ ਮੜ ਕੇ ਛੁੱਟੀ ਦਿੱਤੀ ਜਾਂਦੀ ਹੈ ਜਥੇਬੰਦੀਆਂ ਧਰਨਾ ਲਾਉਂਦੀਆਂ ਐ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਦੀ ਡਿਊਟੀ ਲਾਉਂਦੇ ਆ ਕਿ ਭਾਈ ਇਨਕੁਆਇਰੀ ਕਰੋ ਪਹਿਲਾਂ ਐਸਐਚਓ ਸਮੇਤ ਚਾਰ ਕਰਮਚਾਰੀ ਲਾਈਨ ਹਾਜ਼ਰ ਕੀਤੇ ਜਾਂਦੇ ਆ ਜਥੇਬੰਦੀਆਂ ਇਸ ਗੱਲ ਦੇ ਉੱਤੇ ਸੰਤੁਸ਼ਟ ਨਹੀਂ ਸੀ ਹੁਣ ਉਹ ਸਸਪੈਂਡ ਕਰ ਦਿੱਤੇ ਗਏ ਆ ਤੁਸੀਂ ਇਹ ਦੇਖੋ ਕਿ ਨਵਾਂ ਮੂੜ ਕੀ ਆਇਆ ਕਿ ਜਿਹੜੇ ਉਹ ਚਾਰ ਪੁਲਿਸ ਕਰਮਚਾਰੀ ਸਸਪੈਂਡ ਕੀਤੇ ਆ ਕਿ ਤੁਸੀਂ ਬਿਨਾਂ ਗ੍ਰਿਫਤਾਰੀ ਪਾਇਆ ਨਜਾਇਜ਼ ਹਰਸਚ ਰੱਖ ਕੇ ਬਿਨਾਂ ਕਿਸੇ ਔਰਤ ਕਰਮਚਾਰੀ ਦੀ ਹਾਜ਼ਰੀ ਤੇ ਉਸ ਔਰਤ ਦੇ ਕੱਪੜੇ ਲਾ ਕੇ ਉਹਨੂੰ ਕੁੱਟਿਆ 23 ਸਾਲ ਦੀ ਲੜਕ ਉਦੀ ਮਾਂ ਨੂੰ ਤੇ ਉਹਦੀ ਛੋਟੀ ਭੈਣ ਨੂੰ ਵੀ ਬਹੁਤ ਗੰਦੀਆਂ ਗਾਲਾਂ ਕੱਢੀਆਂ ਹੁਣ ਉਹ ਜਿਹੜੇ ਚਾਰ ਬੰਦੇ ਸਸਪੈਂਡ ਕੀਤੇ ਆ ਉਹਨਾਂ ਚੋਂ ਤਿੰਨਾਂ ਨੇ ਸ਼ਿਕਾਇਤ ਲਖਾਈ ਆ ਕਹਿੰਦੇ ਜੀ ਇੱਕ ਗੈਂਗਸਟਰ ਨੇ ਹੁਣ ਸਾਨੂੰ ਧਮਕੀ ਦਿੱਤੀ ਕਿ ਤੁਸੀਂ ਗਲਤ ਕੀਤਾ ਤੇ ਹੁਣ ਤੁਹਾਨੂੰ ਮੈਂ ਟੰਗਦਾ ਯਾਰਾ ਹੁਣ ਤੁਸੀਂ ਦੇਖੋ ਕੱਲ ਤਾਂ ਕੋ ਕੋ ਫੜਦੇ ਫਿਰਦੇ ਸੀ ਅੱਜ ਵਰਦੀ ਨਹੀਂ تھی ਆ ਤੋ ਉਹਨਾਂ ਨੂੰ ਪਾਇਆ ਨਹੀਂ ਬਸ ਤੁਸੀਂ ਦੇਖੋ ਵੀ ਹੁਣ ਇਹ ਇੱਕ ਐਸਾ ਕੇਸ ਆ ਹੁਣ ਜੇ ਕੱਲ ਵਾਲੀ ਗੱਲ ਸੁਣੀ ਹੋਵੇ ਤਾਂ ਜਿਹਦੇ ਵੀ ਪਰਿਵਾਰ ਦੇ ਮੈਂਬਰਾਂ ਤੱਕ ਇਹ ਪਤਾ ਹੋਵੇ ਇਸ ਕੇਸ ਦੇ ਵਿੱਚ ਜੇ ਗੈਂਗਸਟਰ ਨੇ ਧਮਕੀ ਦਿੱਤੀ ਆ ਤੇ ਤੁਸੀਂ ਮੰਨ ਕੇ ਚੱਲੋ ਅੱਜ ਆਪਾਂ ਇੱਥੇ ਆਪਾਂ ਵੋਟਾਂ ਪਾਉਣ ਲਈ ਕਹਿਦੇ ਜਾਂ ਕਮੈਂਟ ਕਰਨ ਲਈ ਕਹਿ ਦਈਏ 90% ਲੋਕਾਂ ਨੇ ਕਹਣਾ ਗੈਂਗਸਟਰ ਠੀਕ ਆ ਗੈਂਗਸਟਰ ਇੱਥੇ ਠੀਕ ਆ ਵੀ ਇਦਾਂ ਦੇ ਪੁਲਿਸ ਵਾਲੇ ਜਿਨ੍ਹਾਂ ਨੇ ਆ ਕੰਮ ਕੀਤਾ ਉਹਨਾਂ ਨੂੰ ਟੰਗਣਾ ਚਾਹੀਦਾ ਹੁਣ ਇਹ ਗੱਲ ਤਾਂ ਆ ਗਈ ਸਾਹਮਣੇ ਕਿਉਂਕਿ ਕਿਸੇ ਨੇ ਗਲਤੀ ਕੀਤੀ ਉਹ ਗੱਲਾਂ ਪਿੱਛੇ ਰਹਿ ਜਿੰਦੀਆਂ ਵੀ ਉਹਦਾ ਕੀ ਮਹਿਕਮਾ ਕੀ ਡਿਪਾਰਟਮੈਂਟ ਕੀ ਆ ਉਹਦਾ ਗਲਤੀ ਗਲਤੀ ਹੈ ਸਜ਼ਾ ਦੇਣ ਵਾਲਾ ਬੰਦਾ ਸਹੀ ਆ ਕਿ ਗਲਤ ਆ ਉਹ ਵੀ ਪਿੱਛੇ ਰਹਿੰਦਾ ਪਰ ਹਾਂ ਉਹ ਸਜ਼ਾ ਬਣਦੀ ਸੀ ਇਸ ਕਰਕੇ ਉਹਨਾਂ ਕਹਿੰਦਾ ਵੀ ਹਾਜੀ ਇਹਨੂੰ ਮਿਲਣੀ ਚਾਹੀਦੀ ਹੁਣ ਸਵਾਲ ਤੇ ਇਹ ਪੈਦਾ ਹੁੰਦਾ ਵੀ ਯਾਰ ਜੇ ਆਪਾਂ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਈ ਜਾਵਾਂਗੇ ਤੇ ਕੱਲ ਨੂੰ ਆਪਾਂ ਨੂੰ ਆਹ ਸੁਣਨ ਦੀ ਵੀ ਲੋੜ ਨਹੀਂ ਪੈਣੀ ਹੁਣ ਹੋ ਸਕਦਾ ਵੀ ਉਹ ਚਾਰ ਬੰਦਿਆਂ ਨਾਲ ਕਈ ਬੰਦਿਆਂ ਦੀ ਹਮਦਰਦੀ ਜਾਵੇ ਵੀ ਨਹੀਂ ਯਾਰ ਉਹ ਹੋ ਜੇ ਕੱਲ ਨੂੰ ਇਹਨਾਂ ਨਾਲ ਕੁਝ ਹੋ ਗਿਆ ਪਰ ਸਵਾਲ ਇਹ ਆ ਵੀ ਉਹ ਜਦੋਂ ਸਾਰਾ ਕੁਝ ਕਰਦੇ ਸੀ ਕੁੜੀ ਦੇ ਨਾਲ ਉਦੋਂ ਤੇ ਉਹਨਾਂ ਨੇ ਵੀ ਰੱਬ ਭੁੱਲਾ ਸੀ ਨਾ ਵੀ ਕੋਈ ਗੱਲ ਨਹੀਂ ਧੰਨਵਾਦ ਆ ਫੇਰ ਵਰਦੀ ਦੀ ਤਾਕਤ ਕੀ ਹੁੰਦੀ ਨਹੀਂ ਉਹ ਤਾਂ ਕਹਿੰਦੇ ਆ ਕੁੜੀ ਨੇ ਇਹ ਵੀ ਕਿਹਾ ਕਿ ਉਹ ਮੈਨੂੰ ਕਹਿੰਦੇ ਸੀ ਤੇਰੀ ਮਾਂ ਨੂੰ ਤੇ ਛੋਟੀ ਭੈਣ ਨੂੰ ਸੱਦਣਾ ਤੇ ਉਹਨਾਂ ਦੇ ਵਿੱਚ ਔਲ ਚੱਟੇ ਕਰਦੇ ਆ ਜਰਾ ਹੂੰ ਤੇ ਬਹੁਤ ਗੰਦੀਆਂ ਗਾਲਾਂ ਉਹ ਕਹਿੰਦੇ ਜੇ ਕੱਢਦੇ ਸੀ ਚਲੋ ਅਸੀਂ ਨਹੀਂ ਕਿੰਨੇ ਇੱਕ ਸਮਾਜ ਵਿਰੋਧੀ ਅਨਸਰ ਨੇ ਗੈਂਗਸਟਰ ਇਹਨਾਂ ਦੇ ਉੱਤੇ ਚਲੋ ਕਾਰਵਾਈ ਹੋਈ ਹੈ ਉਹ ਇੱਕ ਵੱਖਰੀ ਗੱਲ ਹੈ ਕਿ ਇਹਨੇ ਭਾਰੂ ਨਹੀਂ ਉਹ ਪੈਣੇ ਚਾਹੀਦੇ ਪਰ ਇਹਨਾਂ ਨੂੰ ਵੀ ਠੀਕ ਤਰੀਕੇ ਨਾਲ ਕੰਮ ਕਰਨਾ ਪਊਗਾ ਨਹੀਂ ਤਾਂ ਅਗਲੇ ਦੀ ਹਿੰਮਤ ਕੀ ਆ ਹੂੰ ਜੇ ਤੁਸੀਂ ਚੰਗੇ ਤਰੀਕੇ ਡਿਊਟੀ ਕੀਤੀ ਹੁੰਦੀ ਗੈਂਗਸਟਰਾਂ ਦੀ ਇੰਨੀ ਹਿੰਮਤ ਹੁੰਦੀ ਹੁਣ ਇੱਕ ਹੋਰ ਕੁੜੀ ਉਹ 23 ਸਾਲ ਦੀ ਆ ਰਸਤਾਲ ਦੇ ਬੈੱਡ ਦੇ ਉੱਤੇ ਪਈ ਹੈ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦਾ ਹੁਣ ਸੰਧਾਲੀਆ ਸਭ ਇਹਦੇ ਤੋਂ ਭੁਰਾ ਕ ਅਗਲੇ ਪਾਸੇ ਨੂੰ ਆਪਾਂ ਜੇ ਚਲੀਏ ਇਹਦੇ ਆਪਾਂ ਇੱਕ ਬੇਨਤੀ ਕਰ ਦਈਏ ਕਿ ਦੇਖੋ ਆਪਣੇ ਨਾ ਕਈ ਪੁਰਾਣੀਆਂ ਲੋਕ ਗਥਾਵਾਂ ਦੇ ਵਿੱਚ ਕੈਰੈਕਟਰ ਸੀਗੇ ਜਿਹਦੇ ਜਦੋਂ ਤੁਸੀਂ ਇੱਕ ਜਿਉਣੇ ਮੋੜ ਨੂੰ ਸੁਣਿਆ ਹੋਊਗਾ ਜੱਗੇ ਡਾਕੂ ਨੂੰ ਸੁਣਿਆ ਹੋਊਗਾ ਹੈਨਾ ਪੀ ਉਹ ਸੀਗੇ ਜੀ ਉਹ ਮਤਲਬ ਅਮੀਰਾਂ ਨੂੰ ਲੁੱਟਦੇ ਸੀ ਧੱਕਾ ਕਰਨ ਵਾਲਾ ਲੁੱਟਦੇ ਸੀ ਗਰੀਬਾਂ 'ਚ ਵੜ ਦਿੰਦੇ ਸੀ ਉਹਨਾਂ ਦੇ ਮਸੀਹੇ ਸੀ ਹਾਲਾਂਕਿ ਕਾਨੂੰਨ ਦੀ ਨਜ਼ਰ ਦੇ ਵਿੱਚ ਉਹ ਡਾਕੂ ਸੀ ਜਾਂ ਉਹ ਲੁਟੇਰੇ ਸੀ ਹੁਣ ਤੁਸੀਂ ਇਸੇ ਕੇਸ 'ਚ ਹੀ ਦੇਖ ਲਓ ਵੀ ਲੋਕਾਂ ਨੂੰ ਸਿਰਫ ਇਨਸਾਫ ਚਾਹੀਦਾ ਹੁੰਦਾ ਹੈ ਉਹ ਚਾਹੇ ਮਾੜਾ ਬੰਦਾ ਗਲਤ ਢੰਗ ਨਾਲ ਕਰੇ ਕਾਨੂੰਨ ਹੱਥ 'ਚ ਲੈ ਕੇ ਕਰੇ ਜਾਂ ਚੰਗਾ ਬੰਦਾ ਕਾਨੂੰਨ ਵਾਲਾ ਬੰਦਾ ਕਾਨੂੰਨੀ ਤਰੀਕੇ ਨਾਲ ਕਰ ਦੇ ਇਹ ਹੁਣ ਫੈਸਲਾ ਡਿਸੀਜਨ 메ਕਿੰਗ ਦੇ ਮੇਰੇ ਖਿਆਲ ਉਹਨਾਂ ਨੇ ਕਰਨੀ ਜਿਨ੍ਹਾਂ ਦੇ ਅਸਲ ਦੇ ਵਿੱਚ ਵਾਕਿਆ ਹੀ ਹੈ ਸਤਾ ਹੱਥ 'ਚ ਆ ਜਾਂ ਕਹ ਲੋ ਕਾਨੂੰਨ ਹੱਥ 'ਚ ਆ ਜਾਂ ਜਿਨ੍ਹਾਂ ਕੋਲੇ ਹਰਾ ਪੈਨ ਹੈ ਕਿ ਵੀ ਉਹਨਾਂ ਨੇ ਦੋਨਾਂ ਦੇ ਵਿੱਚੋਂ ਕਿਹੜੀ ਵਿਵਸਥਾ ਚੁਣਨੀ ਕਿਉਂਕਿ ਲੋਕ ਤੇ ਇਨਸਾਫ ਦੇ ਹੱਕ ਤੇ ਨਹੀਂ ਜਿੱਥੋਂ ਮਰਜ਼ੀ ਮਿਲੇ ਲੋਕਾਂ ਨੂੰ ਲੱਗਦਾ ਕਿ ਸਾਡੇ ਨਾਲ ਧੱਕਾ ਨਾ ਹੋਵੇ ਤੇ ਜਿੰਨੇ ਧੱਕਾ ਕੀਤਾ ਉਹਨੂੰ ਮਾੜੀ ਜੀ ਚੁੰਡੀ ਚਾਂਦੀ ਕੋਈ ਬੰਦਾ ਵੱਢੇ ਉਹ ਚਾਹੇ ਕਾਨੂੰਨੀ ਤੌਰ ਤੇ ਵੱਢ ਇਦੇ ਨਾਲ ਨਾਲ ਸੰਧਾਲੀਆਂ ਸਭ 500 ਦਿਨ ਪਹਿਲਾਂ ਇੱਕ ਘਟਨਾ ਘਟੀ ਸੀ ਬੜਾ ਰੌਲਾ ਰੱਪਾ ਪਿਆ ਉਸੀ ਰੂਸ ਦਾ ਯੂਕਰੇਨ ਦੇ ਉੱਤੇ ਹਮਲਾ ਹੂੰ ਕੋਈ ਯੂਕਰੇਨ ਨੂੰ ਗਲਤ ਕਹਿੰਦਾ ਕਿ ਤੂੰ ਕਿਉਂ ਯੂਰਪੀ ਤੇ ਅਮਰੀਕਾ ਯੂਰਪੀ ਦੇਸ਼ਾਂ ਤੇ ਅਮਰੀਕਾ ਦੇ ਚੱਕੇ ਚਕਾਏ ਨੇ ਕਈ ਫੈਸਲੇ ਲੈ ਕਾਨੂੰ ਕਰਨਾ ਸੀ ਇੱਦਾਂ ਕੋਈ ਕਹਿੰਦਾ ਜੀ ਰੂਸ ਐਵੇਂ ਬਾਬਰਿਆ ਫਿਰਦਾ ਉੱਥੇ ਸਾਰਿਆਂ ਤੇ ਰੋਪ ਪਾਉਂਦਾ ਫਿਰਦਾ ਇੱਦਾਂ ਨਹੀਂ ਸੀ ਹੋਣਾ ਚਾਹੀਦਾ ਫੇਰ ਸੰਤਾਲੀ ਸਾਹਿਬ ਤੁਹਾਨੂੰ ਯਾਦ ਹੋਣਾ ਕਿ ਇੱਕ ਵਿਸ਼ੇਸ਼ ਆਪਰੇਸ਼ਨ ਚਲਾਉਣਾ ਪਿਆ ਸੀ ਭਾਰਤ ਦੇ ਬਹੁਤ ਸਾਰੇ ਬੱਚੇ ਉੱਥੇ ਡਾਕਟਰੀ ਦੀ ਪੜ੍ਹਾਈ ਕਰਨ ਗਏ ਸੀ ਮਸਾ ਕੱਢੇ ਬੱਚੇ ਮਾਰੇ ਵੀ ਗਿਆ ਸਾਡੇ ਬੱਚੇ ਉੱਥੇ ਉਹਦੇ ਤੋਂ ਬਾਅਦ ਫੇਰ ਕਈ ਤਰ੍ਹਾਂ ਦੇ ਰੌਲੇ ਪਏ ਅੱਜ 500 ਦਿਨ ਹੋ ਗਏ ਉੱਥੇ ਯੁੱਧ ਚੱਲਦਾ ਯੁੱਧ ਬੰਦ ਨਹੀਂ ਹੋਇਆ ਬਹੁਤ ਕੋਸ਼ਿਸ਼ਾਂ ਹੋਈਆਂ ਬੜੇ ਯਤਨ ਹੋਏ ਗੱਲਾਂ ਬਾਤਾਂ ਵੀ ਹੋਈਆਂ ਪਰ ਯੁੱਧ ਚੱਲਦਾ ਹੈ ਜੇ ਕੋਈ ਆਖੇ ਕਿ ਉਸ ਯੁੱਧ ਦਾ ਕਾਰਨ ਕੀ ਆ ਰੂਸ ਦਬਣਾ ਚਾਹੁੰਦਾ ਹੈ ਇਲਾਕਾ ਜਾਂ ਕੁਝ ਖਾਸ ਮੁਲਕ ਰੂਸ ਦੇ ਹਨ ਗਰਦਨ ਤੇ ਮੁੱਢ ਪੁੱਜਣਾ ਚਾਹੁੰਦੇ ਕਿ ਪਾਈ ਆਪਾਂ ਯੂਕਰੇਨ ਦੇ ਹਸਰਾ ਦੇ ਲਾਗੇ ਜਾ ਕੇ ਤੋਪਾਂ ਵੀੜਾਂਗੇ ਫਿਰ ਰੂਸ ਨੂੰ ਦੱਸਾਂਗੇ ਕਿ ਅਸੀਂ ਤੇਰੀ ਅਨ ਕੰਨ ਦੇ ਕੋਲ ਬੈਠੇ ਆ ਕੇ ਪਰ ਉਸ ਵੱਡਿਆਂ ਦੇ ਭੇਡ ਦੇ ਵਿੱਚ ਅੱਜ ਯੂਕਰੇਨ ਦੇ ਹਾਲਾਤ ਕੀ ਨੇ ਸੰਧਾਲੀਆ ਸਭ 500 ਦਿਨਾਂ ਦੇ ਵਿੱਚ 9000 ਸਿਵਿਲਿਅਨ ਮਾਰਿਆ ਗਿਆ ਉੱਥੇ 9000 ਜੇ ਇੱਕ ਪਰਿਵਾਰ ਦਾ ਇੱਕ ਜੀ ਵੀ ਹੈ ਤੇ 9000 ਪਰਿਵਾਰ ਤਬਾਹ ਹੋ ਗਿਆ ਉਹ 9000 ਦੇ ਵਿੱਚੋਂ 500 ਛੋਟੇ ਬੱਚੇ ਨੇ ਉਹ ਜਿਹੜੇ 500 ਛੋਟੇ ਬੱਚੇ ਮਾਰੇ ਗਏ ਨਾ 500 ਦਿਨਾਂ ਦੇ ਵਿੱਚ ਰੋਜ਼ ਐਵਰੇਜ ਇੱਕ ਘਰ ਦਾ ਇੱਕ ਬੱਚਾ ਜਿਹੜਾ ਕਿ ਉੱਥੇ ਹੱਸਦਾ ਖੇਡਦਾ ਉਹ ਲੋਥ ਬਣਿਆ ਪਿਆ ਹੁੰਦਾ ਉਸ ਬੱਚੇ ਨੂੰ ਨਾ ਮਜ਼ਾਇਲ ਦਾ ਪਤਾ ਨਾ ਟੈਂਕ ਦਾ ਪਤਾ ਨਾ ਰੂਸ ਦਾ ਪਤਾ ਨਾ ਯੂਰਪ ਦਾ ਪਤਾ ਨਾ ਬਰਲਿੰਗ ਦੀ ਕੰਧ ਦਾ ਪਤਾ ਉਹਨੂੰ ਨਹੀਂ ਪਤਾ ਕਿ ਭਾਈ ਇਹ ਇਕਨੋਮੀਕ ਦਾ ਚੱਲਦੀ ਹੈ ਉਹਨੂੰ ਨਹੀਂ ਪਤਾ ਕਿ ਸ਼ੇਅਰ ਬਾਜ਼ਾਰ ਕੀ ਹੁੰਦਾ ਹੈ ਉਹਨੂੰ ਗੁੱਡੀਆਂ ਪਟੋਲੀਆਂ ਦਾ ਪਤਾ ਤੁਸੀਂ 500 ਬੱਚਿਆਂ ਦੀਆਂ ਲਾਸ਼ਾਂ ਚੜ੍ਹਨ ਦਿੱਤੀਆਂ ਯਾਰ ਹੂੰ 60 ਲੱਖ ਲੋਕ ਬੇਘਰੇ ਨੇ ਆਪਣੇ ਘਰ ਛੱਡ ਕੇ ਚਲੇ ਗਏ 60 ਲੱਖ ਉਹਦੇ ਵਿੱਚੋਂ 12 ਲੱਖ ਰੂਸ ਚਲੇ ਗਏ ਬਾਕੀ ਯੂਰਪ ਦੇ ਦੇਸ਼ਾਂ ਨੂੰ ਚਲੇ ਗਏ ਸੰਧਾਲੀਆ ਸਭ ਉਹ 60 ਲੱਖ ਪਰਿਵਾਰ ਸਾਲ ਤੋਂ ਉੱਪਰ ਹੋ ਗਿਆ ਆਪਣੇ ਘਰਾਂ ਤੋਂ ਬਾਹਰ ਨੇ ਕੀ ਬੀਤਿਆ ਹੋਊਗਾ ਮਾਨਸਿਕਤਾ ਦੇ ਉੱਤੇ ਕਿੰਦਾਂ ਦੀਆਂ ਗੰਡਾਂ ਬਚੀਆਂ ਹੋਣਗੀਆਂ ਇੱਕ ਪਾਸੇ ਕੋਵਿਡ ਨੇ ਸਾਨੂੰ ਬੰਦੇ ਬਣਾਇਆ ਸੀ ਕਿ ਤੁਹਾਡੇ ਪੱਲੇ ਕੱਖ ਨਹੀਂ ਤੁਸੀਂ ਜੱਬ ਮਰਦੇ ਫਿਰਦੇ ਹੋ ਆਮਦਨ ਦੀ ਗੱਲ ਕਰਦਾ ਸਰਕਾਰਾਂ ਦੀ ਵੀ ਗੱਲ ਕਰਦਾ ਅਮਰੀਕਾ 'ਚ ਕਿਤੇ ਥੋੜੇ ਬੰਦੇ ਮਰੇ ਰੂਸ 'ਚ ਨੁਕਸਾਨ ਘੱਟ ਹੋਇਆ ਕਿ ਚੀਨ 'ਚ ਘੱਟ ਹੋਇਆ अफ्रीकी ਮੁਲਕਾਂ ਨੇ ਕਿਤੇ ਨੁਕਸਾਨ ਥੋੜਾ ਯੂਰਪ ਦੇ ਵਿੱਚ ਕਈ ਮੁਲਕ ਇਦਾਂ ਦੇ ਨਹੀਂ ਇਟਲੀ ਯਾਰ ਗੇਜ ਜਿੱਥੇ ਥਾਂ ਨਹੀਂ ਸੀ ਲੱਭਦੀ ਕਿ ਪਾਈ ਆਪਾਂ ਮੁਰਦੇ ਬੰਦੇ ਰੱਖਣੇ ਕਿੱਥੇ ਆ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਮੈਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਤੁਹਾਨੂੰ ਸ਼ਾਇਦ ਹੋਵੇ ਤੁਸੀਂ ਲੀਡਰ ਬੰਦੇ ਹੋ ਕਿ ਢਾਈਆਂ ਤਿੰਨਾਂ ਸਾਲਾਂ ਦੇ ਵਿੱਚ ਆਪਾਂ ਇੱਕ ਯੁੱਧ ਹੋਰ ਦੇਖਾਂਗੇ ਮਾੜੀ ਮੋਟੀ ਕੋਈ ਸ਼ਰਮ ਕਰਨੀ ਚਾਹੀਦੀ ਹੈ ਲੋਕ ਭੁੱਖੇ ਮਰਦੇ ਆ ਦੁਨੀਆ ਤੁਸੀਂ ਇਹਦੇ ਤੇ ਹਰ ਦੇ ਪੈਸੇ ਖਰਚੀ ਜਾਂਦੇ ਹੋ ਇਹ ਵੱਡੀ ਗੱਲ ਤੇ ਇਹ ਹੈ ਤੁਸੀਂ ਦੇਖੋ ਵੀ ਇਸ ਲੜਾਈ ਦੇ ਵਿੱਚ ਜੇ ਕੋਈ ਬੰਦਾ ਪੁੱਛੇ ਵੀ ਰੂਸ ਠੀਕ ਹੈ ਜਾਂ ਯੂਕਰੇਨ ਠੀਕ ਹੈ ਤੇ ਸ਼ਾਇਦ ਇਹ ਗੱਲ ਇੰਨੀ ਸਪਸ਼ਟ ਨਾ ਸਮਝਾਈ ਜਾ ਸਕੇ। ਕੁਝ ਥਾਵਾਂ 'ਤੇ ਤੁਹਾਨੂੰ ਰੂਸ ਠੀਕ ਲੱਗੂਗਾ, ਕੁਝ ਥਾਵਾਂ 'ਤੇ ਯੂਕਰੇਨ ਠੀਕ ਲੱਗੂਗਾ। ਕੁਝ ਥਾਵਾਂ ਦੇ ਉੱਪਰ ਯੂਕਰੇਨ ਦਾ ਸਾਥ ਦੇਣ ਵਾਲੇ ਠੀਕ ਲੱਗਣਗੇ, ਕੁਝ ਥਾਵਾਂ ਦੇ ਰੂਸ ਦਾ ਸਾਥ ਦੇਣ ਵਾਲੇ ਠੀਕ ਲੱਗਣਗੇ। ਪਰ ਮੈਨੂੰ ਲੱਗਦਾ ਹੁੰਦਾ ਵੀ ਆਪਾਂ ਇਹ ਲੰਬੀ ਇਹ ਵੀ ਯਾਰ ਲੜਾਈ ਕਾਹ ਤੋਂ ਆ? ਲੜਾਈ ਹੈ ਜੀ ਹਿੱਸੇ ਦੀ ਵੀ ਅੱਛਾ ਯਾਰ ਆਹ ਜ਼ਮੀਨ ਦਾ ਹਿੱਸਾ ਕਿਹਦਾ? ਤੇ ਆ ਜਮੀਨ ਦਾ ਸਾਕੀ ਦਾ ਉਹ ਕਹਿੰਦੇ ਜੇ ਇੰਨਾ ਅਸੀਂ ਦੱਬ ਲਿਆ ਉਹ ਕਹਿੰਦੇ ਇੰਨਾ ਹੀ ਛੜਾ ਲੈਣਾ ਮੈਂ ਸੋਚਦਾ ਵੀ ਯਾਰ ਜਿਹੜੇ ਵੀ ਬੰਦੇ ਏ ਬੀ ਸੀ ਡੀ ਹੁਣ ਲੜਦੇ ਹੋਣਗੇ ਜਾਂ ਲੀਡਰ ਹੋਣਗੇ ਉਹਨਾਂ ਦੇ ਮੇਰਾ ਖਿਆਲ ਵੀ ਹੋ ਸਕਦਾ ਦਾਦੇ ਪਰਦਾਦੇ ਜਿਵੇਂ ਤੋਂ ਪਹਿਲਾਂ ਵੀ ਉਹ ਜ਼ਮੀਨ ਉੱਥੇ ਸੀ ਜਿੱਦਣ ਉਹ ਤੁਰ ਗਏ ਉਹ ਜ਼ਮੀਨ ਫੇ ਉੱਥੇ ਦੀ ਉੱਥੇ ਨੇ ਲੀਕਾਂ ਦੇ ਬੰਦੇ ਨੇ ਮਾਰੀਆਂ ਨੇ ਨਾ ਵੀ ਥੋਂ ਇਦਾਂ ਨਹੀਂ ਇਦਾਂ ਹੋਊਗੇ ਇਦਾਂ ਨਹੀਂ ਇਦਾਂ ਹੋਊਗਾ ਹੁਣ ਕਿੱਡੀ ਵੱਡੀ ਉਦਾਹਰਨ ਤੁਸੀਂ ਆਪਣੇ ਭਾਰਤ ਦੀ ਲੈ ਲਓ ਪੰਜਾਬ ਦੇ ਵਿੱਚ ਅਜੇ ਵੀ ਜਿੰਦੇ ਜੀ ਆਪਾਂ ਨੂੰ ਬੰਦੇ ਇੱਧਰ ਵੀ ਲਵ ਜਾਣਗੇ ਪਾਕਿਸਤਾਨ ਵਾਲੇ ਪੰਜਾਬ ਦੀ ਲਵ ਜਾਣਗੇ ਜਿਹੜੇ ਪਾਕਿਸਤਾਨ ਵਾਲੇ ਪੰਜਾਬ 'ਚ ਬੈਠੇ ਹੋਣਗੇ ਉਹਨਾਂ ਦੀਆਂ ਯਾਦਾਂ ਦੇ ਵਿੱਚ ਅਜੇ ਵੀ ਉਹ ਮਿੱਟੀ ਹੋਊਗੀ ਜਿਹੜੀ ਇੱਧਰ ਪੰਜਾਬ ਵਾਲੇ ਪਾਸੇ ਰਹਿ ਗਈ ਭਾਰਤ ਵਾਲੇ ਪਾਸੇ ਰਹਿ ਗਈ ਤੇ ਕਈ ਬੰਦੇ ਐਸੇ ਹੋਣਗੇ ਪੰਜਾਬ ਦੇ ਵਿੱਚ ਬੈਠੇ ਭਾਰਤ ਵਾਲੇ ਪਾਸੇ ਇਹਨਾਂ ਨੂੰ ਅਜੇ ਵੀ ਚੇਤਾ ਆਉਂਦਾ ਵੀ ਸਾਡੀਆਂ ਜ਼ਮੀਨਾਂ ਸਾਡੇ ਯਾਰ ਖੇਤ ਜਿਹੜਾ ਘਰ ਉੱਥੇ ਹੁੰਦਾ ਹੈ ਹੁਣ ਬੰਦੇ ਦੇ ਥਾਂ ਥਾਂ ਹੀ ਰਹਿ ਗਏ ਜੇ ਕੋਈ ਇਹ ਆਖੇ ਵੀ ਬੰਦਾ ਨਾਲ ਆਪਣੀ ਜ਼ਮੀਨ ਲੈ ਗਿਆ ਜਾਂ ਘਰ ਲੈ ਗਿਆ ਉਹ ਤੇ ਗਿਆ ਹੀ ਨਹੀਂ ਉਹ ਤੇ ਯਾਰ ਤਾਰੋਂ ਪਾਰ ਨਹੀਂ ਗਿਆ ਤੇ ਤੁਸੀਂ ਹੋਰ ਖਰਿਆ ਕਿੱਥੇ ਲੈ ਕੇ ਜਾਣਾ ਜੀ ਇੰਨੀ ਕਿ ਸਮਝ ਕਿਸ ਨੂੰ ਆ ਜਵੇ ਵੀ ਯਾਰ ਇਹ ਟੋਕੜਾ ਕਿਤੇ ਹਿੱਲਣਾ ਨਹੀਂ ਆਪਾਂ ਕਾਹ ਤੋਂ ਇ ਫਿਰ ਸ਼ਾਇਦ ਇਹ ਸਾਰਾ ਕੁਝ ਟਿਕ ਟਕਾ ਹੋ ਜਵੇ ਪਰ ਜਦੋਂ ਹੌਮੇ ਨੂੰ ਪਠੇ ਪਾਉਣ ਵਾਲੀ ਕਹਾਣੀ ਹੋਵੇ ਹਰੇਕ ਨੂੰ ਲੱਗਦਾ ਲੈ ਤੈਨੂੰ ਮੈਂ ਦੱਸਦਾ ਮੈਂ ਕਿੱਡਾ ਤਗੜਾ ਫਿਰ ਮਨ ਲੱਗਦਾ ਵੀ ਇਹ 500 ਦਿਨ ਵੈਸੇ ਜਾਵਦਾ ਨਹੀਂ ਵੀ ਇਹ 500 ਦਿਨ ਚੱਲੂਗੀ ਕਹਾਣੀ ਕੋਈ ਕਹਿੰਦਾ ਹੈ ਪੰਜਾਂ ਦਿਨਾਂ ਚ ਮੁੱਕ ਜਾਣਾ ਕੋਈ ਕਹਿੰਦਾ ਹੈ 50 ਚ ਮੁੱਕ ਜਾਣਾ ਲੈ ਪੰਜ ਮਹੀਨੇ ਤੋਂ ਬਾਅਦ ਇੱਕ ਜਾਣਾ ਨਹੀਂ ਕਿਤੇ ਵੀ ਹੁਣ ਤੇ ਤੁਹਾਡੇ ਸਾਹਮਣੇ ਕੰਮ ਜਦੋਂ ਦਾ ਸ਼ੁਰੂ ਹੋ ਗਿਆ ਮਨ ਲੱਗਦਾ ਵੀ ਉਹ ਦੋਵੇਂ ਪਾਸੋਂ ਚੱਲੀ ਜਾਂਦਾ ਹੋ ਸਕਦਾ ਨਾਲ ਨਾਲ ਉਹ ਫੈਕਟਰੀਆਂ ਹੀ ਬਣਾਈ ਵੀ ਜਾਂਦੇ ਹੋ ਸਕਦਾ ਵੀ ਕੋਈ ਗੱਲ ਨਹੀਂ ਚਲਾਈਏ ਉਹ ਰੂਸ ਕਿਤੇ ਨਿਕਾ ਜਾ ਨਹੀਂ ਕੁਝ ਵੀ ਸੰਭਵ ਹੈ ਸੰਧਾਲੀ ਇਕ ਨਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਗੱਲ ਸਾਂਝੀ ਕੀਤੀ ਸੀ ਜਦੋਂ ਤਿੰਨ 350 ਬੰਦਾ ਲੀਬੀਆ ਤੋਂ ਯੂਰਪ ਵੱਲ ਜਾਂਦਾ ਮਾਰਿਆ ਗਿਆ ਪੰਜਾਬ ਦੇ ਕਈ ਬੱਚੇ ਜਿਹੜੇ ਵੱਖ-ਵੱਖ ਦੇਸ਼ਾਂ ਦੀਆਂ ਜੇਲਾਂ ਦੇ ਵਿੱਚ ਫਸ ਗਏ ਸੀ ਫਿਰ ਆ 700 ਬੱਚਾ ਜਿਹੜਾ ਭਾਰਤ ਦਾ ਪੰਜਾਬ ਦਾ ਇਹ ਖਾਸ ਤੌਰ ਦੇ ਉੱਤੇ ਆ ਕੈਨੇਡਾ ਦੇ ਵਿੱਚ ਇੱਥੇ ਆ ਕੇ ਜਾਲੀ ਆਫਰ ਲੈਟਰਾਂ ਦੇ ਕਰਕੇ ਰੋਲੇ ਰੱਪੇ 'ਚ ਫਸਿਆ ਆਪਾਂ ਮੈਨੂੰ ਲੱਗਦਾ ਕਿ 100 ਤੋਂ ਵੱਧ ਵਾਰ ਮੰਗ ਕੀਤੀ ਹੋਣੀ ਕਿ ਭਾਈ ਟਰੈਵਲ ਏਜੰਟ ਜਿਹੜੇ ਜਾਲੀ ਕੰਮ ਕਰਦੇ ਆ ਦੂ ਨੰਬਰ ਦਾ ਕੰਮ ਕਰਦੇ ਆ ਬੱਚਿਆਂ ਦੀਆਂ ਜਾਨਾਂ ਜੋਖਮ 'ਚ ਪਾਉਂਦੇ ਆ ਗਲਤ ਡਾਕੂਮੈਂਟ ਲਾਉਂਦੇ ਆ ਉਹਨਾਂ ਦੇ ਉੱਤੇ ਥੋੜਾ ਸ਼ਿਕੰਜਾ ਕੱਸੋ ਤੇ 2007 ਸੰਧਾਲੀਆ ਸਾਹਿਬ 6 ਦੀ ਗੱਲ ਹੋਣੀ ਆ 17 ਸਾਲ ਹੋ ਗਿਆ ਉਦੋਂ ਮੈਂ ਇੱਕ ਕਿਤਾਬ ਵੀ ਇਸ ਮਸਲੇ ਤੇ ਲਿਖੀ ਸੀ ਗੈਰ ਕਾਨੂੰਨੀ ਪ੍ਰਵਾਸ ਤਿਕ ਭਾਈ ਇਹ ਬੰਦ ਹੋਣਾ ਚਾਹੀਦਾ ਕੰਮ ਜਿਹੜੇ ਦੂ ਨੰਬਰ ਦਾ ਲੋਕ ਕਰਦੇ ਮੈਂ ਇਸ ਕਰਕੇ ਦੱਸ ਰਿਹਾ ਕਿ ਕੋਈ ਬੰਦਾ ਇਹ ਨਾ ਸਮਝੇ ਕਿ ਖਰੇ ਅਸੀਂ ਦੂਜਿਆਂ ਦੇ ਹੱਕ 'ਚ ਬੋਲਦੇ ਆ ਕਿਉਂਕਿ ਸਾਡ ਹੁਣ ਕਈ ਟੈਲੀਫੋਨ ਆਏ ਕਿਉਂਕਿ ਪੰਜਾਬ ਦੇ ਵਿੱਚ ਹਰ ਇੱਕ ਜ਼ਿਲ੍ਹੇ 'ਚ ਹਰ ਇੱਕ ਕਸਬੇ ਦੇ ਵਿੱਚ ਜਿੰਨੇ ਵੀ ਇਮੀਗ੍ਰੇਸ਼ਨ ਦੇ ਦਫ਼ਤਰ ਨੇ ਜਿੰਨੇ ਵੀ ਆਇਲ ਸੈਂਟਰ ਨੇ ਉਹਨਾਂ ਦੇ ਉੱਤੇ ਛਾਪੇ ਪੈ ਰਹੇ ਪ੍ਰਸ਼ਾਸਨ ਦੇ ਬਹੁਤ ਚੰਗੀ ਗੱਲ ਐ ਮਾੜੀ ਗੱਲ ਕੋਈ ਨਹੀਂ ਪਹਿਲੀ ਗੱਲ ਐ ਅਸੀਂ ਤਾਂ ਚਾਹੁੰਦੇ ਆ ਕਿ ਭਾਈ ਜੇ ਬੰਦੇ ਦੇ ਕੋਲ ਡਾਕੂਮੈਂਟ ਹੈਗਾ ਰਜਿਸਟ੍ਰੇਸ਼ਨ ਦਾ ਅਗਲਾ ਦਿਖਾਵੇ ਜੀ ਆਹ ਦੇਖੋ ਜੀ ਅਸੀਂ ਤੁਹਾਡੇ ਕੋਲ ਰਜਿਸਟਰਡ ਆ ਸਾਡੇ ਕੋਲ ਲਾਇਸੈਂਸ ਹੈਗਾ ਅਸੀਂ ਬਕਾਇਦਾ ਭਾਰਤ ਸਰਕਾਰ ਦੇ ਨਿਯਮਾਂ ਦੇ ਤਹਿਤ ਜਾਂ ਪੰਜਾਬ ਸਰਕਾਰ ਦੇ ਨਿਯਮਾਂ ਦੇ ਤਹਿਤ ਕੰਮ ਕਰਦੇ ਆ ਚਾਹੇ ਕੋਈ ਆਇਲਸ ਕਰਾਉਂਦਾ ਹੈ ਚਾਹੇ ਕੋਈ ਬੰਦੇ ਬਾ ਲਾਈਸੈਂਸ ਤਾਂ ਹੋਣਾ ਹੀ ਚਾਹੀਦਾ ਹਰ ਇੱਕ ਬੰਦੇ ਕੋਲ ਹੋਣਾ ਚਾਹੀਦਾ ਪਰਮਿਸ਼ਨ ਤਾਂ ਲੈਣੀ ਚਾਹੀਦੀ ਹੈ ਇਦਾਂ ਥੋੜੀ ਹੈ ਕਿ ਤੁਸੀਂ ਕੰਮ ਖੋਲ ਕੇ ਬਹਿ ਜਾਓ ਜੋ ਮਰਜ਼ੀ ਕਰੀ ਜਾਓ ਹੁਣ ਜਿਹੜੇ ਬਹੁਤ ਛੋਟੇ ਛੋਟੇ ਕਾਰੋਬਾਰ ਕਰਨ ਵਾਲੇ ਆ ਆਇਲ ਸਕੂਲ ਦੇ ਅੰਦਰ ਕੇਂਦਰਾਂ ਵਾਲੇ ਆ ਉਹਨਾਂ ਦੇ ਵਿੱਚੋਂ ਕਈਆਂ ਦਾ ਟੈਲੀਫੋਨ ਆਇਆ ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ ਇੱਕ ਮੁੰਡਾ ਤਾਂ ਇਹ ਕਹਿੰਦਾ ਸੀ ਕਿ ਮੈਂ ਐਮ ਇੰਗਲਿਸ਼ਾ ਬੀ ਐਡ ਕੀਤੀ ਹੈ 15 ਸਾਲ ਮੈਂ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਇਆ ਤੇ ਜਿਵੇਂ ਨਾ ਖੰਡ ਹੋਇਆ ਮੈਂ ਹੁਣ ਇੰਗਲਿਸ਼ ਦੀ ਕੋਚਿੰਗ ਦੇਣੀ ਸ਼ੁਰੂ ਕੀਤੀ ਆਪਣਾ ਕੰਮ ਸ਼ੁਰੂ ਕੀਤਾ ਤੇ ਮੈਂ ਕੋਈ ਕੰਮ ਦੋ ਨੰਬਰ ਅਸੀਂ ਸਿਰਫ ਇੰਗਲਿਸ਼ ਸਿਖਾਉਨੇ ਆ। ਉਹ ਕਹਿੰਦੇ ਜੀ ਅਸੀਂ ਨਾਲ ਨਾਲ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਅਸੀਂ ਤੇ ਪਹਿਲੇ ਦਿਨ ਹੀ ਸਾਰਾ ਕੁਝ ਅਪਲਾਈ ਕਰਤਾ ਸੀ ਪਰ ਹੌਲੀ-ਹੌਲੀ ਮਿਲਦਾ ਸਰਕਾਰ ਤੋਂ। ਸਿੰਗਲ ਵਿੰਡੋ ਸਿਸਟਮ ਹੈ ਨਹੀਂ। ਤੇ ਉਹ ਕਹਿੰਦੇ ਜੀ ਛਾਪੇ ਮਾਰਨ ਜੀ ਸਦਕੇ ਸਾਡੇ ਵਾਲੇ ਪਾਸੇ ਵੀ ਆਉਂਦੇ ਆ। ਪਰ ਉਹ ਕਹਿੰਦੇ ਜੀ ਇਹਦੇ ਵਿੱਚ ਸਾਨੂੰ ਸਮਾਂ ਦਿੱਤਾ ਜਾਵੇ। ਅਸੀਂ ਉਹਨਾਂ ਨੂੰ ਅਪਲਾਈ ਕੀਤੇ ਦੀਆਂ ਰਸੀਦਾਂ ਦੇਣ ਨੂੰ ਤਿਆਰ ਆ। ਸਗੋਂ ਸਾਨੂੰ ਮਹੀਨੇ ਖੰਡ ਦਾ ਸਮਾਂ ਦੇ ਦੇਣ। ਇਮੀ ਜਿਹੜੇ ਬਾਹਰ ਭੇਜਦੇ ਬੰਦਿਆਂ ਨੂੰ ਉਹਨਾਂ ਦੀ ਗੱਲ ਨਹੀਂ ਮੈਂ ਕਰ ਰਿਹਾ ਸਿਰਫ ਜਿਹੜੇ ਇੰਗਲਿਸ਼ ਸਿਖਾਉਂਦੇ ਆ ਆਇਲਸ ਕਰਾਉਂਦੇ ਉਹਨਾਂ ਦੀ ਗੱਲ ਕਰ ਰਿਹਾ ਉਹ ਵੀ ਛੋਟੇ ਕਸਬਿਆਂ ਦੇ ਵਿੱਚ ਕੋਈ ਭੋਗ ਪਰ ਹੋ ਗਿਆ ਕੋਈ ਟਾਂਡੇ ਹੋ ਗਿਆ ਕੋਈ ਖਡੂਰ ਸਾਹਿਬ ਹੋ ਗਿਆ ਕੋਈ ਚਵਾਲ ਹੋ ਗਿਆ ਕੋਈ ਪਾਤੜਾ ਹੋ ਗਿਆ ਕੋਈ ਸਨੌਰ ਹੋ ਗਿਆ ਇਦਾਂ ਦੇ ਥਾਵਾਂ ਤੇ ਉਹ ਕਹਿੰਦੇ ਜੀ ਕਈ ਸ਼ਰਤਾਂ ਐਸੀਆਂ ਨੇ ਜਿਹੜੀਆਂ ਪੂਰੀਆਂ ਕਰਨੀਆਂ ਫਾਇਰ ਬਹੁਤ ਔਖੀਆਂ ਨੇ ਤੇ ਅਸੀਂ ਕਹਿੰਨੇ ਕਿ ਸਰਕਾਰ ਉਹ ਥੋੜੀਆਂ ਸੌਖੀਆਂ ਕਰ ਦੇਵੇ ਤੇ ਮੈਂ ਉਹਨਾਂ ਨੂੰ ਇੱਕੋ ਹੀ ਪੁੱਛਿਆ ਮੈਂ ਕਿ ਠੀਕ ਹੈ ਕਿ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਠੀਕ ਕੰਮ ਕਰਦੇ ਹੋ ਤੁਸੀਂ ਤੰਗ ਹੋ ਵੀ ਤੁਸੀਂ ਹਰ ਮਹੀਨੇ ਜਿਹੜੇ ਵੀ ਬੱਚੇ ਤੁਹਾਡੇ ਕੋਲੇ ਆਇਲਸ ਕਰਨ ਆਉਂਦੇ ਆ ਜਾਂ ਕੁਝ ਵੀ ਕਰਨ ਆਉਂਦੇ ਆ ਉਹਨਾਂ ਦਾ ਡਾਟਾ ਦੇਣ ਨੂੰ ਤਿਆਰ ਆ ਕਿ ਅਗਲੇ ਨੂੰ ਪਤਾ ਲੱਗੇ ਕਿ ਆ ਬੱਚਾ ਤੁਹਾਡੇ ਕੋਲ ਸੀ ਉਹ ਕਹਿੰਦੇ ਜੀ ਡਾਟਾ ਵੀ ਦੇਣ ਨੂੰ ਤਿਆਰ ਆ ਜਿੰਨੀ ਫੀਸ ਉਹਨਾਂ ਨੇ ਦਿੱਤੀ ਉਹ ਵੀ ਦੇਣ ਨੂੰ ਤਿਆਰ ਆ ਫੀਸ ਦੀ ਰਸੀਦ ਵੀ ਦੇਣ ਨੂੰ ਤਿਆਰ ਆ ਜਿੰਨਾ ਟੈਕਸ ਉਹਨਾਂ ਤੇ ਬਣਦਾ ਸਭ ਕੁਝ ਦੇਣ ਨੂੰ ਤਿਆਰ ਆ ਉਹਨਾਂ ਨੇ ਵੀ ਕਿਹਾ ਉਹ ਕਹਿੰਦੇ ਜੀ ਕਈ ਵੱਡੇ ਮੱਛ ਨੇ ਇਸ ਖੇਤਰ ਦੇ ਵਿੱਚ ਉਹ ਇਸ ਗੱਲ ਦਾ ਫਾਇਦਾ ਲੈ ਰਹੇ ਆ ਕਿ ਭਾਈ ਇਹ ਛੋਟੇ ਛੋਟੇ ਸਾਰੇ ਬੰਦ ਕਰਾ ਦਈਏ ਉਹ ਤਾਂ ਕਹਿੰਦੇ ਜੀ ਮੋٹے ਰੁਪਈਏ ਦੇ ਕੇ ਸਾਰਾ ਕੁਝ ਇੱਕੋ ਟਿੰਜ ਕਰਾ ਲੈਂਦੇ ਆ। ਵੀ ਸਾਡੇ ਆਮ ਬੰਦੇ ਦੇ ਹੱਥ 'ਵਸ ਕੁਝ ਨਹੀਂ ਅਸੀਂ ਤਿੰਨ ਕਮਰੇ ਕਿਰਾਏ ਤੇ ਲੈ ਕੇ ਸ਼ੁਰੂ ਕਰਨਾ। ਉਹ ਕਹਿੰਦੇ ਜੇ ਆਹ ਬੰਦ ਹੋ ਗਿਆ ਕਹਿੰਦੇ ਅਸੀਂ ਫੀਸਾਂ ਵੀ ਘੱਟ ਲੈਨੇ ਆ। ਤੇ ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਜੀ ਅਸੀਂ ਆਮ ਮਾੜੇ ਘਰਾਂ ਦੇ ਆ ਤੇ ਸਾਡੇ ਕੋਲੇ ਜੇ ਕੋਈ ਬੰਦਾ ਆ ਕਹਿੰਦਾ ਜੀ ਆਹ ਦੇਖੋ ਜੀ ਮੇਰੀ ਕੁੜੀ ਐ। ਇਹ ਆ ਇਸ ਕਰਨਾ ਚਾਹੁੰਦੀ ਅੰਗਰੇਜ਼ੀ ਸਿੱਖਣਾ ਜੀ ਰੁਪਈਆ ਸਾਡੇ ਕੋਲ 1000 ਆ ਕਹਿੰਦੇ ਜੀ ਅਸੀਂ ਉਹ ਵੀ ਲੈ ਲਈਦਾ ਵੀ ਚਲੋ ਜਿੱਥੇ 15 ਬੈਂਦੀਆਂ 16 ਬਹਿ ਜਾਓ। ਵੀ ਜਾਨੀ ਕਹਿੰਦੇ ਤੁਸੀਂ ਕਿਸੇ ਵੱਡੀ ਦੁ ਹੁਣ ਮੈਂ ਸੋਚਦਾ ਸੀ ਕਿ ਦੇਖੋ ਜਿਹੜਾ ਤਾਂ ਕੰਮ ਕਰਦਾ 2 ਨੰਬਰ ਦਾ ਉਹ ਤਾਂ ਜਿੰਨਾ ਪੁੱਠਾ ਟੰਗ ਹੋ ਸਕਦਾ ਟੰਗਣਾ ਚਾਹੀਦਾ ਪਰ ਦੂਸਰੇ ਪਾਸੇ ਮੈਂ ਇਹ ਵੀ ਬੇਨਤੀ ਕਰਦਾ ਪਤਾ ਇਹ ਵੀ ਲੱਗਿਆ ਕਿ ਇੱਕ ਦੋ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਜਿਹੜੇ ਐ ਉਹ ਵੀ ਸਨੇਹ ਸੁਨੇਹ ਭੇਜਦੇ ਆ ਕਿ ਕੋਈ ਗੱਲ ਨਹੀਂ ਕਰਾ ਦਿੰਨੇ ਆ ਕੋਈ ਗੱਲ ਨਹੀਂ 4-6 ਮਹੀਨੇ ਕਹਿ ਕੇ ਕਰਾ ਦਿੰਨੇ ਕਿ ਇਹਨਾਂ ਨੂੰ ਟਾਈਮ ਦੇ ਦਿਓ ਤੁਸੀਂ ਥੋੜੀ ਜਿਹੀ ਜੇਬ ਦਿੱਲੀ ਕਰੋ ਤੇ ਇਹੀ ਕਿ ਇਹਨਾਂ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਇੰਨੀ ਜੰਗੀ ਪੱਦਰ ਤੇ ਪਹਿਲੀ ਵਾਰ ਹੋਇਆ ਜਿਹੜੇ ਇਮੀਗ੍ਰੇਸ਼ਨ ਦਾ ਕੰਮ ਕਰਦੇ 2 ਨੰਬਰ ਦੇ ਵਿੱਚ ਕੋਲੋਂ ਤੇ 56 ਕੱਸੋ ਪਰ ਜੇ ਦੂਜੇ ਪਾਸੇ ਅੰਗਰੇਜ਼ੀ ਸਿਖਾਉਣ ਵਾਲੇ ਬੰਦੇ ਜਿਹੜੇ ਆ ਜੇ ਇਹਨਾਂ ਨੂੰ ਸਰਕਾਰੀ ਦਰਵਾਰਿਆਂ ਕੋ ਸਰਟੀਫਿਕੇਟ ਲੈਣ ਚ ਮੁਸ਼ਕਲ ਆਉਂਦੀ ਹੈ ਜਾਂ ਉੱਥੇ ਵੱਧ ਦੇਣ ਲੱਗਦੇ ਆ ਤੇ ਥੋੜੀ ਜਿਹੀ ਢਿੱਲ ਪਰ ਜਾਇਜ਼ ਬੰਦਿਆਂ ਨੂੰ ਜੇ ਮਿਲਣੀ ਚਾਹੀਦੀ ਹੈ ਦੇ ਦਿਓ। ਉਹ ਨਹੀਂ ਦੇਖੋ ਕਾਰਨ ਵੀ ਹੈ ਤੇ ਰੋਜ਼ਗਾਰ ਹੀ ਨਾ ਰੋਜ਼ਗਾਰ। ਕੋਈ ਬੰਦਾ ਇਹਨੂੰ ਇਹ ਆ ਸਕਦਾ ਵੀ ਯਾਰ ਜੇ ਕੋਈ ਤੁਸੀਂ ਇਦਾਂ ਕਰੋਗੇ ਉਦਾਂ ਕਰੋਗੇ ਤੇ ਕੱਲ ਨੂੰ ਕੋਈ ਰੋਜ਼ਗਾਰ ਖੋਲੂ ਹੀ ਨਹੀਂ। ਇਹ ਇਹ ਗੱਲ ਹੁਣ ਨਹੀਂ ਇਸ ਤੋਂ ਪਹਿਲਾਂ ਵੀ ਚੱਲਦੀ ਰਹੀ ਵੀ ਯਾਰ ਰੋਜ਼ਗਾਰ ਖੋਲਣਾ ਜਾਂ ਕਾਰੋਬਾਰ ਕਰਨਾ ਉਹ ਬੜਾ ਔਖਾ ਹੋ ਚੁੱਕਾ ਭਾਰਤ ਦੇ ਵਿੱਚ ਵੀ ਆਪਾਂ ਕਿਤੇ ਦੇਖਦੇ ਆ ਇਸ ਤੋਂ ਪਹਿਲਾਂ ਹੋਣ ਵਾਲੀ ਸਰਕਾਰ ਵੀ ਕਹਿੰਦੀ ਹੁੰਦੀ ਇਸ ਤੋਂ ਪਹਿਲੀਆਂ ਸਰਕਾਰਾਂ ਵੀ ਤੁਰ ਗਈਆਂ ਇਹ ਗੱਲ ਕਹਿੰਦੀਆਂ ਉਹ ਸ਼ਬਦ ਮੈਂ ਹਰੇਕ ਦੇ ਮੂੰਹ ਸੁਣਦਾ ਆਉਂਦਾ ਹੈ ਸਿੰਗਲ ਵਿੰਡੋ ਸਿਸਟਮ ਕਰ ਦੇਣਾ ਬਸ ਤੁਸੀਂ ਜਾਣਾ ਹੈ ਉੱਥੋਂ ਤੁਹਾਨੂੰ ਉਸੇ ਖਿੜਕੀ ਤੋਂ ਸਾਰਾ ਕੁਝ ਮਿਲ ਜਾਣਾ ਮੇਰਾ ਗੱਲ ਕਈਆਂ ਦੀ ਉਮਰ ਲੰਘ ਗਈ ਇਹ ਗੱਲ ਸੁਣਦਿਆਂ ਦੀ ਉਹ ਜਿਹੜਾ ਇੱਕ ਸਿਸਟਮ ਤੇ ਜਾਣਾ ਤੇ ਉੱਥੇ ਜਾ ਕੇ ਸਾਰਾ ਕੁਝ ਮਿਲ ਜਾਣਾ ਮੈਨੂੰ ਕਈ ਵਾਰਾਂ ਸਮਝ ਨਹੀਂ ਆਉਦੀ ਹੁੰਦੀ ਵੀ ਯਾਰ ਇਨਾ ਕੰਪਲਿਕੇਟਿਡ ਕਿਉਂ ਕਰਕੇ ਰੱਖਿਆ ਜਾਂ ਫਿਰ ਉਹਨੂੰ ਜਾਣਬੁੱਝ ਕੇ ਕੰਪਲਿਕੇਟਿਡ ਤਾਂ ਨਹੀਂ ਕੀਤਾ ਵੀ ਉਹ ਭ੍ਰਿਸ਼ਟਾਚਾਰ ਦਾ ਕਾਰਨ ਬਣਿਆ ਰਹੇ ਮੈਂ ਨਹੀਂ ਕਹਿੰਦਾ ਵੀ ਜਿਹੜੀ ਹੁਣ ਵਾਲੀ ਸਰਕਾਰ ਐ ਪੀਐਨ ਨੇ ਕੀਤਾ ਜਾਂ ਪਿਛਲਿਆਂ ਨੇ ਕੀਤਾ ਕਿਸੇ ਵੇਲੇ ਹੁੰਦਾ ਵੀ ਜਿਹੜੀ ਜਿਹੜੇ ਬੰਦਿਆਂ ਦੀਆਂ ਨੌਕਰੀਆਂ ਨੇ ਉਹਦੇ ਵਿੱਚ ਉਹਨਾਂ ਨੂੰ ਲੱਗਦਾਦਾ ਵੀ ਯਾਰ ਜੇ ਇਹ ਸਿੱਧ ਪਦਰਾ ਜੇ ਹੋ ਗਿਆ ਤੇ ਫਿਰ ਸਾਡਾ ਕੀ ਕੰਮ ਹੈ ਮੈਂ ਕਹਿੰਦਾ ਮੈਂ ਇਹਨੂੰ ਦੋਸ਼ ਹੀ ਨਹੀਂ ਟਰਾਂਦਾ ਪਰ ਇਹਨੂੰ ਇਹਨੂੰ ਇੱਕ ਵਾਰ ਸਕੈਨ ਕਰ ਲਓ ਇਹਨੂੰ ਇਹਦੀ ਅਲਟਰਾਸਾਉਂਡ ਕਰ ਲਓ ਸਾਰੇ ਸਿਸਟਮ ਦੀ ਪੀ ਜਿਹੜੇ ਸਰਕਾਰੀ ਕੰਮ ਜ਼ਰੂਰੀ ਨਹੀਂ ਆਪਾਂ ਅੱਜ ਦੀ ਗੱਲ ਕਰਦੇ ਆਂ ਵੀ ਜੇ ਕਿਸੇ ਬੰਦੇ ਨੇ ਕਿਸੇ ਤਰ੍ਹਾਂ ਦਾ ਕੋਈ ਲਾਇਸੈਂਸ ਲੈਣਾ ਕੋਈ ਸਰਟੀਫਿਕੇਟ ਲੈਣਾ ਕੋਈ ਕਾਗਜ਼ ਬਣਾਉਣਾ ਉਹਦੇ ਚਵੇਲੇ ਇੰਨੇ ਕਿਉਂ ਆ ਫਲਾਨਾ ਹਲਫੀਆ ਬਿਆਨ ਲੈ ਕੇ ਆ ਫਲਾਨਾ ਇੱਕ ਕਾਗਜ਼ ਲਿਆ ਆ ਤੇ ਚਾਰ ਟਿਕਟਾਂ ਲਾਉ ਤੇ ਆਹ ਟਿਕਟਾਂ ਲਾ ਹੁਣ ਦੇਖੋ ਜੇ ਮੈਂ ਉਧਰੇ ਬੈਠਾ ਹੁੰਦਾ ਮੈਨੂੰ ਲੱਗਣਾ ਵੀ ਯਾਰ ਇਹ ਇਦਾਂ ਹੀ ਚੱਲਦਾ ਆ ਹੁਣ ਅੱਜਕੱਲ ਇੱਕ ਚੱਕਰ ਚੱਲਦਾ ਨਾ ਵੀ ਉਹ ਹਾਈ ਸਕਿਉਰਿਟੀ ਨੰਬਰ ਪਲੇਟ ਜ਼ਰੂਰ ਲੱਗਣੀ ਚਾਹੀਦੀ ਇੰਨੀ ਤਰੀਕ ਤੱਕ ਨਾ ਲੱਗੇ ਆ ਹੋ ਜਾਊਗਾ ਪੂਰੇ ਦੇਸ਼ ਦੇ ਵਿੱਚ ਹਾਈ ਸਕਿਉਰਿਟੀ ਨੰਬਰ ਮੈਂ ਕਿ ਇਹ ਨਾ ਸੋਚਦਾ ਹੁਣਾ ਵੀ ਯਾਰ ਇੱਥੇ ਲੋਕੀਆ ਆਪਣੇ ਨਾਂ ਦੀ ਪਲੇਟ ਲਈ ਫਿਰਦੇ ਨੇ ਕੈਨੇਡਾ 'ਚ ਵੀ ਕੀ ਗੱਲ ਇਹਨਾਂ ਦੀ ਸਿਕਿਉਰਿਟੀ ਹੈ ਨਹੀਂ ਜਿਹਦਾ ਸਾਦ ਹੋਗੀ ਵੀ ਉੱਥੇ ਕਿਹੜੀ ਹਾਈ ਸਿਕਿਉਰਿਟੀ ਆ ਵੀ ਜਿੱਦਣ ਦੀ ਹਾਈ ਸਿਕਿਉਰਿਟੀ ਪਲੇਟ ਇੰਡੀਆ 'ਚ ਸ਼ੁਰੂ ਹੋਈ ਵੀ ਉਦੋਂ ਦੀ ਕਾਰ ਨਹੀਂ ਚੋਰੀ ਹੋਈ ਕਿਸੇ ਦੀ ਹੁਣ ਇੱਕ ਪਾਸੇ ਤੇ ਦੁਨੀਆ ਜਿਹੜੀ ਉਹ ਜੀਪੀਐਸ ਵਾਲੇ ਪਾਸੇ ਤੁਰੇ ਫਿਰਦੇ ਆ ਵੀ ਤੁਸੀਂ ਇੱਕ ਛੋਟਾ ਜਿਹਾ ਟੈਗ ਜਿਹੜਾ ਉਹ ਕਿਤੇ ਗੱਡੀ 'ਚ ਰੱਖਿਆ ਉਹ ਤੁਹਾਨੂੰ ਸਕੈਨ ਕਰਕੇ ਦੱਸੂ ਵੀ ਫਲਾਣਾ ਆ ਤੇਰੀ ਗੱਡੀ ਐ ਸੜਕ ਤੇ ਇੰਨੀ ਦੂਰ ਤੱਕ ਇੰਨੇ ਕਿਲੋਮੀਟਰ ਦੀ ਸਪੀਡ ਤੇ ਜਾਂਦੀ ਉਹ ਲਾਉਣ ਦੀ ਵੇਅ ਆਪਾਂ ਹਾਈ ਸਕਿਉਰਿਟੀ ਨੰਬਰ ਪਲੇਟਾਂ ਦੇ ਪਿੱਛੇ ਪਏ ਹੁਣ ਉਹ ਸਾਰੀ ਕਵਾਇਦ ਕੀ ਆ ਉਹਦਾ ਕੀ ਫਾਇਦਾ ਇਹਨੂੰ ਜ਼ਰੂਰ ਚੈੱਕ ਕੀਤਾ ਜਾਵੇ ਜਾਂ ਜਿਹੜੇ ਬੰਦੇ ਇਸਲਾਮਾ ਦਿੰਦੇ ਨੇ ਮੁੱਕ ਦੀ ਗੱਲ ਕਰਾਂ ਫੇਰ ਆਪਾਂ ਰੀਡ ਕਰੀਏ ਵੀ ਯਾਰ ਜਿੰਨਾ ਸਿੱਧਾ ਸਾਦਾ ਸਰਲ ਕੰਮ ਹੋਊਗਾ ਇੰਨਾ ਹੀ ਲੋਕਾਂ ਨੂੰ ਬੈਨੀਫਿਟ ਹੋਊਗਾ ਇੰਨਾ ਹੀ ਲੋਕਾਂ ਦਾ ਕੰਮ ਛੇਤੀ ਹੋਊਗਾ ਇੰਨਾ ਹੀ ਸਰਕਾਰ ਜਿਹੜੀ ਆ ਉਹਨੂੰ ਇਹ ਲੱਗੂਗਾ ਵੀ ਯਾਰ ਅਸੀਂ ਸਾਡੇ ਦਫ਼ਤਰਾਂ 'ਚ ਫਾਈਲਾਂ ਦੇ ਢੇਰ ਨਹੀਂ ਹੈਗੇ ਅਸੀਂ ਕੰਮ ਨਿਬੇੜਨ ਦੇ ਪਾਸੇ ਹੋ ਗਏ ਤੇ ਜੇ ਆਪਾਂ ਹਰੇਕ ਚੀਜ਼ 'ਚ ਇਹੋ ਜਿਹਾ ਕੰਮ ਟੀਡੇ ਰੱਖਣਾ ਵੀ ਅੱਛਾ ਗਰਾਰੀ ਪੜ੍ਹੇ 10ਵੀਂ ਦਾ ਸਰਟੀਫਿਕੇਟ ਲਿਆਉਣਾ ਪੈਣਾ ਤੁਹਾਨੂੰ ਅਗਲਾ ਕਿ ਯਾਰ ਤੂੰ ਕੀ ਕਰਮੰਦਦਾ ਸੀਦਾ ਸਾਡੀ ਜੇ ਸਰਟੀਫਿਕੇਟ ਨੰਬਰ ਕਾਰਡ ਜ਼ਰੂਰੀ ਹੈ ਆ ਉਹ ਤਾਂ ਜ਼ਰੂਰੀ ਯਾਰ ਡੀ ਐਮ ਸੀ ਵੀ ਨਾਲ ਜਾਇਦਾ ਅੱਛਾ ਚਲੋ ਉਹ ਵੀ ਹੋ ਗਿਆ ਕੈਰੈਕਟਰ ਸਰਟੀਫਿਕੇਟ ਕਿੱਥੇ ਆ ਹਾਂ ਜੇ ਉਹ ਵੀ ਸਭ ਕੁਝ ਲੱਗਣਾ ਆ ਦੇਖੋ ਮੈਂ ਪੰਜ ਗੇੜੇ ਮਾਰੀ ਕਈ ਵਾਰ ਬੰਦੇ ਹੁੰਦੇ ਉਹ ਬੰਦਾ ਕਹਿੰਦਾ ਵੀ ਮੈਂ ਅਸੂਲਾਂ ਦਾ ਬਹੁਤ ਪੱਕਾ ਮੈਂ ਸਾਰੇ ਕਾਗਜ਼ ਦੇਣੇ ਆ ਚੱਕੋ ਜੀ ਮੈਨੂੰ ਅੱਜ ਪੰਜ ਗੇੜੇ ਹੋ ਗਏ ਮੈਂ ਕੰਮ ਬਿਨਾ ਪੈਸੇ ਦੇ ਕਰਾਉਣਾ ਨੇ ਕਿਹਾ ਨੰਬਰਦਾਰ ਲਿਆਉਣਾ ਪੈਣਾ ਨਾਲ ਉਕੇ ਮੈਂ ਦਾ ਸਰਪੰਚ ਤੋਂ ਲਿਖਾ ਕੇ ਨਹੀਂ ਨਹੀਂ ਸਰਪੰਚ ਦਾ ਤੇ ਠੀਕ ਆ ਪਰ ਇੱਥੇ ਤੇਰੀ ਫੋਟੋ ਵੀ ਲੱਤਣੀ ਆ ਨਾਲ ਇੱਕ ਬੰਦਾ ਗਵਾਹ ਚਾਹੀਦਾ ਸਰਕਾਰੀ ਉਹਨੇ ਮੈਂ ਗਵਾਹੀ ਫਲਾਣੇ ਦੀ ਨਹੀਂ 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 ਬੰਦਾ ਮੋਤਵਾਰ ਬੰਦਾ ਚਾਹੀਦਾ ਉਹ ਦੀ ਜੇ ਵੀ ਇਦਾਂ ਦੇ ਬਾਹੂਆਂ ਨੂੰ ਬਾਹੂ ਬਣਾਉ ਮੜ ਜਾ ਹਾਂ ਵੀ ਇਹ ਜਿਹੜਾ ਕੰਮ ਆ ਸਾਡੀ ਹੱਥ ਬਣ ਕੇ ਬੇਨਤੀ ਆ ਪੰਜਾਬ ਸਰਕਾਰ ਨੂੰ ਈ ਵਨ ਭਾਰਤ ਸਰਕਾਰ ਵੀ ਜੇ ਕੋ ਉੱਥੇ ਵੀ ਸੁਣਦਾ ਹੋਵੇ ਵੀ ਯਾਰ ਇਹ ਜਿਹੜਾ ਧੰਦਾ ਆ ਵੀ ਫਲਾਣਾ ਕਾਗੇ ਢੀਂੜਾ ਕਾਗੇ ਮੈਂ ਨਾ ਕੋ ਅੱਜ ਆਰਟੀਆਈ ਪਾ ਕੇ ਵਿਖਾ ਦੇ ਵੀ ਮੈਂ 7 ਸਾਲ ਪਹਿਲਾਂ ਆਪਣੀ ਫਾਈਲ ਦਿੱਤੀ ਸੀ ਉਹਦੇ ਵਿੱਚ ਮੇਰੇ ਐਨੇ ਕਾਗਜ ਲੱਗੇ ਸੀ ਮੈਨੂੰ ਕੱਢ ਹੋ ਸਕਦਾ ਵੀ ਹਰੇਕ ਆਖੇ ਜੀ ਉਹ ਤਾਂ ਜੀ ਚੂਹੇ ਖਾ ਗਏ ਸੀ ਉਹ ਤਾਂ ਜੀ ਉਹਨੂੰ ਚੂਹਾ ਪੈ ਗਿਆ ਸੀ ਉਹ ਤਾਂ ਜੀ ਹਾੜ ਆ ਗਿਆ ਸੀ ਉਹਦੇ ਵਿੱਚ ਫਾਈਲਾਂ ਰੁੜ ਗਈਆਂ ਸੀ ਉਹ ਕਿਸੇ ਕੋਲ ਨਹੀਂ ਹੋਣਾ ਕੋਬੀ ਨਹੀਂ ਹੁਣ ਪਰ ਚਾਹੀਦਾ ਜ਼ਰੂਰ ਹੈ ਤੁਹਾਨੂੰ ਕਰਨਾ ਕੀ ਹੈ ਬਾਕੀ ਸੰਧਾਲੀਆ ਸਭ ਮਹਿਮ ਚੰਗੀ ਹੈ ਜਿਹੜਾ ਵੀ ਬੰਦਾ ਕੋ 2 ਨੰਬਰ ਦੇ ਵਿੱਚ ਕੰਮ ਕਰਦਾ ਟਰੈਵਲ ਏਜੰਟ ਕੰਸਲਟੈਂਟ ਲੋਕਾਂ ਨੂੰ ਗੁੰਮਰਾਹ ਕਰਦਾ ਹੈ ਲੋਕਾਂ ਦੇ 2 ਨੰਬਰ ਨਾ ਭੇਜਣ ਉਤਸ਼ਾਹਤ ਕਰਦਾ ਉਹਦੇ ਤੇ ਕਾਰਵਾਈ ਠੋਕ ਕੇ ਕਰੋ ਇਹਨਾਂ ਦੀ ਗੱਲ ਪੂਰ ਰੱਖ ਜਿਹੜੀ ਉਹ ਸੁਣੋ ਜ਼ਰੂਰ ਇੱਕ ਸੰਧਾਲੀਆ ਸਭ ਸ਼ਰਦ ਪਵਾਰ ਕਿਉਂਕਿ ਥੋਡੇ ਭਾਈਚਾਰੇ ਦਾ ਬੰਦਾ ਹੈ ਉਹਦੀ ਗੱਲ ਨਾ ਕੀਤੀ ਤੁਸੀਂ ਗੁੱਸੇ ਹੋ ਜਾਣਾ ਮੁੜ ਕੇ ਜਿਹੜਾ ਚਾਹ ਦਾ ਕੱਪ ਪਿਉਉਣੇ ਵੀ ਉਹ ਵੀ ਨਹੀਂ ਪਿਉਉਂਦੇ ਉਹ ਕਹਿੰਦਾ ਸੀ ਮੇਰੇ ਭਤੀਜੇ ਨੇ ਧੋਖਾ ਕੀਤਾ ਮੇਰਾ ਭਤੀਜਾ अजीत ਪਵਾਰ ਧੋਖਾ ਕਰ ਗਿਆ ਭਾਜਪੀ ਨਾਲ ਰਲ ਗਿਆ अजीत ਪਵਾਰ ਪਹਿਲਾਂ ਤਾਂ ਇੱਕ ਦਿਨ ਕਹਿੰਦੇ ਸੀ ਕਿ ਸਾਡੇ ਦੇਵਤਾ ਨੇ ਮੇਰੇ ਚਾਚਾ ਜੀ ਸ਼ਰਦ ਪਵਾਰ ਜੀ ਅਸੀਂ ਉਹਨਾਂ ਤੋਂ ਸਿੱਖਿਆ ਫੋਟੋ ਲਈ ਉਹਨੇ ਬਾਕਾਇਦਾ ਮਗਰ ਜਿਹੜਾ ਨਵਾਂ ਪਾਰਟੀ ਦਫ਼ਤਰ ਖੋਲ੍ਹਿਆ ਫਿਰ ਇਹ ਵੀ ਕਹਿੰਦੇ ਸੀ ਮੈਂ ਚਾਚਾ ਜੀ ਨੂੰ ਕਹਾਂਗਾ ਚਾਚਾ ਜਾਨਾ ਆਰਾਮ ਕਰੋ 83 ਸਾਲ ਦੇ ਹੋ ਗਏ ਆਪ ਆਰਾਮ ਕਰੋ ਅੱਬ ਨਾਮ ਲਿਆ ਕਰੋ ਭਗਵਾਨ ਦਾ ਉਹ ਕਹਿੰਦਾ ਸੀ ਨਾਮ ਐ ਟਾਇਰਡ ਆ ਨਾ ਰਿਟਾਇਰਡ ਆ ਉਹਨੇ ਜਦੋਂ ਬਹੁਤੇ ਦੋਸ਼ ਲਾਇਆ ਤੇ ਭਤੀਜਾ ਜੀਤਪੁਰ ਕਹਿੰਦਾ ਹੁਣ ਤਾਂ ਚਾਚਾ ਸ਼ਰਦਪੁਰ ਮੈਨੂੰ ਕਹਿੰਦਾ ਮੈਂ ਬੀਜੇਪੀ ਨਾਲ ਰਲ ਗਿਆ ਹਾਂ ਤਾਂ ਵੀ ਤਾਂ ਚਾਚਾ ਜੀ ਬੀਜੇਪੀ ਦੇ ਨਾਲ ਚੁੱਪ ਕਰਕੇ ਮੀਟਿੰਗਾਂ ਕਰਦੇ ਹੀ ਰਹੇ ਆ ਹੁਣ ਤੱਕ ਹੂੰ ਉਹਨੇ ਇਹ ਕਹਿ ਤਾ ਰੌਲਾ ਪੈ ਗਿਆ ਲੋਕਾਂ ਨੂੰ ਲੱਗਿਆ ਕਿ ਭਾਈ ਦੋਸ਼ ਲਾਇਆ ਸ਼ਰਦਪੁਰ ਨੂੰ ਪੁੱਛਿਆ ਉਹ ਕਹਿੰਦੇ ਆਹੋ ਮੀਟਿੰਗਾਂ ਤਾਂ ਹੁੰਦੀਆਂ ਹੀ ਆ 12 2012 14 ਚ ਵੀ ਹੋਈਆਂ ਹੂੰ 19 ਚ ਵੀ ਹੋਈਆਂ ਹਾ ਪਿਛੇ ਵੀ ਹੋਈ ਆ ਮੀਟਿੰਗ ਪਰ ਮੀਟਿੰਗ ਹੀ ਹੋਈ ਐ ਮੈਂ ਕਿਤੇ ਰਲਤਾ ਨਹੀਂ ਗਿਆ। ਆਨੇ ਦੇਖੋ ਸ਼ਰਦਪਵਾਰ ਹੋ ਰਹੀ ਉਹਨਾਂ ਨੂੰ ਰਾਜਨੀਤੀ ਦਾ ਚਣਕਾ ਐਵੇਂ ਤਾਂ ਨਹੀਂ ਕਹਿੰਦੇ ਵੀ ਬੰਦਾ ਸਾਰੇ ਪਾਸਿਓ ਕੋਈ ਘਰ ਐਸਾ ਹੈ ਨਹੀਂ ਵੀ ਜਿੱਥੇ ਸ਼ਰਦਪਵਾਰ ਹੋਣਾ ਦਾ ਆਉਣਾ ਜਾਣਾ ਨਾ ਹੋਵੇ ਵੀ ਜਾਂ ਜਿਹੜੇ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਨਾਲ ਉਹਨਾਂ ਦੀ ਕੋਈ ਸਾਣ ਗਾਣ ਨਾ ਹੋਵੇ। ਹੁਣ ਹੋ ਸਕਦਾ ਵੀ ਉਹ ਚੀਜ਼ ਉਹਨਾਂ ਨੂੰ ਲੱਗਦਾ ਹੋਵੇ ਵੀ ਮੇਰੀ ਰਾਜਨੀਤੀ ਦੇ ਹਿਸਾਬ ਨਾਲ ਮੈਨੂੰ ਫਿੱਟ ਬੈਂਦੀ ਆ ਪਰ ਜੀਤ ਪਵਾਰ ਨੇ ਵੀ ਤੇ ਉਹਦੇ ਨਾਲ ਹੀ ਕੰਮ ਕੀਤਾ ਇੰਨਾ ਚਿਰ। ਉਹ ਕਹਿੰਦਾ ਯਾਰ ਚਾਚੇ ਚਾਹ ਖੂਬੀ ਇੱਕ ਹੈਗੀ ਆ। ਪੀ ਜਿਹੜੇ ਘਰੇ ਵੀ ਜਾਣਾ ਉੱਥੇ ਜਾ ਕੇ ਆ ਬਹਿਣਾ ਵੀ ਆ ਮੇਰ ਮੈਂ ਤੇ ਤੁਹਾਡਾ ਹੀ ਆ ਪੀ ਜਾਂਦਾ ਹੀ ਕਹਿਣਾ ਲਿਆਓ ਮੈਂ ਚੀਰ ਦਿਆਂ ਸਾਗ ਆਇਦਰ ਲਿਆ ਤੂੰ ਕੁੜੇ ਆ ਉੱਥੇ ਲੇ ਪਾ ਤੂੰ ਇਟਾ ਉਟਾ ਕਰਲਾ ਮਾੜਾ ਜਿਹਾ ਸਾਰਾ ਉਹ ਮਤਲਬ ਕਹਿਣ ਤੋਂ ਇਹ ਹੋ ਗਿਆ ਵੀ ਜੇ ਹੋਣਾ ਜਿਹੜਾ ਦਾ ਇੰਨਾ ਜੇ ਸ਼ਰਦਪੁਰ ਪਵਾਰ ਸਾਹਿਬ ਨੇ ਖੇਡਿਆ ਜੇ ਉਹ ਹੁਣ ਜੀਤ ਪਵਾਰ ਨੇ ਖੇਡ ਲਿਆ ਤੇ ਅਗਲੇ ਨੂੰ ਬੈਨੀਫਿਟ ਹੋ ਗਿਆ ਪਰ ਚਲੋ ਮੈਨੂੰ ਲੱਗਦਾ ਹੁੰਦਾ ਵੀ ਜਿਦਾਂ ਆਪਣੇ ਆਪ ਨਹੀਂ ਕਹਿੰਦੇ ਵੀ ਯਾਰ ਗੁਰੂ ਇੱਕ ਅਦਾ ਗੁਰ ਰੱਖ ਲਿੰਦਾ ਕੋਲ ਉਹ ਅਜੇ ਸ਼ਰਦਪੁਰ ਹੋਰ ਰੱਖਿਆ ਲੱਗਦਾ ਇੰਨੀ ਛੇਤੀ ਅਜੀਤ ਪਵਾਰ ਹੋਰੀ ਸਾਰਾ ਕੁਝ ਲੈ ਜਾਣ ਚਾਚੇ ਤੋਂ ਖੋ ਕੇ ਮੈਨੂੰ ਆਸ ਘਟਿਆ ਸੰਧਾਲਿਆ ਸਾਹਿਬ ਉਹ ਬੰਦਾ ਸ਼ਰਦ ਪਵਾਰ ਤੁਸੀਂ ਦੇਖੋ 83 ਸਾਲ ਦਾ ਇੱਕ ਦਿਨ ਉਹਨੇ ਮੀਟਿੰਗ ਕੀਤੀ ਮੁੰਬਈ ਚ ਦੂਸਰੇ ਦਿਨ ਦਿੱਲੀ ਆਇਆ ਪਾਰਟੀ ਦੀ ਸਾਰਿਆਂ ਦੀ ਮੀਟਿੰਗ ਕੀਤੀ ਰਾਹੁਲ ਗਾਂਧੀ ਨੂੰ ਮਿਲਿਆ ਤੀਸਰੇ ਦਿਨ ਉਹਨੇ ਮਹਾਰਾਸ਼ਟਰ ਦਾ ਦੌਰਾ ਸ਼ੁਰੂ ਕਰਤਾ ਹਮ ਰੋਜ਼ ਇੱਕ ਰੈਲੀ ਕਰ ਰਿਹਾ ਉਹ ਬੰਦਾ ਆਉਣ ਵਾਲੇ 11 ਦਿਨਾਂ ਦੇ ਪ੍ਰੋਗਰਾਮ ਬਣੇ ਹੋਏ ਪਾਰਟੀ ਦੇ ਵਿੱਚ ਕਹਿੰਦੇ ਜੋ ਕੋ ਗੱਲੇ ਨਹੀਂ ਮੈਂ ਕਿਹੜਾ ਕਹਿੰਦੇ ਜੀ ਇਹ ਕਈ ਖਾਧੀਆਂ ਪੀਤੀਆਂ ਇਦਾਂ ਦੀਆਂ ਪਹਿਲਾਂ ਵੀ ਕਈ ਵਾਰ ਇਦਾਂ ਦਾ ਸਮਾਂ ਆਇਆ ਪਾਰਟੀ ਤੁਹਾਨੂੰ ਖੜੀ ਕਰਕੇ ਦਿਖਾਵਾਂ 6 ਮਹੀਨਿਆਂ ਚ ਅਜੀਤ ਪਵਾਰ ਕਹਿੰਦਾ ਜੀ ਪੱਜਾ ਫਿਰੂਗਾ ਇੱਥੇ ਬੀਜੇਪੀ ਵਾਲਿਆਂ ਨੇ ਬਾਕੀ ਕੋਈ ਸੁੱਕਾ ਛੱਡਿਆ ਜਿਹੜਾ ਇਹਨਾਂ ਛੱਡ ਦੇਣਗੇ ਹੁਣ ਸੰਧਾਲੀਆ ਸਾਹਿਬ ਆਪਾਂ ਗੱਲ ਕਰਨੀ ਆ ਪੰਜਾਬ ਦੇ ਵਿੱਚ ਸਰਦਾਰ ਸੁਖਪਾਲ ਸਿੰਘ ਖੈਰਾ ਸਾਹਿਬ ਦੀ ਖੈਰਾ ਸਾਹਿਬ ਆਮ ਆਦਮੀ ਪਾਰਟੀ ਦੇ ਉੱਤੇ ਕਾਫੀ ਭਰਾਉ ਹੁੰਦੇ ਅੱਜਕੱਲ ਉਹਨਾਂ ਨੇ ਇੱਕ ਹੋਰ ਦੋਸ਼ ਲਾਇਆ ਟਵੀਟ ਕੀਤਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਾਹਿਬ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਆ ਕਿ ਮਾਨ ਸਾਹਿਬ ਕਾਰਵਾਈ ਕਰੋ ਹੁਣ ਦਾਵਾ ਕੀਤਾ ਸਰਦਾਰ ਸੁਖਪਾਲ ਸਿੰਘ ਖੈਰਾ ਨੇ ਹੁਣ ਸਾਨੂੰ ਨਹੀਂ ਪਤਾ ਉਹਨਾਂ ਕੋਲ ਸਬੂਤ ਪ੍ਰੂਫ ਕਿੱਥੋਂ ਆਏ ਆ ਪਰ ਉਹਨਾਂ ਨੇ ਕਿਹਾ ਉਹ ਕਹਿੰਦੇ ਜੀ ਜਲਾਲਾਬਾਦ ਵਿਧਾਨ ਸਭਾ ਹਲਕੇ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਗੋਲਦੀ ਕੰਬੋਜ ਸਾਹਿਬ ਉਹਨਾਂ ਨੇ ਕਹਿੰਦੇ ਜੀ 70 75 ਫੁੱਟ ਬਸ ਅੱਡੇ ਦੀ ਜਗ੍ਹਾ ਜਿਹੜੀ ਆਪਣੇ ਘਰ ਦੇ ਅੰਦਰ ਕੀਤੀ ਰਹਿائش ਦੇ ਅੰਦਰ ਦੱਬੀ ਹੋ ਆ ਤੇ ਉਹ ਕਹਿੰਦੇ ਜੀ ਹੁਣ ਜੇ ਏਡੀ ਵੱਡੀ ਗੱਲ ਆ ਗਈ ਹੈ ਤੇ ਮੈਂ ਕਹਿੰਦੇ ਜੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹਰਾ ਤੋਂ ਮੰਗ ਕਰਦਾ ਕਿ ਭਾਈ ਕਾਰਵਾਈ ਕਰੋ ਪਰਚਾ ਪੁਰਚਾ ਕਰਾਓ ਜੇ ਚੁਣੇ ਹੋਏ ਲੋਕਾਂ ਦੇ ਪ੍ਰਤੀਨਿਧਾ ਕੁਝ ਕਰਨਗੇ ਤਾਂ ਕਹਾਣੀ ਜਾਊਗੀ ਕਿੱਧਰ ਤੇ ਮੈਨੂੰ ਸੰਧਾਲੀਆ ਸਾਹਿਬ ਹੀ ਲੱਗਦਾ ਕਿ ਖੈਰਾ ਸਾਹਿਬ ਨੇ ਚਲੋ ਦੋਸ਼ ਲਾ ਲਿਆ ਕੋਈ ਬਹੁਤੀ ਵੱਡੀ ਗ ਇੱਕ ਜਰੀਬ ਚਾਹੀਦੀ ਐ ਇੱਕ ਪਟਵਾਰੀ ਸਾਹਿਬ ਚਾਹੀਦਾ ਇੱਕ ਸਹਾਇਕ ਚਾਹੀਦਾ ਇੱਕ ਤਹਿਸੀਲਦਾਰ ਸਾਹਿਬ ਵੀ ਨਾਲ ਚੱਲ ਜਾਣਾ ਮਿੰਟ 15 ਲੱਗਣੇ ਆ ਪਤਾ ਲੱਗ ਜਾਣਾ ਬਸ ਅੱਡੇ ਦੀ ਜਗ੍ਹਾ ਕੱਢ ਲਓ ਜੇ ਵਿੱਚ ਆਉਂਦੀ ਆ ਕਿਧਰਲੇ ਪਾਸੇ ਆਉਂਦੀ ਦੱਸ ਦਿਓ ਆਪਾਂ ਮੇਰਾ ਖਲਾਗੇ ਵੀ ਬੇਨਤੀ ਕਰਦੇ ਹੁਣ ਫੇ ਬੇਨਤੀ ਕਰੀ ਜਾਂਦੇ ਆ ਤੇ ਬੇਨਤੀ ਆਪਾਂ ਕਰਦੇ ਹਾਂ ਚੁਣੀ ਹੋਈ ਸਰਕਾਰ ਦੇ ਨੁਮਾਇੰਦਿਆਂ ਜੀ ਵੀ ਉਹ ਇਹ ਮਤ ਸੋਚਣ ਵੀ ਸਰਕਾਰ ਬਣ ਗਈ ਤੇ ਹੁਣ ਵੀਰ ਮੇਰਾ ਬਾਸ ਰਾਜੇ ਬਣ ਗਏ ਜਿਦਾਂ ਪਹਿਲਿਆਂ ਦੇ ਨਜ਼ਾਰੇ ਹੁੰਦੇ ਸੀ ਫਿਰ ਉਹ ਤੋਂ ਬਾਅਦ ਵਾਲੇ ਦੇ ਨਜ਼ਾਰੇ ਹੋਏ ਇਦਾਂ ਹੁਣ ਆਪਾਂ ਵੀ ਜਜ਼ਾਰੀ ਲਵਾਂਗੇ ਉਹ ਪਹਿਲਿਆਂ ਦੇ ਨਿਆਰੇ ਉਸ ਤੋਂ ਬਾਅਦ ਵਾਲੇ ਨਿਆਰੇ ਜਿਹੜੇ ਉਹਨਾਂ ਨੂੰ ਵੋਟ ਪਾਉਣ ਵਾਲੇ ਬਜ਼ੁਰਗ ਸੀ ਉਹ ਹੁਣ ਹੌਲੀ ਜੀ ਪਿੱਛੇ ਹੋ ਗਏ। ਗਾਂ ਜਿਹੜੇ ਵੋਟਾਂ ਪਾਉਣ ਵਾਲੇ ਬੰਦੇ ਸੀ ਉਹ ਆਨੇ ਸਵਾਲ ਪੁੱਛਣ ਵਾਲੇ। ਉਹਨੇ ਕੱਲੀ ਕੱਲੀ ਗੱਲ ਦਾ ਹਿਸਾਬ ਵੇਖਣ ਵਾਲੇ। ਇਸ ਕਰਕੇ ਉਹਨਾਂ ਨੇ ਜਿਹੜੇ ਉਹ ਬਾਕੀ ਸਾਰੇ ਢਾ ਕੇ ੜੇ ੜੇ ਦਿਗਜ ਹਰਾ ਕੇ ਘਰੇ ਬਿਠਾ ਕੇ ਬਿਲਕੁਲ ਅਨਨੋਨ ਚਿਹਰਿਆਂ ਨੂੰ ਜਦੋਂ ਉਹਨਾਂ ਨੇ ਚੁਣ ਕੇ ਅੱਗੇ ਲਿਆਂਦਾ ਤਾਂ ਉਹ ਇਸ ਕਰਕੇ ਲਿਆਂਦਾ ਸੀ ਵੀ ਯਾਰ ਜਦਾਂ ਇਹ ਬਿਠਾ ਕੇ ਬਣਾਉਣਾ ਈ ਸਾਰਾ ਕੁਝ। ਉਹ ਪੰਜਾਬੀਆਂ ਨੇ ਇੱਕ ਰਾਣਾ ਰਾਜਨੀਤੀ ਢਾ ਕੇ ਬਣਾਈ ਆ ਤੇ ਜੇ ਹੁਣ ਵੀ ਇਨਾਂ ਦੇ ਵਿੱਚ ਕੋ ਮਾਲਾ ਮੋੜ ਢੇਲੀ ਪੌਲੀ ਚਵਾਨੀ ਦਾ ਕੁਝ ਉਚਨੀਚ ਨਿਕਲਦਾ ਹੋਊਗਾ ਤੇ ਉਹਦੇ ਤੇ ਵਾਰ-ਵਾਰ ਸਵਾਲ ਵੀ ਉਠਣਿਆ ਆਪਾਂ ਤੇ ਤਾਂ ਬੇਨਤੀ ਕਰਦੇ ਆਂ ਵੀ ਜੇ ਕਿਸੇ ਨੂੰ ਆਪਾਂ ਇਹਨੇ ਵੀ ਇਸ ਕੇਸ ਚ ਨਿਕਲਦਾ ਨਹੀਂ ਨਿਕਲਦਾ ਆਪਾਂ ਨੂੰ ਪਤਾ ਨਹੀਂ ਜਦੋਂ ਨਿਕਲੋ ਆਪਾਂ ਗੱਲ ਕਰ ਲਾਂਗੇ ਹੋਰ ਕਿਸੇ ਨੂੰ ਲੱਗਦਾ ਵੀ ਜੇ ਮੰਨ ਲਓ ਕਿਸੇ ਬੰਦੇ ਨੂੰ ਪਤਾ ਹੋਵੇ ਨਾ ਵੀ ਮੈਂ ਕੁਝ ਬਾਤ ਘੜ ਕੀਤੀ ਤਾਂ ਉਹਨੂੰ ਪਤਾ ਹੁੰਦਾ ਜੇ ਕੀਤਾ ਤੇ ਆ ਰੌਲਾ ਪੈਣ ਤੋਂ ਪਹਿਲਾਂ ਉਹਨੂੰ ਸੈੱਟ ਕਰ ਲੋ ਇਹ ਨਾ ਹੋਵੇ ਵੀ ਅੱਜ ਤਾਂ ਤੁਹਾਨੂੰ ਯਾਦ ਆਵੇ ਕਿਹੜਾ ਕਿਸੇ ਨੂੰ ਪਤਾ ਲੱਗੇ ਮੈਂ ਇਹਦੇ ਬੱਜ ਗਿਆ ਪੀ ਹੁਣ ਗੱਲ ਦੱਬੀ ਰਹੇ ਕਾਗਜ਼ ਪੱਤਰ ਤੁਹਾਡੇ ਨਾਲ ਦੇ ਇਕੱਠੇ ਕਰੀ ਛੱਡਣ ਵੀ ਕੋਈ ਗੱਲ ਨਹੀਂ ਟਾਈਮ ਆਉਣ ਦੇ ਦੱਸਾਂਗੇ ਜਿਸ ਦਿਨ ਵੋਟਾਂ ਦੇ ਨੇੜੇ ਜਾ ਕੇ ਅਗਲੇ ਵੱਡਾ ਪਟਾਕਾ ਪਾਦਨ ਪ੍ਰੈਸ ਕਾਨਫਰੰਸ ਵੱਡੀ ਹੋਵੇ ਤੇ ਫਿਰ ਤੁਹਾਨੂੰ ਹਸਾਬ ਨਾ ਹੋਵੇ ਵੀ ਯਾਰ ਮੈਨੂੰ ਕਿਸ ਨੇ ਦੱਸੇ ਨਹੀਂ ਆਪਾਂ ਉਦੋਂ ਹੀ ਇਹ ਕੰਮ ਕਰ ਲੈਂਦੇ ਇਸ ਕਰਕੇ ਹੁਣ ਸਮਾਂ ਹੈਗਾ ਜਿਹਦਾ ਕਿਸੇ ਦਾ ਵੀ ਕੋਈ ਮਾੜਾ ਮੋੜ ਕੋਈ ਰੁਪਈਆ ਤੇਲੀ ਚਵਾਨੀ ਦਾ ਇਧਰ ਉਧਰ ਬਾਤ ਘਾਟਿਆ ਉਹਨੂੰ ਪਧਰਾ ਕਰ ਲੋ ਸਗੋਂ ਹਿੱਕ ਠੋਕ ਕੇ ਤੁਸੀਂ ਅੱਜ ਤੋਂ 4 ਸਾਲ ਬਾਅਦ ਕਹਿਣ ਵਾਲੇ ਬਣੋਗੇ ਲੋਕਾਂ ਨੂੰ ਵੀ ਆਹ ਦੇਖੋ ਜੀ ਇਮਾਨਦਾਰੀ ਨਾਲ ਇਹ ਤੈਨੂੰ ਪੰਜਾਬ ਚਲਾ ਕੇ ਸੰਧਾਲੀਆ ਸਾਹਿਬ ਮੈਂ ਚਾਰ ਬੇਨਤੀਆਂ ਕਰਦਾ ਇਹਨਾਂ ਲੀਡਾਂ ਨੂੰ ਇਕੱਠੀਆਂ ਤੁਸੀਂ ਮੰਨ ਹੀਓਗੇ ਬੇਨਤੀਆਂ ਜੰਗੀਆਂ ਤੁਸੀਂ ਕਰਨਾ ਹੀ ਹੁਕਮ ਹੈ ਕਹਾਂ ਬੇਨਤੀ ਸ਼ੋ ਨੀ ਮੈਂ ਦੇ ਬੇਨਤੀ ਵੀ ਨਹੀਂ ਕਰਦਾ ਮੈਂ ਇਹਦੇ ਚਿੱਠੀ ਸੁੱਟ ਦੇਣਾ ਦੂਰੋਂ ਵੀ ਮੈਂ ਕਹਿੰਦਾ ਕੁਲਟੀ ਕੰਬੋਜ ਸਾਹਿਬ ਆਪ ਹੀ ਪਟਵਾਰੀ ਸਾਹਿਬ ਲਿਆ ਕੇ ਤੇ ਮੋਰੇ ਸਰਕਾਰੀ ਅਧਿਕਾਰੀ ਨੂੰ ਲਿਆ ਕੇ ਤਾਂ ਬੇਨਤੀ ਕਰਾ ਦੇਣ ਕਹਿ ਦੇਣ ਕਿ ਭਾਈ ਹੈ ਨਹੀਂਗਾ ਜੇ ਕਿਤੇ ਫੋਟ ਕਈ ਮਾੜਾ ਮੋਟਾ ਨਿਕਲਦਾ ਹੁੰਦਾ ਇੰਚਾਂ ਚਾਂਚਾਂ ਦਾ ਫਰਕ ਉਨੇਕ ਦਾ ਕੋਈ ਗੱਲ ਨਹੀਂ ਜਰੀਬ ਚ ਹੀ ਫਰਕ ਹੁੰਦਾ ਕਿ ਰੇ ਢਿੱਲੀ ਰੱਖਣੀ ਕਿਸ ਕਸਣੀ ਤੁਹਾਨੂੰ ਜ਼ਿਆਦਾ ਪਤਾ ਹੂੰ ਇੱਕ ਤਾਂ ਤੁਸੀਂ ਕਰਾ ਲਓ ਤੇ ਦੇ ਦੂਸਰਾ ਖੈਰਾ ਸਾਹਿਬ ਫੇਰ ਵੀ ਨਹੀਂ ਇਹ ਮੰਨਦੇ ਕਾਰਵਾਈ ਵੀ ਨਹੀਂ ਕਿਸੇ ਪਾਸੇੋਂ ਹੁੰਦੀ ਤਾਂ ਤੁਸੀਂ ਆਪਣੇ ਪੱਧਰ ਦੇ ਉੱਤੇ ਪਰਚਾ-ਪਰਚਾ ਕਰਾਓ ਜਰਾ ਦੂਸਰਾ ਬੀਬੀ ਸਰਬਜੀਤ ਕੌਰ ਮਾਣੂ ਕੇ ਹੋਰਾਂ ਨੂੰ ਬੇਨਤੀ ਕਰਦੇ ਆ ਕਿ ਬੀਬੀ ਜੀ ਤੁਸੀਂ ਇੱਕ ਵਾਰੀ ਪ੍ਰੈਸ ਕਾਨਫਰੰਸ ਕੀਤੀ ਸੀ ਤਾਂ ਤੁਸੀਂ ਇੱਕ ਸੜਕ ਕੱਢੀ ਖੈਰਾ ਸਾਹਿਬ ਦੇ ਘਰੋਂ ਕਿ ਜੀ ਇਹਨਾਂ ਨੇ ਸੜਕ ਦੱਬੀ ਆ ਕਿੱਥੇ ਆ ਉਹ ਸੜਕ ਬੀਬੀ ਜੀ ਬਹੁਤ ਦਿਨ ਹੋ ਗਿਆ ਹੁਣ ਤੁਸੀਂ ਵੀ ਮੜੀਆ ਕਰੋ ਹਿੱਲਾ ਬੁੱਤਾ ਜਾ ਤੁਸੀਂ ਵੀ ਕਰਾਓ ਉਧਰਲੇ ਪਾਸੇੋਂ ਕੰਮ ਕੁਛ ਜੇ ਤੁਹਾਨੂੰ ਜੇ ਤੁਹਾਡੇ ਲਾਏ ਹੋਏ ਤੁਸੀਂ ਸਾਡਾ ਵੀ ਸਮਾਂ ਲਿਆ ਉਸ ਦਿਨ ਤੁਸੀਂ ਲੋਕਾਂ ਨੂੰ ਵੀ ਗੱਲਾਂ ਕਰਨ ਤੇ ਮਜਬੂਰ ਕੀਤਾ ਸਭ ਕੁਝ ਕੀਤਾ ਪਰ ਤੁਸੀਂ ਲੋਕਾਂ ਦੇ ਚੁਣੇ ਪ੍ਰਤੀਨੇ ਇਦੋਂ ਤੁਸੀਂ ਸੁਖਵਾਲ ਸਿੰਘ ਖੈਰਾ ਸਾਹਿਬ ਦੇ ਖਿਲਾਫ ਕਰਾਓ ਕਾਰਵਾਈ ਤੁਹਾਡੀ ਪਾਰਟੀ ਦੀ ਸਰਕਾਰ ਹੈ ਤੀਸਰਾ ਖੈਰਾ ਸਾਹਿਬ ਨੇ ਵੀ ਅਲਟੀਮੇਟਮ ਦਿੱਤਾ ਹੈ ਥੋੜੇ ਜਿਹੇ ਦਿਨਾਂ ਦਾ ਕਿ ਭਾਈ ਜੇ ਨਾ ਪਰਚੇ ਪਰਚੇ ਦੇ ਵਿੱਚ ਇਹਨਾਂ ਸਾਰੇ ਬੰਦਿਆਂ ਦੇ ਨਾਂ ਪਾਏ ਉਹ ਕੋਠੀ ਦਾਬ ਮਾਮਲੇ ਦੇ ਵਿੱਚ ਤਾਂ ਫਿਰ ਉਹ ਕਹਿੰਦੇ ਸੀ ਧਰਨਾ ਤੇ ਖੈਰਾ ਸਾਹਿਬ ਤੁਸੀਂ ਵੀ ਪਿਛੇ ਨਾ ਹਟਿਓ ਅਸੀਂ ਤਾਂ ਚਾਹੁੰਦੇ ਹਾਂ ਕਿ ਜਿਹੜਾ ਵੀ ਕੋ ਲੀਡਰ ਹੈ ਚਾਹੋ ਬੀਬੀ ਮਾਨੂਕੇ ਨੇ ਚਾਹੇ ਗੋਲਦੀ ਕੰਬੋਜ ਸਾਹਿਬ ਨੇ ਚਾਹੇ ਖੈਰਾ ਸਾਹਿਬ ਨੇ ਚਾਹੇ ਜੇ ਕਿਸੇ ਨੇ ਕੋਈ ਉਸੂਲਾਂ ਤੋਂ ਕਾਨੂੰਨ ਤੋਂ हट ਜਾ ਕੇ ਕੰਮ ਕੀਤਾ ਤਾਂ ਕਟਾਰੇ ਚ ਹੋਵੇ ਤੇ ਲੀਡਰ ਹੀ ਲੀਡਰਾਂ ਨੂੰ ਕਟਾਰੇ ਚ ਲੈ ਆਉਣੇ ਹੋਰ ਸਾਡੇ ਲਈ ਦੋ ਸਸਤਾ ਸੌਦਾ ਕਿਹੜਾ ਮਾਤੜ ਬੰਦੇ ਦੇ ਵਾਸਤੇ ਗੱਲ ਹੀ ਨਹੀਂ ਤੂੰ ਚਲੋ ਆਪਾਂ ਕੋਲ ਮਲਾ ਕੇ ਫਿਰ ਉੱਥੇ ਗੱਲਾਂ ਬੇਨਤੀਆਂ ਜਾਇਜ਼ ਨੇ ਸਰ ਬਿਲਕੁਲ ਜਾਇਜ਼ ਨੇ ਆਪਾਂ ਤੇ ਬੇਨਤੀ ਕਰਦੇ ਆਂ ਵੀ ਇਹਦੇ ਨਾਲ ਫਾਇਦਾ ਜੇ ਕੋਈ ਆਖੇ ਨਾ ਵੀ ਯਾਰ ਜੇ ਬੀਬੀ ਮਾਨੂ ਕੀ ਇਦਾਂ ਕੰਮ ਕਰਨਗੇ ਕਿਹੜਾ ਫਾਇਦਾ ਉਹਨਾਂ ਦਾ ਫਾਇਦਾ ਜੀ ਜੇ ਖੈਰਾ ਸਾਹਿਬ ਕਰਨਗੇ ਕਿਹੜਾ ਫਾਇਦਾ ਉਹਨਾਂ ਦਾ ਫਾਇਦਾ ਕੰਬੋਤ ਸਾਹਿਬ ਕਰ ਲੈਂਦੇ ਤੇ ਉਹਨਾਂ ਦਾ ਫਾਇਦਾ ਕਿਉਂਕਿ ਹਲਕੇ ਸਾਰਿਆਂ ਦੇ ਏਡੋ ਅੱਡੋ ਉਹਨਾਂ ਨੇ ਆਪਣੇ ਹਲਕੇ ਦੇ ਜਿਹੜੇ ਵੋਟਰ ਨੇ ਉਹਨਾਂ ਦੇ ਸਾਹਮਣੇ ਆਪਣੇ ਆਪ ਨੂੰ ਸਾਫ਼ ਸੁਥਰਾ ਪੇਸ਼ ਕਰਨਾ ਵੀ ਆ ਦੇਖੋ ਜੀ ਫੁਲਾਨੇ ਇਲਜ਼ਾਮ ਲਾਇਆ ਤੇ ਮੈਂ ਉਹਦੇ ਤੋਂ ਪਾਕ ਸਾਫ਼ ਹੋ ਕੇ ਨਿਕਲਿਆ ਸੋ ਆਪਾਂ ਦੇ ਉਹਨਾਂ ਦੇ ਫਾਇਦੇ ਦੀ ਗੱਲ ਕਰਦੇ ਜੇ ਕੋਈ ਆਖੇ ਵੀ ਆਪਾਂ ਇਹਨਾਂ ਨੇ ਵੀ ਫੁਲਾਨੇ ਨੂੰ ਆਨੇ ਜਾਈ ਆ ਇਹਨੂੰ ਨਾ ਆਖਿਆ ਉਹਨੂੰ ਨਾ ਆਖੇ ਇਹ ਕੰਮ ਹੋ ਸਕਦਾ ਵੀ ਪਹਿਲਾਂ ਚੱਲਦਾ ਕਿਉਂਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਕਿਹਾ ਪਹਿਲੇ ਰਲ ਮਿਲ ਕੇ ਚੱਲੀ ਜਾਂਦੇ ਜੀ ਇਹਦਾ ਮਤਲਬ ਜੀ ਰਲ ਮਿਲ ਕੇ ਨਹੀਂ ਚੱਲਦੇ ਤੇ ਫਿਰ ਵਿਰੋਧੀ ਦੋਸ਼ ਲਾਉਣਗੇ ਤੇ ਜੀ ਵਿਰੋਧੀਆਂ ਦੇ ਦੋਸ਼ਾਂ ਤੋਂ ਬਚਣਾ ਇਸ ਕਰਕੇ ਜਾਂਦੇ ਆਪਾਂ ਆਪਣੇ ਆਪ ਨੂੰ ਠੀਕ ਕਰ ਲਈਏ ਜਾਂ ਜੀ ਕਿਤੇ ਵਾਦ ਘਾਟ ਲੱਗਦੀ ਤੁਹਾਨੂੰ ਦਰਸਤ ਕਰ ਲਈ ਬਿਲਕੁਲ ਇਦਾਂ ਹੀ ਜਿਹੀ ਲੀ ਫਿਰ ਬਹੁਤ ਸ਼ੁਕਰੀਆ ਸੰਧਾਲਿਆ ਸਾਹਿਬ ਮਿਹਰਬਾਨੀ ਲਓ ਜੀ ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਦੇਖਦੇ ਰਹਿਣਾ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ